डॉक्टर नरेंद्र सिंह कपूर की पुस्तक है आमो सामने। पहला लेख शुभ इच्छावां। बहुत थोड़े लोगों विच अपने नालों वड्डी ते विशाल अनुभव ते ज्ञान दे सुपने वेखण दी योग्यता हुंदी है। बहुत घट लोग हुंदे हन जिहड़े सज्जन दी दरगाह ते अपनी उमर टेक दिंदे हन। अजिहे लोगों नूं अपनियां खुशियां ते भी माण नहीं हुंदा, क्योंकि इन्हां दे जीवन विच खुशियां किसे दे आउण ते आउंदियां हन ते किसे दे टुर जाण ते मुक जांदियां हन। जिउणा हरेक मनुख लई सुखाला है, हर कोई जी रिहा है, पर सलीके ते हुनर नाल जिउणा बड़ी मेहनत दी मंग करदा है। अपने बारे तां असीं चंगे राय उसार लैंदे हां, पर दूजियां बारे चंगी राय उसारनी हर किसे दे वस दी गल नहीं हुंदी। इसे कारण बहुतियां हालतां विच असीं अपने सौड़े मन दियां भिज्जियां सड़कां ते निरंतर तिलकदे रहिंदे हां। मनुखता दा इतिहास व्यक्ति दे विकास दा इतिहास है। विकसित व्यक्ति दूजियां दी होंद नूं खिड़े मत्थे स्वीकार करदा है ते इस भावना दा प्रगटावा ओह मुस्कुरा के जां सीस दे के जां सहयोग दे के जां शुभ इच्छावां दे के करदा है। दूजियां नाल रल के जीण दी लोचा मनुखी समाज दी बुनियाद है। मनुखी जीवन च अनेकां संकट आउंदे हन, पर रल के जूझण ते जीउण दी लोचा हर संकट नालों वड्डी साबित हुंदी है। कई वार साडे इक हथ विच लोहा ते दूजे हथ विच पारस हुंदा है, पर असी इक दूजे नूं छुआणा भुल जांदे हां। सो मनुखता दा इतिहास मनुख दीआं असफलतावां दा वी इतिहास है। मनुख ने मनुख दा सन्मान करन दी जाच अजे सीखणी है। जिस समाज विच मनुख दी इज्जत नहीं हुंदी, ਉਹ ਸਮਾਜ ਚੰਗੇ ਜੀਵਨ ਦੀ ਨੁਹਾਰ ਅਤੇ ਚੰਗੇ ਇਨਸਾਨ ਨਹੀਂ ਉਪਜਾ ਸਕਦਾ। ਇਕੱਲੇ ਗਾਉਣ, ਮਰਨ, ਹੱਸਣ ਜਾਂ ਰੋਣ ਦਾ ਕੀ ਲਾਭ? ਕਹਿੰਦੇ ਹਨ, ਹੰਕਾਰ ਕੇ ਨੱਚਿਆ ਨਹੀਂ ਜਾ ਸਕਦਾ। ਆਪਣੇ ਆਪ ਨੂੰ ਭੁੱਲੇ ਬਿਨਾਂ ਪਿਆਰ ਨਹੀਂ ਕੀਤਾ ਜਾ ਸਕਦਾ ਅਤੇ ਸਤਿਕਾਰ ਭਰੇ ਵਿਸ਼ਵਾਸ ਬਿਨਾਂ ਸ਼ੁਭ ਇੱਛਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ। ਕਈ ਵਿਅਕਤੀ ਉਜਾੜ ਵਿੱਚ ਨੱਚਦੇ ਮੋਰ ਵਾਂਗ ਹੁੰਦੇ ਹਨ, ਭਾਵੇਂ ਉਹ ਤਾਰਿਆਂ ਵਾਂਗ ਦੂਰ ਹੁੰਦੇ ਹਨ, ਪਰ ਉਹਨਾਂ ਨੂੰ ਵੇਖਣ, ਸੁਣਨ ਅਤੇ ਪੜ੍ਹਨ ਦੀ ਇੱਛਾ ਬਣੀ ਰਹਿੰਦੀ ਹੈ। ਜਿਵੇਂ ਇਸਤਰੀ ਦਾ ਰੋਣਾ ਕਿਸੇ ਰੋਸ ਦਾ ਪ੍ਰਗਟਾਵਾ ਹੀ ਨਹੀਂ, ਸਗੋਂ ਪਿਆਰ ਦਾ ਤਰਲਾ ਵੀ ਹੁੰਦਾ ਹੈ, ਇਵੇਂ ਹੀ ਸ਼ੁਭ ਇੱਛਾਵਾਂ ਵਾਲੇ ਲੋਕਾਂ ਵਿਚਲੀ ਰੋਸ ਦੀ ਭਾਵਨਾ ਵਿੱਚ ਵੀ ਸਰਬੱਤ ਦੇ ਭਲੇ ਦੀ ਗੂੰਜ ਹੁੰਦੀ ਹੈ। ਸਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਹੀ ਖੁਸ਼ੀ ਦਿੰਦੀਆਂ ਹਨ। ਮਹਾਨ ਘਟਨਾਵਾਂ ਸਾਨੂੰ ਸਿੱਧਿਆਂ ਪ੍ਰਭਾਵਿਤ ਨਹੀਂ ਕਰਦੀਆਂ, ਪ੍ਰਭਾਵਿਤ ਅਸੀਂ ਆਪਣੇ ਆਲੇ ਦੁਆਲੇ ਦੇ ਸੰਸਾਰ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਹੀ ਹੁੰਦੇ ਹਾਂ। ਲੱਖਾਂ ਕਰੋੜਾਂ ਖੱਤ ਲਿਫਾਫੇ ਭੇਜੇ ਜਾਂਦੇ ਹਨ, ਪਰ ਤੁਹਾਨੂੰ ਖੁਸ਼ੀ ਉਹਨਾਂ ਖੱਤਾਂ ਲਿਫਾਫਿਆਂ ਤੋਂ ਪ੍ਰਾਪਤ ਹੁੰਦੀ ਹੈ ਜਿਹੜੇ ਤੁਹਾਡੇ ਨਾਂ ਹੁੰਦੇ ਹਨ। ਤੁਸੀਂ ਜਿਵੇਂ ਜਿਵੇਂ ਪ੍ਰਸਿੱਧ ਹੁੰਦੇ ਜਾਂਦੇ ਹੋ, ਤੁਹਾਡੇ ਘਰ ਦਾ ਪਤਾ ਉਨਾ ਹੀ ਸੰਖੇਪ ਹੁੰਦਾ ਜਾਂਦਾ ਹੈ। ਸ਼ੁਭ ਇੱਛਾਵਾਂ ਅਸੀਸਾਂ ਦਾ ਹੀ ਵਿਸ਼ਾਲ ਰੂਪ ਹੁੰਦੀਆਂ ਹਨ। ਜਦੋਂ ਸਮਾਜ ਛੋਟਾ ਅਤੇ ਜੀਵਨ ਸਾਦਾ ਹੁੰਦਾ ਹੈ, ਤਾਂ ਅਸੀਸਾਂ ਸਾਡੇ ਵਰਤਾਰੇ ਵਿੱਚ ਨਿਮਰਤਾ ਅਤੇ ਨਿਰਮਾਣਤਾ ਲਿਆਉਂਦੀਆਂ ਹਨ। ਜਦੋਂ ਜੀਵਨ ਨਿਸ਼ਚਿਤ ਨਾ ਹੋਵੇ ਅਤੇ ਜੀਵਨ ਨੂੰ ਖਤਰੇ ਵੱਧ ਹੋਣ, ਤਾਂ ਲੰਮੀ ਉਮਰ ਦੀਆਂ ਅਸੀਸਾਂ ਦਿੱਤੀਆਂ ਜਾਂਦੀਆਂ ਹਨ। ਜਦੋਂ ਕਿਸੇ ਸਮਾਜ ਵਿੱਚ ਇਸਤਰੀ ਦੇ ਵਿਧਵਾ ਹੋ ਜਾਣ ਦੀ ਸੂਰਤ ਵਿੱਚ ਦੂਜੇ ਵਿਆਹ ਦੀ ਵਿਵਸਥਾ ਨਾ ਹੋਵੇ ਅਤੇ ਉਹਦੀ ਸਮਾਜਿਕ ਪ੍ਰਵਾਨਗੀ ਨਾ ਹੋਵੇ, ਤਾਂ ਉਹਦੇ ਸੁਹਾਗਣ ਹੋਣ ਦੀਆਂ ਅਸੀਸਾਂ ਦਿੱਤੀਆਂ ਜਾਂਦੀਆਂ ਹਨ। ਜਦੋਂ ਪੁੱਤਰ ਅਚਾਨਕ ਮੁੱਕ ਜਾਂਦੇ ਸਨ, ਤਾਂ ਪੁੱਤਰਾਂ ਨੂੰ ਲੰਮੀ ਉਮਰ ਦੀਆਂ ਅਸੀਸਾਂ ਮਿਲਦੀਆਂ ਸਨ। ਜਦੋਂ ਇਸਤਰੀ ਪ੍ਰਸੂਤ ਪੀੜਾ 'ਚ ਮਰ ਜਾਂਦੀ ਸੀ, ਤਾਂ ਪੁੱਤਾਂ ਪੋਤਰਿਆਂ ਵਾਲੀ ਹੋਣ ਦੀਆਂ ਅਸੀਸਾਂ ਦੇਣ ਦਾ ਰਿਵਾਜ਼ ਸੀ। ਪੁੱਤਰਾਂ ਨੂੰ ਲਾਡ ਵੀ ਇਸੇ ਲਈ ਕੀਤਾ ਜਾਂਦਾ ਸੀ ਕਿਉਂਕਿ ਉਹਨਾਂ ਦੇ ਜੀਵਨ ਨੂੰ ਖਤਰੇ ਵਧੇਰੇ ਸਨ। ਸਾਡੀ ਸੋਚ ਅਤੇ ਸਾਡੇ ਸਮੁੱਚੇ ਵਿਹਾਰ ਦੀਆਂ ਜੜ੍ਹਾਂ ਸਾਡੀ ਰਹਿਣੀ ਬਹਿਣੀ ਵਿੱਚ ਹੀ ਹੁੰਦੀਆਂ ਹਨ। ਅਸੀਸ ਦਿੱਤੀ ਇਸਤਰੀ ਨੂੰ ਜਾਂਦੀ ਹੈ, ਪਰ ਹੁੰਦੀ ਪੁਰਸ਼ ਲਈ ਹੈ। ਗਾਲ ਪੁਰਸ਼ ਨੂੰ ਕੱਢੀ ਜਾਂਦੀ ਹੈ, ਪਰ ਹੁੰਦੀ ਇਸਤਰੀ ਜਾਂ ਪਤਨੀ ਸੰਬੰਧੀ ਹੈ। ਜਿਉਂ ਜਿਉਂ ਸਮਾਜ ਵੱਡਾ ਅਤੇ ਜੀਵਨ ਗੁੰਝਲਦਾਰ ਹੁੰਦਾ ਗਿਆ ਹੈ, ਤਿਉਂ ਤਿਉਂ ਸਾਡੀ ਰਹਿਣੀ ਬਹਿਣੀ ਦੂਜਿਆਂ ਨਾਲ ਸਾਡੇ ਸੰਬੰਧਾਂ ਵਿੱਚ ਅਤੇ ਆਲੇ ਦੁਆਲੇ ਨਾਲ ਸਾਡੇ ਰਿਸ਼ਤੇ ਵਿੱਚ ਵੀ ਪਰਿਵਰਤਨ ਵਾਪਰਿਆ ਹੈ।
ਅਸੀਂ ਸਾਮ ਕਰਕੇ ਇਸਤਰੀਆਂ ਦਿੰਦੀਆਂ ਹਨ। ਇਹ ਦੇਣ ਦਾ ਹੱਕ ਵੱਡੀ ਉਮਰ ਦੀਆਂ ਇਸਤਰੀਆਂ ਨੂੰ ਹੁੰਦਾ ਹੈ। ਅਸੀਂ ਸਾਮ ਕਰਕੇ ਸਾਡੇ ਸਰੀਰ ਦੀ ਸਲਾਮਤੀ ਨਾਲ ਸੰਬੰਧਿਤ ਹੁੰਦੀਆਂ ਹਨ। ਇਹਨਾਂ ਅਸੀਸਾਂ ਦਾ ਸਾਂਝਾ ਉਦੇਸ਼ ਸੰਤਾਨ ਪ੍ਰਾਪਤੀ ਅਤੇ ਸੰਤਾਨ ਦੀ ਲੰਮੀ ਉਮਰ ਦੀ ਕਾਮਨਾ ਹੁੰਦੀ ਹੈ। ਸ਼ੁਭ ਇੱਛਾਵਾਂ ਅਕਸਰ ਪੁਰਸ਼ ਭੇਟ ਕਰਦੇ ਹਨ ਅਤੇ ਆਮ ਕਰਕੇ ਪੁਰਸ਼ਾਂ ਨੂੰ ਹੀ ਭੇਟ ਕਰਦੇ ਹਨ। ਇਸਤਰੀ ਵੀ ਹੁਣ ਆਪਣੇ ਆਪ ਨੂੰ ਪੁਰਸ਼ ਦੇ ਲਗਭਗ ਬਰਾਬਰ ਸਮਝਣ ਲੱਗ ਕੇ ਅਤੇ ਪੁਰਸ਼ ਖੇਤਰ ਵਿੱਚ ਵਿਚਰਨ ਕਾਰਨ ਅਸੀਸਾਂ ਦੀ ਥਾਂ ਸ਼ੁਭ ਇੱਛਾਵਾਂ ਦਾ ਆਦਾਨ ਪ੍ਰਦਾਨ ਕਰਨ ਲੱਗ ਪਈ ਹੈ। ਦੂਜੇ ਸ਼ਬਦਾਂ ਵਿੱਚ ਅਸੀਸਾਂ ਅਕਸਰ ਉਸ ਸਮਾਜ ਦਾ ਵਰਤਾਰਾ ਹੁੰਦੀਆਂ ਹਨ ਜਿੱਥੇ ਧਰਮ ਦਾ ਬੋਲਬਾਲਾ ਹੁੰਦਾ ਹੈ ਅਤੇ ਆਰਥਿਕ ਮਜਬੂਰੀਆਂ ਵਧੇਰੇ ਹੁੰਦੀਆਂ ਹਨ, ਅਰਥਾਤ ਵਾਤਾਵਰਨ ਵਿਸ਼ਵਾਸ ਆਧਾਰਿਤ ਹੁੰਦਾ ਹੈ। ਇਵੇਂ ਕਿਹਾ ਜਾ ਸਕਦਾ ਹੈ ਕਿ ਅਨਪੜ੍ਹ ਲੋਕ ਅਸੀਸਾਂ ਦਿੰਦੇ ਲੈਂਦੇ ਹਨ, ਜਦੋਂ ਕਿ ਪੜ੍ਹੇ ਲਿਖੇ ਲੋਕ ਸ਼ੁਭ ਇੱਛਾਵਾਂ ਦਾ ਲੈਣ ਦੇਣ ਕਰਦੇ ਹਨ। ਸ਼ੁਭ ਇੱਛਾਵਾਂ ਦਾ ਅਗਲੇਰਾ ਪੜਾਅ ਤੋਹਫ਼ਿਆਂ ਦਾ ਵਟਾਂਦਰਾ ਹੁੰਦਾ ਹੈ। ਸੋ ਅਸੀਸਾਂ, ਸ਼ੁਭ ਇੱਛਾਵਾਂ ਅਤੇ ਤੋਹਫ਼ੇ ਮਨੁੱਖ ਦੀ ਬਦਲਦੀ ਆਰਥਿਕ ਸਥਿਤੀ ਵਿੱਚੋਂ ਉਪਜਣ ਵਾਲੇ ਵਰਤਾਰੇ ਹਨ। ਅਸੀਸਾਂ ਦਿੱਤੀਆਂ ਜਾਂਦੀਆਂ ਹਨ ਪਰ ਬਦਲੇ 'ਚ ਕੁਝ ਮਿਲਣ ਦੀ ਕੋਈ ਆਸ ਨਹੀਂ ਕੀਤੀ ਜਾਂਦੀ, ਜਦਕਿ ਸ਼ੁਭ ਇੱਛਾਵਾਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਸ਼ੁਭ ਇੱਛਾਵਾਂ ਪ੍ਰਾਪਤ ਕੀਤੀਆਂ ਜਾ ਸਕਣ। ਜਦੋਂ ਵਪਾਰਕ ਬਿਰਤੀ ਬਲਵਾਨ ਹੋ ਜਾਂਦੀ ਹੈ ਤਾਂ ਸ਼ੁਭ ਇੱਛਾਵਾਂ ਵੀ ਹਿਸਾਬ ਕਿਤਾਬ ਨਾਲ ਦਿੱਤੀਆਂ ਜਾਂਦੀਆਂ ਹਨ। ਕਈ ਸ਼ੁਭ ਇੱਛਾਵਾਂ ਇਵੇਂ ਦਿੰਦੇ ਹਨ ਜਿਵੇਂ ਰਸੀਦ ਮੰਗ ਰਹੇ ਹੋ। ਭਾਵੇਂ ਰਸੀਦ ਮੰਗੀ ਨਾ ਜਾਏ ਪਰ ਰਸੀਦ ਦੀ ਆਸ ਜ਼ਰੂਰ ਕੀਤੀ ਜਾਂਦੀ ਹੈ। ਕਿਸੇ ਸੋਚੇ ਸਮਝੇ ਉਦੇਸ਼ ਤੋਂ ਬਿਨਾਂ ਤੋਹਫ਼ਾ ਨਹੀਂ ਦਿੱਤਾ ਜਾ ਸਕਦਾ। ਤੋਹਫ਼ਾ ਦੇ ਕੇ ਕੋਈ ਪੁਰਾਣਾ ਕਰਜ਼ ਲਾਇਆ ਜਾਂਦਾ ਜਾਂ ਭਵਿੱਖ ਵਿੱਚ ਕਿਸੇ ਉਦੇਸ਼ ਦੀ ਪੂਰਤੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ। ਨਿਰਸੰਦੇਹ ਹਰ ਕਿਸੇ ਦੇ ਜੀਵਨ ਵਿੱਚ ਕਈ ਅਜਿਹੇ ਵਿਅਕਤੀ ਹੁੰਦੇ ਹਨ ਜਾਂ ਆਉਂਦੇ ਹਨ ਜਿਹੜੇ ਨਿਰੋਲ ਪਿਆਰ ਦੀ ਭਾਵਨਾ ਨਾਲ ਸ਼ੁਭ ਇੱਛਾਵਾਂ ਜਾਂ ਤੋਹਫ਼ੇ ਦਿੰਦੇ ਹਨ ਅਤੇ ਸਾਡੇ ਮਨ ਵਿੱਚ ਸੱਚਾ ਸੁੱਚਾ ਪਿਆਰ ਅਤੇ ਸਤਿਕਾਰ ਵੀ ਅਜਿਹੇ ਵਿਅਕਤੀਆਂ ਲਈ ਹੀ ਹੁੰਦਾ। ਪਰ ਅਜਿਹੇ ਲੋਕਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਨਿਰੰਤਰ ਘਟੇਗੀ। ਜਿਤਨਾ ਅਸੀਂ ਘੱਟ ਜਾਣਦੇ ਹਾਂ ਉਨਾ ਹੀ ਅਸੀਂ ਵਧੇਰੇ ਸ਼ੱਕੀ ਅਤੇ ਅੰਧ ਵਿਸ਼ਵਾਸੀ ਹੁੰਦੇ ਹਾਂ। ਨਿੱਕੀਆਂ ਥਾਵਾਂ 'ਤੇ ਰਹਿ ਕੇ ਵਿਸ਼ਾਲ ਹਿਰਦੇ ਵਾਲਾ ਹੋਣਾ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੁੰਦਾ ਹੈ। ਜਦੋਂ ਕਿ ਵੱਡੇ ਸ਼ਹਿਰਾਂ ਦੇ ਸੁੰਗੜੇ ਘਰਾਂ 'ਚ ਰਹਿੰਦਿਆਂ ਵਿਸ਼ਾਲ ਹਿਰਦੇ ਵਾਲਾ ਹੋਣਾ ਸੰਭਵ ਹੀ ਨਹੀਂ ਹੁੰਦਾ। ਸ਼ਹਿਰੀ ਜੀਵਨ ਦੇ ਕਾਰ ਵਿਹਾਰ 'ਚ ਸਵਾਰਥੀ ਰਸਮਾਂ ਪ੍ਰਧਾਨ ਹੋ ਗਈਆਂ ਹਨ ਅਤੇ ਬੰਦੇ ਮਨਫੀ ਹੋ ਗਏ ਹਨ। ਹਰ ਕਿਸੇ ਵੱਲੋਂ ਹਰ ਕਿਸੇ ਦੇ ਪਖੰਡ ਨੂੰ ਜਾਣਨ ਕਾਰਨ ਕਿਸੇ ਦਾ ਸੱਚਾ ਸਤਿਕਾਰ ਕਰਨਾ ਮੁਸ਼ਕਿਲ ਹੋ ਗਿਆ ਹੈ। ਸ਼ਹਿਰਾਂ ਵਿੱਚ ਉਹੀ ਸੁੰਦਰ ਅਤੇ ਚੰਗਾ ਹੈ ਜੋ ਜਾਣਿਆ ਨਹੀਂ ਗਿਆ। ਸ਼ਹਿਰਾਂ 'ਚ ਹਰ ਕੋਈ ਰੁੱਝਿਆ ਹੋਇਆ ਹੈ ਅਤੇ ਕਈ ਵਾਰੀ ਆਪਣੇ ਆਪ ਨੂੰ ਮਿਲਿਆਂ ਵੀ ਵਰ੍ਹੇ ਬੀਤ ਜਾਂਦੇ ਹਨ। ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਕਿ ਦੂਜੇ ਸੋਚਦੇ ਨਹੀਂ ਹੋਣਗੇ। ਅਸੀਂ ਹੈਰਾਨ ਹੁੰਦੇ ਹਾਂ ਕਿ ਦੂਜੇ ਸਾਨੂੰ ਵੇਖ ਕੇ ਹੈਰਾਨ ਕਿਉਂ ਨਹੀਂ ਹੁੰਦੇ। ਸ਼ਹਿਰੀ ਜੀਵਨ ਵਿੱਚ ਮੁਕਾਬਲੇ ਦੀ ਬਿਰਤੀ ਕਾਰਨ ਬੁੱਲਾਂ ਦੀ ਥਾਲੀ ਵਿੱਚ ਸੁੱਚਾ ਹਾਸਾ ਪਰੋਸਣਾ ਸੰਭਵ ਨਹੀਂ ਰਿਹਾ। ਸ਼ਹਿਰੀ ਜੀਵਨ ਵਿੱਚ ਉਹ ਇਮਾਨਦਾਰੀ ਨਹੀਂ ਕਿ ਸੋਹਣੇ ਯਾਰ ਦੁਆਲੇ ਨੱਚਿਆ ਜਾ ਸਕੇ। ਜਦੋਂ ਮਨ ਵਿੱਚ ਸ਼ੁਭ ਇੱਛਾ ਦੀ ਭਾਵਨਾ ਹੀ ਨਹੀਂ ਤਾਂ ਸ਼ੁਭ ਇੱਛਾਵਾਂ ਦੇ ਆਦਾਨ ਪ੍ਰਦਾਨ ਦਾ ਕੀ ਅਰਥ? ਕੋਈ ਵੀ ਚੰਗਾ ਕੰਮ ਸੌਖਾ ਨਹੀਂ ਹੁੰਦਾ ਅਤੇ ਕੋਈ ਵੀ ਸੌਖਾ ਕੰਮ ਇਮਾਨਦਾਰ ਨਹੀਂ ਹੁੰਦਾ। ਇਮਾਨਦਾਰ ਹੋਏ ਬਿਨਾਂ ਹੰਢਣਸਾਰ ਰਿਸ਼ਤਾ ਨਹੀਂ ਉਸਰ ਸਕਦਾ ਅਤੇ ਹੰਢਣਸਾਰ ਰਿਸ਼ਤੇ ਬਿਨਾਂ ਅਸੀਂ ਮਨ ਦੀ ਲੰਮੀ ਯਾਤਰਾ 'ਤੇ ਨਹੀਂ ਨਿਕਲ ਸਕਦੇ। ਇਸ ਯਾਤਰਾ ਤੋਂ ਬਿਨਾਂ ਮਨ ਦਾ ਚਾਨਣ ਪ੍ਰਾਪਤ ਨਹੀਂ ਹੁੰਦਾ ਅਤੇ ਮਨ ਦੇ ਇਸ ਚਾਨਣ ਬਿਨਾਂ ਆਪਣੇ ਸੱਜਣ ਦਾ ਮੂੰਹ ਨਹੀਂ ਵੇਖਿਆ ਜਾ ਸਕਦਾ ਅਤੇ ਜਿਸ ਸੱਜਣ ਦਾ ਮੂੰਹ ਹੀ ਨਾ ਦਿਸੇ ਉਸ ਨਾਲ ਗੱਲਾਂ ਕਿਵੇਂ ਕੀਤੀਆਂ ਜਾ ਸਕਦੀਆਂ ਨੇ? ਸੱਜਣ ਨਾਲ ਕੀਤੀਆਂ ਜਾਣ ਵਾਲੀਆਂ ਗੱਲਾਂ ਪਿਆਰ ਵਾਲੀ ਬੀੜ ਵਿੱਚੋਂ ਵਾਕ ਲੈਣ ਵਾਂਗ ਹੁੰਦੀਆਂ ਹਨ। ਜਿਹੜਾ ਦੋ ਅੱਖੀਆਂ ਦੀ ਨੀਂਦਰ 'ਚ ਸੁਪਨਾ ਬਣ ਕੇ ਨਹੀਂ ਆਉਂਦਾ ਉਸਨੂੰ ਪੰਛੀਆਂ ਦੀਆਂ ਡਾਰਾਂ ਵਰਗੀਆਂ ਸ਼ੁਭ ਇੱਛਾਵਾਂ ਕਿਵੇਂ ਭੇਜੀਆਂ ਜਾ ਸਕਦੀਆਂ ਹਨ? ਜਦੋਂ ਤੱਕ ਸਾਰੀ ਰਾਤ ਕਿਸੇ ਦੇ ਖਿਆਲਾਂ ਵਿੱਚ ਨਾ ਗੁਜ਼ਰੇ, ਜਦੋਂ ਤੱਕ ਕਿਸੇ ਦੀਆਂ ਯਾਦਾਂ ਨਾਲ ਉੱਦਲ ਜਾਣ ਦੀ ਸਮਰੱਥਾ ਨਾ ਜਾਗੇ, ਜਦੋਂ ਤੱਕ ਕਿਸੇ ਦੇ ਵਾਅਦੇ ਸੌੜੀ ਛਾਪ ਵਾਂਗ ਨਾ ਸਤਾਉਣ, ਉਦੋਂ ਤੱਕ ਸ਼ੁਭ ਇੱਛਾਵਾਂ ਦੇਣ ਦੀ ਕਾਹਲ ਨਹੀਂ ਕਰਨੀ ਚਾਹੀਦੀ। ਇੱਜ਼ਤ ਬਿਨਾਂ ਧਨ ਕਿਸ ਕੰਮ? ਪਿਆਰ ਬਿਨਾਂ ਸ਼ੁਭ ਇੱਛਾਵਾਂ ਦਾ ਕੀ ਅਰਥ? ਦਰਦ ਬਿਨਾਂ ਰਿਸ਼ਤੇ ਦਾ ਕੀ ਮਾਣ?
ਸ਼ੁਭ ਇੱਛਾਵਾਂ ਦਾ ਵਿਗੜਿਆ ਰੂਪ ਗਾਲਾਂ ਹੁੰਦੀਆਂ ਹਨ। ਜਿਹੜਾ ਸਾਡੇ ਪਿਆਰ ਅਤੇ ਸਾਡੀਆਂ ਸ਼ੁਭ ਇੱਛਾਵਾਂ ਦੇ ਯੋਗ ਨਹੀਂ ਰਹਿੰਦਾ, ਅਸੀਂ ਉਹਨੂੰ ਗਾਲਾਂ ਨਾਲ ਨਿਵਾਜਦੇ ਹਾਂ। ਗਾਲਾਂ ਸਾਡੀ ਤੀਬਰ ਭਾਵਨਾ ਅਤੇ ਜਾਗੇ ਹੋਏ ਰੋਸ ਦਾ ਪ੍ਰਗਟਾਵਾ ਹੁੰਦੀਆਂ ਹਨ। ਜਿਸ ਨੂੰ ਅਸੀਂ ਕੁਝ ਵੀ ਚੰਗਾ ਨਹੀਂ ਦੇ ਸਕਦੇ ਉਹਨੂੰ ਅਸੀਂ ਗਾਲਾਂ ਦਿੰਦੇ ਹਾਂ। ਤੇਜ਼ ਰਫ਼ਤਾਰ ਵਾਲੇ ਜੀਵਨ ਦੀਆਂ ਗਾਲਾਂ ਵੀ ਤੇਜ਼ ਹੁੰਦੀਆਂ ਹਨ। ਜਿਵੇਂ ਕਿਸੇ ਫਰਾਂਸੀਸੀ ਪ੍ਰੇਮਿਕਾ ਨੇ ਅਸਤੀਫਾ ਦੇ ਗਏ ਪ੍ਰੇਮੀ ਨੂੰ ਕਿਹਾ, ਤੂੰ ਇੰਨਾ ਪ੍ਰਸਿੱਧ ਹੋ ਜਾਵੇਂ ਕਿ ਤੇਰਾ ਨਾਂ ਕਿਸੇ ਬਿਮਾਰੀ ਲਈ ਵਰਤਿਆ ਜਾਵੇ, ਤੇਰੀਆਂ ਕੱਛਾਂ ਵਿੱਚ ਜੂਆਂ ਪੈ ਜਾਣ, ਤੈਨੂੰ ਸੋਨੇ ਦਾ ਲੱਦਿਆ ਜਹਾਜ਼ ਲੱਭ ਪਵੇ ਪਰ ਤੂੰ ਉਸ ਨਾਲ ਵੀ ਡਾਕਟਰ ਦਾ ਬਿੱਲ ਨਾ ਚੁਕਾ ਸਕੇ ਆਦਿ। ਜਿਉਂ ਜਿਉਂ ਸਾਡੇ ਰਹਿਣ ਦੀਆਂ ਥਾਵਾਂ ਤੰਗ ਹੋ ਰਹੀਆਂ ਹਨ, ਤਿਉਂ ਤਿਉਂ ਸਾਡੇ ਮਨ ਵੀ ਸੁੰਗੜਦੇ ਜਾ ਰਹੇ ਹਨ। ਸੁੰਗੜੇ ਹੋਏ ਮਨ ਵਿਸ਼ਾਲ ਪੱਕੇ ਅਤੇ ਡੂੰਘੇ ਰਿਸ਼ਤੇ ਨਹੀਂ ਉਸਾਰ ਸਕਦੇ। ਦੂਜੇ ਪਾਸੇ ਜਿਉਂ ਜਿਉਂ ਆਰਥਿਕ ਸਮੱਸਿਆਵਾਂ ਗੰਭੀਰ ਹੁੰਦੀਆਂ ਜਾ ਰਹੀਆਂ ਹਨ, ਤਿਉਂ ਤਿਉਂ ਸਾਵੇਂ ਸੁਖਾਵੇਂ ਸੰਬੰਧਾਂ ਦੀਆਂ ਸੰਭਾਵਨਾਵਾਂ ਸੁੰਗੜ ਰਹੀਆਂ ਹਨ। ਜਦੋਂ ਸਾਨੂੰ ਆਪਣੇ ਨੇੜੇ ਦੇ ਜੀਵਨ 'ਚ ਤਸੱਲੀ ਨਹੀਂ ਮਿਲਦੀ ਤਾਂ ਅਸੀਂ ਦੂਰ ਦੁਰਾਡੀਆਂ ਥਾਵਾਂ 'ਤੇ ਰਹਿਣ ਵਾਲਿਆਂ ਨਾਲ ਸਾਂਝਾ ਉਸਾਰਦੇ ਹਾਂ। ਦੁਮੇਲ ਸਦਾ ਸੁੰਦਰ ਅਤੇ ਸਦਦੇ ਪ੍ਰਤੀਤ ਹੁੰਦੇ ਹਨ। ਦੂਰ ਬੈਠਿਆਂ ਨਾਲ ਅਸੀਂ ਕਲਮੀ ਸਾਂਝ ਪਾਉਂਦੇ ਹਾਂ। ਇਹ ਨਵੇਂ ਯੁੱਗ ਦੀਆਂ ਰਿਸ਼ਤੇਦਾਰੀਆਂ ਹਨ। ਕੋਈ ਵੀ ਰਿਸ਼ਤਾ ਤਾਂ ਹੀ ਚੱਲ ਸਕਦਾ ਹੈ ਜੇਕਰ ਦੋਹਾਂ ਧਿਰਾਂ ਵਿੱਚ ਇੱਕ ਦੂਜੇ ਦੇ ਮਨ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਹੋਵੇ। ਸ਼ੁਭ ਇੱਛਾਵਾਂ ਦੇ ਪੱਖ ਤੋਂ ਇਹ ਸਮਰੱਥਾ ਸ਼ੁਭ ਇੱਛਾਵਾਂ ਦੇ ਕਾਰਡ ਭੇਜਣ ਦੀ ਥਾਂ ਖੱਤ ਲਿਖਣ 'ਚ ਪ੍ਰਗਟ ਹੋਣੀ ਚਾਹੀਦੀ ਹੈ। ਅਸੀਂ ਝਟਪਟ ਹਰ ਰਿਸ਼ਤੇ ਨੂੰ ਕੋਈ ਨਾ ਕੋਈ ਨਾਂ ਦੇ ਕੇ ਉਸ ਦਾ ਵਿਸ਼ਾਲ ਖੇਤਰ ਸੀਮਤ ਕਰ ਦਿੰਦੇ ਹਾਂ। ਪੁਰਸ਼ ਪ੍ਰੇਮਿਕਾ ਨੂੰ ਪਤਨੀ ਬਣਾ ਕੇ ਉਹਦਾ ਮਹੱਤਵ ਘਟਾ ਦਿੰਦਾ ਹੈ। ਇਸ ਰਿਸ਼ਤੇ ਦੇ ਸੀਮਤ ਵਾਤਾਵਰਣ ਵਿੱਚ ਸੁੰਗੜਨ ਦੇ ਅਵਸਰ ਤਾਂ ਹੁੰਦੇ ਹਨ, ਫੈਲਣ ਦੀ ਸੰਭਾਵਨਾ ਨਹੀਂ ਹੁੰਦੀ। ਸ਼ੁਭ ਇੱਛਾਵਾਂ ਜ਼ਿੰਮੇਵਾਰੀ ਜਗਾਉਂਦੀਆਂ ਹਨ। ਸ਼ੁਭ ਇੱਛਾਵਾਂ ਦੇਣੀਆਂ ਇੱਕ ਪੱਖ ਹੈ, ਕਿਸੇ ਦੀਆਂ ਸ਼ੁਭ ਇੱਛਾਵਾਂ ਦੇ ਯੋਗ ਹੋਣਾ ਬਿਲਕੁਲ ਵੱਖਰੀ ਗੱਲ ਹੈ। ਸ਼ੁਭ ਇੱਛਾਵਾਂ ਸੰਕਟ ਵਿੱਚ ਸਾਨੂੰ ਅਡੋਲ ਖੜ੍ਹੇ ਰਹਿਣ ਦਾ ਸਾਹਸ ਦਿੰਦੀਆਂ ਹਨ, ਪਰ ਸੰਕਟ ਦਾ ਟਾਕਰਾ ਅੰਦਰਲੀ ਸ਼ਕਤੀ ਨਾਲ ਹੀ ਕੀਤਾ ਜਾ ਸਕਦਾ ਹੈ। ਸਮਾਜ ਸਾਡੇ ਤੋਂ ਕਿਸੇ ਯੋਗਦਾਨ ਦੀ ਮੰਗ ਨਹੀਂ ਕਰਦਾ। ਸਮਾਜ ਚਾਹੁੰਦਾ ਹੈ ਕਿ ਅਸੀਂ ਚੰਗੇ ਇਨਸਾਨ ਬਣੀਏ ਅਤੇ ਆਪਣਾ ਜੀਵਨ ਭਰਪੂਰ ਬਣਾਈਏ। ਭਰਪੂਰ ਵਿਅਕਤੀ ਡੁੱਲਦਾ ਹੈ ਅਤੇ ਉਸਦੇ ਡੁੱਲਣ ਨਾਲ ਸਮਾਜ ਦੀਆਂ ਖਾਲੀ ਅਤੇ ਉਜਾੜ ਥਾਵਾਂ ਭਰਦੀਆਂ ਹਨ। ਭਰਪੂਰ ਵਿਅਕਤੀਆਂ ਕੋਲ ਧਨ ਦੀ ਅਮੀਰੀ ਨਹੀਂ ਹੁੰਦੀ, ਸੋਚ ਪ੍ਰੇਰਨਾ ਅਤੇ ਉਤਸ਼ਾਹ ਦੀ ਅਮੀਰੀ ਹੁੰਦੀ ਹੈ। ਜੇ ਤੁਸੀਂ ਕਿਸੇ ਤੋਂ ਕੁਝ ਲੈਣਾ ਦੇਣਾ ਨਾ ਹੋਵੇ ਤਾਂ ਹੀ ਸ਼ੁਭ ਇੱਛਾਵਾਂ ਦਾ ਕੋਈ ਮੁੱਲ ਹੁੰਦਾ ਹੈ। ਲੈਣ ਦੇਣ ਤੋਂ ਮੁਕਤ ਹੋ ਕੇ ਅਸੀਂ ਕਿਸੇ ਬਾਰੇ ਸੱਚੀ ਰਾਏ ਪ੍ਰਗਟਾ ਸਕਦੇ ਹਾਂ। ਕਿਸੇ ਨੂੰ ਵੀ ਇੰਨੀ ਖੁੱਲ੍ਹ ਨਹੀਂ ਦੇਣੀ ਚਾਹੀਦੀ ਕਿ ਉਹ ਤੁਹਾਡੇ ਮੂੰਹ ਉੱਤੇ ਹੀ ਤੁਹਾਡੀ ਪ੍ਰਸ਼ੰਸਾ ਕਰਨ ਲੱਗ ਪਵੇ। ਇਹ ਪ੍ਰਸ਼ੰਸਾ ਘੱਟ ਅਤੇ ਚਾਪਲੂਸੀ ਵੱਧ ਹੋਏਗੀ। ਧੰਨਵਾਦ ਦੇ ਹੁਲਾਰੇ 'ਚ ਕਹੇ ਹੋਏ ਸ਼ਬਦ ਸਾਨੂੰ ਸ਼ਕਤੀ ਦਿੰਦੇ ਹਨ ਅਤੇ ਸਾਡਾ ਇਰਾਦਾ ਮਜ਼ਬੂਤ ਹੁੰਦਾ ਹੈ। ਜੀਵਨ ਵਿੱਚ ਕੁਝ ਚੰਗਾ ਕਰਨ ਲਈ ਸ਼ਕਤੀ ਦੀ ਘਾਟ ਨਹੀਂ ਹੁੰਦੀ, ਪੱਕੇ ਅਤੇ ਦ੍ਰਿੜ ਇਰਾਦੇ ਦੀ ਘਾਟ ਹੁੰਦੀ ਹੈ। ਜਾਨਵਰਾਂ ਵਿੱਚ ਵੀ ਸ਼ੁਭ ਇੱਛਾਵਾਂ ਦੇਣ ਦੀ ਪਿਰਤ ਹੈ। ਜਾਨਵਰ ਪਿਆਰ ਕਰਨ ਜਾਂ ਪਿਆਰ ਜਤਲਾਉਣ ਵੇਲੇ ਉਹੀ ਹਰਕਤਾਂ ਕਰਦੇ ਹਨ ਜਿਹੜੀਆਂ ਅਕਸਰ ਲੜਨ ਵਾਲੀਆਂ ਹੁੰਦੀਆਂ ਹਨ। ਕੁੱਤੇ ਇੱਕ ਦੂਜੇ ਨੂੰ ਪੰਜੇ ਮਾਰਦੇ ਹਨ, ਦੂਜੇ ਜਾਨਵਰ ਸਿੰਘ ਵਸਾਉਂਦੇ ਹਨ। ਉਹ ਦੱਸ ਰਹੇ ਹੁੰਦੇ ਹਨ, ਮੈਂ ਤੈਨੂੰ ਜ਼ਖਮੀ ਕਰ ਸਕਦਾ ਪਰ ਕਰਾਂਗਾ ਨਹੀਂ। ਇਵੇਂ ਹੀ ਮਨੁੱਖ ਜਦੋਂ ਪਿਆਰ ਨਾਲ ਜੱਫੀ ਪਾਉਂਦੇ ਹਨ ਤਾਂ ਇਹੋ ਜਿਹਾ ਹੀ ਪ੍ਰਗਟਾਵਾ ਕਰਦੇ ਹਨ ਜਿਵੇਂ ਕਹਿ ਰਹੇ ਹੁਣ, ਮੈਂ ਤੈਨੂੰ ਘੁੱਟ ਕੇ ਮਾਰ ਸਕਦਾ ਪਰ ਮਾਰਾਂਗਾ ਨਹੀਂ। ਜਿੱਥੇ ਜੀਵਨ ਸਾਦਾ ਹੁੰਦਾ ਹੈ ਉੱਥੇ ਸਾਨੂੰ ਇੱਕ ਦੂਜੇ ਦੀ ਸਹਾਇਤਾ ਕਰਨ ਦੇ ਅਵਸਰ ਮਿਲਦੇ ਰਹਿੰਦੇ ਹਨ, ਪਰ ਜਿੱਥੇ ਜੀਵਨ ਵਿੱਚ ਸਾਧਨ ਵਧੇਰੇ ਹੁੰਦੇ ਹਨ ਉੱਥੇ ਲੋਕਾਂ ਦੇ ਮਨ ਖਾਲੀ ਅਤੇ ਦਿਲ ਠਰੇ ਹੋਏ ਹੁੰਦੇ ਹਨ। ਡਾਕਖਾਨਾ ਲੰਬੀ ਬਾਂਹ ਕਰਕੇ ਕਿਸੇ ਮਿੱਤਰ ਪਿਆਰੇ ਅਤੇ ਸਖੀ ਸਹੇਲੀ ਨਾਲ ਹੱਥ ਮਿਲਾਉਣ ਦਾ ਵਸੀਲਾ ਹੁੰਦਾ ਹੈ। ਖਰਚੇ ਆਮਦਨ ਤੋਂ ਸਦਾ ਅੱਗੇ ਲੰਘ ਜਾਂਦੇ ਹਨ, ਪਰ ਡਾਕ 'ਤੇ ਕੀਤਾ ਖਰਚ ਤਸੱਲੀ ਦੇ ਪੱਖੋਂ ਸਦਾ ਲਾਹੇਵੰਦਾ ਹੁੰਦਾ ਹੈ। ਸਾਡੇ ਸਾਰਿਆਂ ਵਿੱਚ ਪ੍ਰਤਿਭਾ ਕੁਝ ਹੋਰ ਕਰਨ ਦੀ ਹੁੰਦੀ ਹੈ, ਪਰ ਰੋਟੀ ਕਮਾਉਣ ਦੀ ਮਜਬੂਰੀ ਕਾਰਨ
ਅਸੀਂ ਕੁਝ ਹੋਰ ਕਰਨ ਵਾਸਤੇ ਮਜਬੂਰ ਹੁੰਦੇ ਹਾਂ। ਜੋ ਮਜਬੂਰੀ ਦੀ ਹਾਲਤ ਵਿੱਚ ਕੀਤਾ ਜਾਂਦਾ ਉਸ ਵਿੱਚੋਂ ਸੰਤੋਖ ਅਤੇ ਪ੍ਰਸੰਨਤਾ ਨਹੀਂ ਮਿਲਦੀ, ਥਕਾਵਟ ਹੀ ਉਪਜਦੀ ਹੈ। ਸਾਨੂੰ ਪ੍ਰਸੰਨਤਾ ਦੇ ਨਵੇਂ ਸਰੋਤ ਲੱਭਣੇ ਚਾਹੀਦੇ ਹਨ। ਪੁਰਸ਼ ਦੇ ਮੁਕਾਬਲੇ ਇਸਤਰੀ ਵਿੱਚ ਇਹਨਾਂ ਸਰੋਤਾਂ ਨੂੰ ਲੱਭਣ ਦੀ ਯੋਗਤਾ ਵਧੇਰੇ ਹੁੰਦੀ ਹੈ। ਇਸਤਰੀਆਂ ਆਪਣੀਆਂ ਸ਼ੁਭ ਇੱਛਾਵਾਂ ਦੇਣ ਦਾ ਕੋਈ ਨਾ ਕੋਈ ਢੰਗ ਲੱਭ ਲੈਂਦੀਆਂ ਹਨ। ਪੁਰਸ਼ ਵਧੇਰੇ ਸੋਚਦੇ ਹਨ ਅਤੇ ਸੋਚਦਿਆਂ ਸੋਚਦਿਆਂ ਸ਼ੁਭ ਇੱਛਾਵਾਂ ਦੇਣ ਦੇ ਕਈ ਅਵਸਰ ਲੰਘਾ ਦਿੰਦੇ ਹਨ। ਇਸਤਰੀ ਵਿੱਚ ਧੰਨਵਾਦ ਕਰਨ ਦੀ ਸਮਰੱਥਾ ਵੀ ਪੁਰਸ਼ਾਂ ਨਾਲੋਂ ਵਧੇਰੇ ਹੁੰਦੀ ਹੈ। ਇਸ ਪੱਖੋਂ ਇਸਤਰੀ ਪੁਰਸ਼ ਨਾਲੋਂ ਬਹੁਤ ਅਮੀਰ ਹੈ। ਆਸ਼ੀਰਵਾਦ ਅਤੇ ਅਸੀਸਾਂ ਭਵਿੱਖ ਵਿੱਚ ਸਾਡਾ ਭਰੋਸਾ ਜਗਾਉਂਦੀਆਂ ਹਨ। ਸ਼ੁਭ ਇੱਛਾਵਾਂ ਕਿਸੇ ਦਾ ਪੇਟ ਨਹੀਂ ਭਰਦੀਆਂ, ਪਰ ਉਤਸ਼ਾਹ ਨਾਲ ਉਸਦੀ ਭੁੱਖ ਦੂਰ ਕਰ ਦਿੰਦੀਆਂ ਹਨ। ਚੰਗੇ ਬੰਦੇ ਦੇ ਆਸ਼ੀਰਵਾਦ ਨਾਲ ਸਾਨੂੰ ਆਪਣੀ ਬਦਨਸੀਬੀ ਵਿੱਚੋਂ ਵੀ ਕੋਈ ਰਾਹ ਦਿਸ ਪੈਂਦਾ ਹੈ। ਸ਼ੁਭ ਇੱਛਾਵਾਂ ਪ੍ਰਾਪਤ ਕਰਕੇ ਅਸੀਂ ਭਵਿੱਖ ਦੀਆਂ ਚੁਣੌਤੀਆਂ ਨੂੰ ਅਵਸਰਾਂ ਦੇ ਰੂਪ ਵਿੱਚ ਵੇਖ ਸਕਦੇ ਹਾਂ। ਆਸ਼ੀਰਵਾਦ ਨਾਲ ਸਾਡੀ ਰੂਹ ਨੂੰ ਹੁਲਾਰਾ ਮਿਲਦਾ ਹੈ ਅਤੇ ਹੁਲਾਰੇ ਚ ਉੱਠੀ ਹੋਈ ਰੂਹ ਵਿਸ਼ਵਾਸ ਨੂੰ ਨਵਾਂ ਸਨਮਾਨ ਅਤੇ ਤਾਕਤ ਦਿੰਦੀ ਹੈ। ਸ਼ੁਭ ਇੱਛਾਵਾਂ ਅਸਲ ਵਿੱਚ ਸਰੀਰ ਤੋਂ ਉੱਚੇ ਉੱਠ ਕੇ ਰੂਹ ਦੀ ਪੱਧਰ 'ਤੇ ਵਿਚਰਨ ਦਾ ਇੱਕ ਸੁਨੇਹਾ ਹੁੰਦੀਆਂ ਹਨ। ਕਿਸੇ ਮਨ ਦੇ ਮੀਤ ਦੀਆਂ ਸ਼ੁਭ ਇੱਛਾਵਾਂ ਪ੍ਰਾਪਤ ਕਰਕੇ ਅਸੀਂ ਜ਼ਿੰਦਗੀ ਨੂੰ ਇਵੇਂ ਵੇਖਦੇ ਹਾਂ ਜਿਵੇਂ ਨਵ ਵਿਆਹਿਆ ਫੌਜੀ ਛੁੱਟੀ ਦੇ ਪਹਿਲੇ ਦਿਨ ਆਪਣੀ ਘਰਵਾਲੀ ਨੂੰ ਵੇਖਦਾ ਹੈ। ਉਹਦਾ ਸਰੀਰ ਧਰਤੀ 'ਤੇ ਹੁੰਦਾ ਹੈ, ਪਰ ਉਹਦੀ ਰੂਹ ਤਾਰਿਆਂ 'ਚ ਹੁੰਦੀ ਹੈ। ਵਿਸ਼ਾਲ ਹਿਰਦੇ ਤੋਂ ਬਿਨਾਂ ਬਹੁਤ ਮੁਸ਼ਕਿਲ ਹੁੰਦੀ ਹੈ ਕਿਸੇ ਦੀ ਸਿਫਤ ਕਰਨੀ। ਦੂਜਿਆਂ ਦੇ ਦੁੱਖ ਵਿੱਚੋਂ ਆਪਣਾ ਸੁੱਖ ਪਾਲਣ ਦੀ ਆਦਤ ਪਸਰ ਰਹੀ ਹੈ। ਹੁਣ ਹੱਥਾਂ ਨੂੰ ਹੀ ਗੁਲੇਲਾਂ ਬਣਾ ਲਿਆ ਗਿਆ ਹੈ। ਹੁਣ ਉਹ ਸਾਧੂ ਨਹੀਂ ਰਹੇ ਜਿਹੜੇ ਕਿਹਾ ਕਰਦੇ ਸਨ, ਕਿਸੇ ਦਾ ਬੁਰਾ ਨਾ ਮੰਗੀ ਤੇਰਾ ਭਲਾ ਹੋਏਗਾ। ਹੁਣ ਤਾਂ ਸਾਡੇ ਧੰਨਵਾਦ ਵਿੱਚ ਵੀ ਗੁੱਸਾ ਹੁੰਦਾ ਹੈ। ਹੁਣ ਉਹ ਯੁੱਗ ਲੰਘ ਗਏ ਹਨ ਜਦੋਂ ਸ਼ੌਕ ਇੰਨੇ ਵੱਡੇ ਸਨ ਕਿ ਜੱਗ ਸੌੜਾ ਪ੍ਰਤੀਤ ਹੁੰਦਾ ਸੀ। ਉਦੋਂ ਖੁਸ਼ੀ ਜ਼ਿੰਦਗੀ ਦੇ ਵਣਜ ਵਿੱਚੋਂ ਕਮਾਇਆ ਨਫ਼ਾ ਹੁੰਦੀ ਸੀ। ਹੁਣ ਹਰ ਕੰਮ 'ਚ ਘਾਟਾ ਪੈਂਦਾ ਹੈ। ਸਿਰ 'ਤੇ ਜਦੋਂ ਭਾਰ ਬਹੁਤਾ ਹੁੰਦਾ ਹੈ ਤਾਂ ਅਸੀਂ ਤੇਜ਼ ਤੁਰਨਾ ਆਪੇ ਸਿੱਖ ਜਾਂਦੇ ਹਾਂ, ਪਰ ਤੇਜ਼ ਤੁਰਦਿਆਂ ਅਸੀਂ ਕਿਸੇ ਦਾ ਸਾਥ ਨਹੀਂ ਮਾਣ ਸਕਦੇ। ਹੁਣ ਮਨੁੱਖ ਨੂੰ ਰਿਸ਼ਤਿਆਂ ਵਿੱਚੋਂ ਨਹੀਂ ਵਸਤਾਂ ਵਿੱਚੋਂ ਵਧੇਰੇ ਤਸੱਲੀ ਮਿਲਦੀ ਹੈ, ਪਰ ਜਲਦੀ ਸੋਝੀ ਹੋ ਜਾਂਦੀ ਹੈ ਕਿ ਜਿਉਂ ਜਿਉਂ ਚੀਜ਼ਾਂ ਵਸਤਾਂ ਨਾਲ ਮੋਹ ਘਟਦਾ ਹੈ ਤਿਉਂ ਤਿਉਂ ਹੀ ਮਨੁੱਖਾਂ ਨਾਲ ਮੋਹ ਵੱਧਦਾ ਹੈ। ਇਸ ਮੋਹ ਵਿੱਚ ਖੁਸ਼ੀ ਲੁਕੀ ਹੋਈ ਹੁੰਦੀ ਹੈ। ਆਪਣੇ ਪਿਆਰਿਆਂ ਦੀ ਖੁਸ਼ੀ ਪ੍ਰਤੀ ਸੁਚੇਤ ਹੋਣ ਨਾਲ ਹੀ ਸਾਡੀ ਖੁਸ਼ੀ ਵੱਧ ਜਾਂਦੀ ਹੈ। ਇਹ ਵਧੀ ਹੋਈ ਖੁਸ਼ੀ ਹੀ ਸਾਡੇ ਵਿੱਚ ਆਪਣੇ ਆਪ ਨੂੰ ਲੁਟਾਉਣ ਦੀ ਅਮੀਰੀ ਉਪਜਾਉਂਦੀ ਹੈ। ਇਹ ਅਮੀਰੀ ਸਾਡੇ ਵਿੱਚ ਦੂਜਿਆਂ ਨੂੰ ਉਹਨਾਂ ਦੇ ਦੋਸ਼ਾਂ ਦੇ ਬਾਵਜੂਦ ਸਵੀਕਾਰ ਕਰਨ ਦੀ ਦਲੇਰੀ ਪੈਦਾ ਕਰਦੀ ਹੈ। ਨਿੰਦਾ ਨੀਵਾਂ ਬੰਦਾ ਹੀ ਕਰਦਾ ਹੈ, ਉੱਚੇ ਬੰਦੇ ਤਾਂ ਮਾਫ਼ ਕਰਦੇ ਹਨ। ਜਿਵੇਂ ਸ਼ਰਮ ਮੈਲੀ ਅੱਖ ਤੋਂ ਬਚਣ ਦਾ ਇੱਕ ਸਾਧਨ ਅਤੇ ਪੈਂਤੜਾ ਹੁੰਦੀ ਹੈ, ਇਵੇਂ ਕਿਸੇ ਵੱਲੋਂ ਨਿੰਦਾ ਸੁਣਨ ਦੇ ਬਾਵਜੂਦ ਚੁੱਪ ਰਹਿਣਾ ਉਸ ਨੂੰ ਉਹਦੇ ਆਪਣੇ ਅਖਾੜੇ ਵਿੱਚ ਹੀ ਹਰਾਉਣ ਵਾਂਗ ਹੁੰਦਾ ਹੈ। ਕਿਸੇ ਨੂੰ ਸੁੰਗੜੇ ਹੋਏ ਮਨ ਨਾਲ ਸਲਾਬੀਆਂ ਜੀਆਂ ਸ਼ੁਭ ਇੱਛਾਵਾਂ ਦੇਣ ਦੀ ਥਾਂ ਚੰਗਾ ਚੁੱਪ ਹੀ ਰਿਹਾ ਜਾਵੇ। ਸਾਡੇ ਜੀਵਨ 'ਚ ਕਈ ਅਜਿਹੇ ਵਿਅਕਤੀ ਆਉਂਦੇ ਹਨ ਜਿਨ੍ਹਾਂ ਨਾਲ ਨਾ ਗੁੱਸੇ ਹੋਇਆ ਜਾ ਸਕਦਾ, ਨਾ ਰੁੱਸਿਆ ਜਾ ਸਕਦਾ, ਉਹਨਾਂ ਨਾਲ ਮਿਲ ਕੇ ਖੁਸ਼ ਹੀ ਹੋਇਆ ਜਾ ਸਕਦਾ। ਉਹਨਾਂ ਨਾਲ ਵਿਛੜ ਕੇ ਉਦਾਸ ਹੋਣ ਤੋਂ ਸਿਵਾਏ ਕੋਈ ਰਾਹ ਨਹੀਂ ਹੁੰਦਾ। ਅਜਿਹੇ ਵਿਅਕਤੀ ਜਿੱਥੇ ਵੀ ਹੁੰਦੇ ਹਨ ਉਸ ਥਾਂ ਦਾ ਸੁਭਾਗ ਹੁੰਦੇ ਹਨ। ਉਹਨਾਂ ਦਾ ਸਾਡੇ 'ਤੇ ਕੁਝ ਅਜਿਹਾ ਪ੍ਰਭਾਵ ਹੁੰਦਾ ਹੈ ਕਿ ਜਦੋਂ ਵੀ ਜ਼ਿੰਦਗੀ 'ਚ ਕੁਝ ਚੰਗਾ ਅਤੇ ਸੋਹਣਾ ਵਾਪਰਦਾ ਤਾਂ ਸਾਨੂੰ ਉਹਨਾਂ ਦਾ ਖਿਆਲ ਆਉਂਦਾ ਹੈ। ਉਹਨਾਂ ਦੀ ਸ਼ਾਨ 'ਚ ਅਸੀਂ ਕੁਝ ਵੀ ਅਜਿਹਾ ਕਰਨਾ ਨਹੀਂ ਚਾਹੁੰਦੇ ਜਿਸ ਨਾਲ ਉਹਨਾਂ ਦਾ ਨਾਮ ਮੈਲਾ ਹੁੰਦਾ ਹੋਵੇ। ਅਸੀਂ ਉਹਨਾਂ ਨੂੰ ਉਹ ਤੋਹਫ਼ੇ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਵਾਸਤੇ ਅਸੀਂ ਆਪਣੇ ਆਪ ਨੂੰ ਵੀ ਯੋਗ ਨਹੀਂ ਸਮਝਿਆ ਹੁੰਦਾ। ਇਹਨਾਂ ਲੋਕਾਂ ਤੋਂ ਸਾਨੂੰ ਕਿਸੇ ਨੂੰ ਕੁਝ ਦੇਣ ਵਿੱਚ ਛੁਪੀ ਖੁਸ਼ੀ ਦਾ ਅਹਿਸਾਸ ਪ੍ਰਾਪਤ ਹੁੰਦਾ ਹੈ। ਕੋਈ ਵਿਅਕਤੀ ਕਿਸੇ ਨੂੰ ਸ਼ੁਭ ਇੱਛਾਵਾਂ ਉਦੋਂ ਹੀ ਦੇਣ ਯੋਗ ਹੁੰਦਾ ਹੈ ਜਦੋਂ ਆਪਣੇ ਮਾਪਿਆਂ ਨੂੰ ਸੱਚੇ ਸਤਿਕਾਰ ਦੀ ਦ੍ਰਿਸ਼ਟੀ ਨਾਲ ਵੇਖਣ ਲੱਗ ਪਵੇ। ਇਹ ਨਿਰਮਾਣਤਾ ਉਸਦੇ ਉੱਚੇ ਉੱਠਣ ਅਤੇ ਆਪ ਸਤਿਕਾਰ ਯੋਗ ਬਣਨ ਦਾ ਪ੍ਰਮਾਣ ਹੁੰਦੀ ਹੈ। ਜਿਨ੍ਹਾਂ ਨੂੰ ਮਿਹਰਬਾਨਾਂ ਦਾ ਧੰਨਵਾਦ ਕਰਨਾ ਨਹੀਂ ਆਉਂਦਾ ਉਹਨਾਂ ਨੂੰ ਸ਼ੁਭ ਇੱਛਾਵਾਂ ਵੀ ਦੇਣੀਆਂ ਨਹੀਂ ਆਉਂਦੀਆਂ।
ਇਹ ਸਮਝਣਾ ਵੀ ਜ਼ਰੂਰੀ ਹੈ ਕਿ ਸੌਗਾਤ ਇੱਕ ਅਜਿਹੀ ਵਸਤ ਹੁੰਦੀ ਹੈ ਜਿਹੜੀ ਅਸੀਂ ਕਮਾਈ ਨਹੀਂ ਹੁੰਦੀ ਤੇ ਸਾਡੇ ਕਮਾਉਣ ਬਿਨਾ ਸਾਨੂੰ ਦਿੱਤੀ ਜਾ ਰਹੀ ਹੁੰਦੀ ਹੈ। ਕੋਈ ਸੌਗਾਤ ਪ੍ਰਾਪਤ ਕਰਕੇ ਉਸ ਦੇ ਯੋਗ ਹੋਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ। ਇਹੋ ਕਾਰਨ ਹੈ ਕਿ ਅੱਜ ਕੱਲ੍ਹ ਬਹੁਤੀਆਂ ਸੌਗਾਤਾਂ ਰਿਸ਼ਵਤ ਵਾਂਗ ਦਿੱਤੀਆਂ ਲਈਆਂ ਜਾਂਦੀਆਂ ਹਨ। ਵੇਖਣ ਵਾਲੀ ਗੱਲ ਇਹ ਹੈ ਕਿ ਕਿੰਨੇ ਬੂਹੇ ਤੁਹਾਡੀ ਉਡੀਕ 'ਚ ਖੁੱਲ੍ਹੇ ਹਨ, ਕਿੰਨੇ ਲੋਕ ਤੁਹਾਡੇ ਬਾਰੇ ਚੰਗੀ ਰਾਏ ਦੇਣ 'ਚ ਪ੍ਰਸੰਨਤਾ ਅਨੁਭਵ ਕਰਦੇ ਹਨ, ਕਿੰਨੇ ਬੰਦੇ ਆਪ ਮੁਹਾਰੇ ਤੁਹਾਡੀ ਅਰਥੀ ਨਾਲ ਚੱਲਣ ਲਈ ਤਿਆਰ ਹੋਣਗੇ, ਕਿੰਨੇ ਲੋਕ ਆਪਣੇ ਨਾਲੋਂ ਵੀ ਤੁਹਾਡੇ ਉੱਤੇ ਵਧੇਰੇ ਇਤਬਾਰ ਕਰਦੇ ਹਨ, ਉਹ ਕਿੰਨੇ ਹਨ ਜਿਨ੍ਹਾਂ ਦੀਆਂ ਅੱਖਾਂ ਤੁਹਾਨੂੰ ਲੱਭਦੀਆਂ ਹਨ, ਉਹ ਕਿੰਨੀਆਂ ਹਨ ਜਿਨ੍ਹਾਂ ਦੇ ਵੈਣਾਂ ਵਿੱਚ ਤੁਹਾਡਾ ਨਾਂ ਗੂੰਜੇਗਾ। ਸਾਡੇ ਪੁੱਤਰ ਧੀਆਂ ਸੰਸਾਰ ਲਈ ਸਾਡੀਆਂ ਸੌਗਾਤਾਂ ਹੁੰਦੀਆਂ ਹਨ, ਪਰ ਸਾਡੀ ਲੁਕਵੀਂ ਲਾਲਸਾ ਸਾਡੀਆਂ ਦਿੱਤੀਆਂ ਸੌਗਾਤਾਂ ਨੂੰ ਫਿੱਕਿਆਂ ਪਾ ਦਿੰਦੀ ਹੈ। ਸਾਨੂੰ ਕਾਮਨਾ ਕਰਨੀ ਚਾਹੀਦੀ ਹੈ ਕਿ ਸਾਡੇ ਧੀਆਂ ਪੁੱਤਰਾਂ ਦਾ ਹੱਥ ਜਦੋਂ ਵੀ ਵਧੇ ਕਿਸੇ ਦੀ ਦੋਸਤੀ ਲਈ ਵਧੇ, ਜਦੋਂ ਵੀ ਖੁੱਲ੍ਹੇ ਕੁਝ ਦੇਣ ਲਈ ਖੁੱਲ੍ਹੇ, ਉਹਨਾਂ ਦੀ ਜ਼ੁਬਾਨ ਜਦ ਵੀ ਬੋਲੇ ਰੱਬ ਤੋਂ ਵਿਛੜੇ ਭਗਤਾਂ ਦਾ ਹਾਲ ਪੁੱਛੇ। ਸ਼ੁਭ ਇੱਛਾਵਾਂ ਦਾ ਜਵਾਬ ਸ਼ੁਭ ਇੱਛਾਵਾਂ ਹੀ ਹੁੰਦੀਆਂ ਹਨ। ਪਿਆਰ ਨੂੰ ਪਿਆਰ ਹੀ ਰੱਜ ਦਿੰਦਾ ਹੈ। ਫਸਲਾਂ ਧਰਤੀ ਦੀਆਂ ਸ਼ੁਭ ਇੱਛਾਵਾਂ ਹਨ, ਪਾਣੀ ਚਸ਼ਮੇ ਦੀ ਸ਼ੁਭ ਇੱਛਾ ਹੈ, ਸੂਰਜ ਦੀ ਸ਼ੁਭ ਇੱਛਾ ਧੁੱਪ ਹੈ, ਮੀਂਹ ਬੱਦਲਾਂ ਦੇ ਸੁੱਖ ਸੁਨੇਹੇ ਹਨ। ਸਾਡੀਆਂ ਸ਼ੁਭ ਇੱਛਾਵਾਂ ਕਬੂਲ ਕਰਨਾ ਅਤੇ ਸਾਡੀਆਂ ਅੱਖੀਆਂ ਨੂੰ ਆਪਣੇ ਚਿਹਰੇ ਦੇ ਦੀਦਾਰ ਲਈ ਬਹੁਤਾ ਨਾ ਤਰਸਾਉਣਾ। ਨਰਿੰਦਰ ਸਿੰਘ ਕਪੂਰ ਦੀ ਪੁਸਤਕ ਆਹਮੋ ਸਾਹਮਣੇ ਦਾ ਦੂਸਰਾ ਲੇਖ ਮੇਲ ਜੋਲ। ਅਜੀਬ ਗੱਲ ਹੈ ਕਿ ਜਿਉਂ ਜਿਉਂ ਮੇਲ ਜੋਲ ਦੇ ਅਵਸਰ ਵੱਧ ਰਹੇ ਹਨ, ਤਿਉਂ ਤਿਉਂ ਮਨੁੱਖ ਇਕੱਲਾ ਹੁੰਦਾ ਜਾ ਰਿਹਾ ਹੈ। ਬੀਤੇ ਨੂੰ ਪਛਤਾਵੇ ਤੋਂ ਬਿਨਾਂ ਯਾਦ ਕਰਨਾ ਅਤੇ ਭਵਿੱਖ ਨੂੰ ਭੁਲੇਖਿਆਂ ਤੋਂ ਬਿਨਾਂ ਕਿਆਸਣਾ ਹੁਣ ਸੰਭਵ ਨਹੀਂ ਰਿਹਾ। ਲੋਕ ਪਰੇਸ਼ਾਨ ਹਨ ਕਿਉਂਕਿ ਪਿਆਰ ਜਿਹਾ ਸੱਜਰਾ ਅਤੇ ਸੱਚਾ ਸੁੱਚਾ ਅਨੁਭਵ ਵੀ ਥਕਾਵਟ ਅਤੇ ਸਿਰਦਰਦੀ ਬਣ ਗਿਆ। ਇਸ ਪਰੇਸ਼ਾਨੀ ਦਾ ਕਾਰਨ ਇਹ ਹੈ ਕਿ ਲੋਕਾਂ ਨੇ ਪੁਲਾਂ ਨਾਲੋਂ ਵਧੇਰੇ ਕੰਧਾਂ ਉਸਾਰ ਲਈਆਂ ਹਨ। ਅਵਸਰ ਫੈਲਣ ਦੇ ਵੱਧ ਰਹੇ ਹਨ ਪਰ ਅਮਲ ਸੁੰਗੜਨ ਦਾ ਵੱਧ ਰਿਹਾ ਹੈ। ਉਹ ਲੋਕ ਕਿੱਥੇ ਹਨ ਜਿਨ੍ਹਾਂ ਦੇ ਆਇਆਂ ਵਿਹੜੇ ਸੁੱਚੇ ਹੋ ਜਾਇਆ ਕਰਦੇ ਸਨ? ਉਹ ਮੁਰਸ਼ਦ ਕਿੱਥੇ ਹਨ, ਮੁਰੀਦ ਜਿਨ੍ਹਾਂ ਦੀ ਸਰਦਲ ਚੁੰਮਦੇ ਰਹਿੰਦੇ ਸਨ ਅਤੇ ਕਿਸੇ ਨੂੰ ਦਰਵਾਜ਼ਾ ਖਟਖਟਾਉਣ ਦੀ ਹਿੰਮਤ ਨਹੀਂ ਸੀ ਪੈਂਦੀ? ਪ੍ਰੇਮੀ ਵੀ ਅੱਜ ਕੱਲ੍ਹ ਇੱਕ ਦੂਜੇ ਵੱਲ ਇੰਝ ਤੱਕਦੇ ਹਨ ਜਿਵੇਂ ਧੋਖਾਧੜੀ ਦੇ ਮੁਕੱਦਮੇ ਦੀਆਂ ਦੋ ਵਿਰੋਧੀ ਧਿਰਾਂ ਹੋਣ। ਅੱਜ ਕਿਸੇ ਨੂੰ ਪਾਣੀ ਪਿਲਾਓ, ਉਹ ਛਬੀਲ ਉੱਤੇ ਹੀ ਕਾਬਜ਼ ਹੋ ਜਾਏਗਾ। ਆਪਣੇ ਆਪ ਨੂੰ ਨਪੀੜਨ ਅਤੇ ਨਿਖਾਰਨ ਦਾ ਅਮਲ ਕਿਧਰੇ ਵਿਖਾਈ ਨਹੀਂ ਦਿੰਦਾ। ਕਵੀ ਚਵਨ ਪਰਾਸ਼ ਖਾ ਕੇ ਕਵਿਤਾ ਲਿਖ ਰਹੇ ਹਨ ਅਤੇ ਰਾਜਧਾਨੀ ਦੀ ਗਰਦ ਵਿੱਚ ਰਹਿਣ ਵਾਲੇ ਨੇਤਾ ਆਪਣੀ ਹੀ ਮਰਜ਼ੀ ਨਾਲ ਭਵਜਲ ਵਿੱਚੋਂ ਦੇਸ਼ ਨੂੰ ਕੱਢਣ ਦੇ ਹੰਕਾਰ 'ਚ ਗੋਤੇ ਖਾ ਰਹੇ ਹਨ। ਹਰ ਰੋਜ਼ ਕਿਸੇ ਚੰਗੀ ਪਰੰਪਰਾ ਦਾ ਭੋਗ ਪੈ ਰਿਹਾ ਹੈ। ਅਜੋਕੇ ਮਨੁੱਖ ਦਾ ਗਿਆਨ ਵੱਧ ਰਿਹਾ ਹੈ ਪਰ ਅਨੁਭਵ ਦੇ ਪੱਖੋਂ ਉਹ ਕੰਗਾਲ ਹੋ ਰਿਹਾ ਹੈ। ਸਾਡੇ ਵਿੱਦਿਅਕ ਅਦਾਰੇ ਕੁਝ ਕਰਨ ਦੀ ਥਾਂ ਬਸ ਹੀਜੜਿਆਂ ਵਾਂਗ ਖਲੋਤੇ ਦੇਖੇ ਜਾ ਰਹੇ ਹਨ। ਸਪੀਡ ਬ੍ਰੇਕਰਾਂ ਵਰਗੀਆਂ ਸ਼ਖਸੀਅਤਾਂ ਦੇ ਅਜੋਕੇ ਦੌਰ ਵਿੱਚ ਅਪਮਾਨ ਦੀ ਬੋਲੀ 'ਚ ਸਨਮਾਨ ਹੋ ਰਹੇ ਹਨ ਅਤੇ ਹਰ ਪ੍ਰਕਾਰ ਦੇ ਇਨਾਮ ਅਤੇ ਸਨਮਾਨ ਕੱਟੀ ਹੋਈ ਪਤੰਗ ਵਾਂਗ ਲੁੱਟੇ ਜਾ ਰਹੇ ਹਨ। ਸਮੁੱਚੀ ਅਜੋਕੀ ਸਥਿਤੀ ਵਿੱਚੋਂ ਵਿਸ਼ਵਾਸ ਮਨਫੀ ਹੋ ਗਿਆ ਹੈ। ਅਸਹਿਮਤ ਹੋਣ ਦੀ ਹਿੰਮਤ ਖੁਰ ਗਈ ਹੈ। ਖੇਤਰ ਕੋਈ ਹੋਵੇ, ਹਰ ਕੋਈ ਸਮੇਂ ਅਤੇ ਸਥਿਤੀ ਅਨੁਸਾਰ ਰੰਗ ਅਤੇ ਪੈਂਤੜਾ ਧਾਰਨ ਕਰ ਰਿਹਾ ਹੈ। ਇਹ ਹੈਰਾਨੀ ਦੀ ਗੱਲ ਨਹੀਂ ਕਿ ਹਰ ਕਿਸੇ ਨੂੰ ਇਕੱਲਤਾ ਦਾ ਅਹਿਸਾਸ ਹੈ। ਇਹ ਅਹਿਸਾਸ ਕਿਸੇ ਵੀ ਪੱਖੋਂ ਮਾਣਯੋਗ ਨਹੀਂ। ਇਸ ਅਹਿਸਾਸ ਦੌਰਾਨ ਗੁਜ਼ਰਿਆ ਹੋਇਆ ਉਦਾਸੀਆ ਅਤੇ ਦੁਖਾਵਾਂ ਜ਼ਮਾਨਾ ਇੰਝ ਯਾਦ ਆਉਂਦਾ ਹੈ ਜਿਵੇਂ ਕੰਠ ਕੀਤੀ ਕੋਈ ਔਖੀ ਕਵਿਤਾ ਹੋਵੇ। ਵਿਸ਼ਵਾਸ ਤੋਂ ਬਿਨਾਂ ਕੋਈ ਦੋਸਤੀ, ਕੋਈ ਰਿਸ਼ਤਾ, ਕੋਈ ਗੁਆਂਢ ਇਵੇਂ ਹੁੰਦਾ ਹੈ ਜਿਵੇਂ ਕੁੰਡੇ ਤੋਂ ਬਿਨਾਂ ਕੇਤਲੀ ਹੋਵੇ, ਹੱਥੀ ਤੋਂ ਬਿਨਾਂ ਕਹੀ ਹੋਵੇ, ਢੱਕਣ ਤੋਂ ਬਿਨਾਂ ਪੈੱਨ ਹੋਵੇ, ਪੈਟਰੋਲ ਤੋਂ ਬਿਨਾਂ ਕਾਰ ਹੋਵੇ। ਧਰਮ ਮਨੁੱਖ ਨੂੰ ਜੀਵਨ ਦੀ ਉਹ ਨੁਹਾਰ ਪੇਸ਼ ਕਰਦਾ ਰਿਹਾ ਹੈ ਜਿਸ ਵਿੱਚ ਇਕੱਲਤਾ ਦਾ ਰੋਗ ਨਹੀਂ ਸੀ
ਤੇ ਜਿਸ ਵਿੱਚ ਸਹਿਯੋਗ ਤੇ ਵਿਸ਼ਵਾਸ ਦਾ ਬੋਲਬਾਲਾ ਸੀ। ਪੁਰਾਣੇ ਜ਼ਮਾਨੇ ਵਿੱਚ ਦੂਜਿਆਂ ਦੇ ਨੇੜੇ ਹੋਣਾ ਮਨੁੱਖ ਆਪਣਾ ਹੱਕ ਸਮਝਦਾ ਸੀ। ਉਹ ਮਨੁੱਖ ਆਪਣੀ ਮੰਜ਼ਿਲ ਤੇ ਪਹੁੰਚ ਕੇ ਆਪਣੇ ਸਫ਼ਰ ਉਹ ਮਨੁੱਖ ਆਪਣੀ ਮੰਜ਼ਿਲ ਤੇ ਪਹੁੰਚ ਕੇ ਆਪਣਾ ਸਫ਼ਰ ਸ਼ੁਰੂ ਕਰਦਾ ਸੀ। ਉਸ ਯੁੱਗ ਵਿੱਚ ਜਦੋਂ ਕਿਸੇ ਪਰੰਪਰਾ ਨੂੰ ਮਾਵਾਂ ਜਾਂ ਬਣਨ ਵਾਲੀਆਂ ਮਾਵਾਂ ਅਪਣਾ ਲੈਂਦੀਆਂ ਸਨ ਤਾਂ ਇੱਕ ਪਵਿੱਤਰ ਧਾਰਮਿਕ ਰਸਮ ਵਜੋਂ ਟਿਕ ਜਾਂਦੀ ਸੀ। ਉਸ ਸਮੇਂ ਕਿਤਾਬਾਂ ਇੰਨੀਆਂ ਸਰਲ ਹੁੰਦੀਆਂ ਸਨ ਕਿ ਬੱਚੇ ਤਾਂ ਬੱਚੇ, ਉਹਨਾਂ ਦੇ ਮਾਪੇ ਵੀ ਉਹਨਾਂ ਨੂੰ ਸਮਝ ਜਾਂਦੇ ਸਨ। ਅਜੋਕੇ ਯੁੱਗ ਵਿੱਚ ਸਾਡੇ ਵਾਕਫ ਤਾਂ ਬਹੁਤ ਹਨ ਪਰ ਦੋਸਤ ਕੋਈ ਨਹੀਂ। ਸਾਡਾ ਆਉਣ ਜਾਣ ਤਾਂ ਕਈਆਂ ਘਰਾਂ ਨਾਲ ਹੁੰਦਾ ਪਰ ਸੁਖਾਵਾਂ ਅਤੇ ਨਿੱਘਾ ਮੇਲ ਜੋਲ ਕਿਸੇ ਨਾਲ ਨਹੀਂ ਹੁੰਦਾ। ਪੁਰਾਤਨ ਮਨੁੱਖ ਦਾ ਪ੍ਰਕਿਰਤੀ ਨਾਲ ਸਿੱਧਾ ਅਤੇ ਨਿਰਛਲ ਮੇਲ ਜੋਲ ਸੀ, ਜਦਕਿ ਆਧੁਨਿਕ ਯੁੱਗ ਵਿੱਚ ਲਗਾਤਾਰ ਆਪਣੀ ਹੀ ਸੰਗਤ ਨੇ ਮਨੁੱਖ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਸਥਿਤੀ ਦਾ ਵਿਅੰਗ ਇਹ ਹੈ ਕਿ ਕਿਸੇ ਇਮਾਰਤ ਨੂੰ ਅਸੀਂ ਉਸ ਵੇਲੇ ਤੱਕ ਪਸੰਦ ਨਹੀਂ ਕਰਦੇ ਜਦੋਂ ਤੱਕ ਉਹ ਢਹਿ ਢੇਰੀ ਨਾ। ਜਦੋਂ ਸਾਡਾ ਮੇਲ ਜੋਲ ਵਿਗੜਦਾ ਹੈ ਤਾਂ ਭਾਸ਼ਾ ਅਤੇ ਬੋਲਚਾਲ ਵਿੱਚ ਵੀ ਵਿਗਾੜ ਆਉਂਦਾ ਹੈ। ਮਨੁੱਖਾਂ ਦੀ ਥਾਂ ਵਸਤਾਂ ਵਧੇਰੇ ਮਹੱਤਵਪੂਰਨ ਹੋ ਜਾਂਦੀਆਂ ਹਨ। ਇੱਕ ਦੂਜੇ ਨਾਲ ਇੱਕੋ ਦਿਸ਼ਾ ਵਿੱਚ ਵੇਖਣ ਦੇ ਹੁਨਰ ਦੀ ਥਾਂ ਪਿਆਰ ਇੱਕ ਦੂਜੇ ਦੇ ਚਿਹਰੇ ਵੱਲ ਵੇਖਣ ਦਾ ਕਾਰਜ ਬਣ ਕੇ ਰਹਿ ਜਾਂਦਾ ਹੈ। ਪੜ੍ਹਨ ਲਿਖਣ ਦਾ ਉਦੇਸ਼ ਦੂਜਿਆਂ ਨਾਲ ਚੰਗੇਰੇ ਢੰਗ ਨਾਲ ਗੱਲਬਾਤ ਕਰਨ ਦੀ ਯੋਗਤਾ ਉਪਜਾਉਣਾ ਹੁੰਦਾ ਹੈ, ਧਮਕੀਆਂ ਦੇਣ ਦੇ ਨਵੇਂ ਨਵੇਂ ਢੰਗ ਸਿਰਜਣਾ ਨਹੀਂ ਹੁੰਦਾ। ਉਹ ਕਿੰਨੇ ਕੁ ਘਰ ਹਨ ਜਿੱਥੇ ਵੇਲੇ ਕੁ ਵੇਲੇ ਦਸਤਕ ਦੇਣ ਲੱਗਿਆਂ ਤੁਹਾਨੂੰ ਝਿਜਕ ਨਹੀਂ ਹੁੰਦੀ। ਉਹ ਕਿੰਨੇ ਕੁ ਲੋਕ ਹਨ ਜਿਨ੍ਹਾਂ ਨਾਲ ਤੁਸੀਂ ਬਿਨਾਂ ਸੰਕੋਚ ਗੱਲਬਾਤ ਕਰ ਸਕਦੇ ਹੋ। ਕਈ ਇਸ ਸਥਿਤੀ ਨੂੰ ਕੇਵਲ ਆਰਥਿਕਤਾ ਨਾਲ ਜੋੜਨਗੇ, ਪਰ ਸਥਿਤੀ ਦਾ ਸੱਚ ਇਹ ਹੈ ਕਿ ਮੇਲ ਜੋਲ ਦਾ ਬਹੁਤਾ ਸੰਕਟ ਉਹਨਾਂ ਲੋਕਾਂ ਸਾਹਮਣੇ ਹੈ ਜਿਨ੍ਹਾਂ ਦੀ ਆਰਥਿਕ ਸਥਿਤੀ ਸੁਧਰੀ ਹੈ। ਸੌਖੀਆਂ ਜਿੱਤਾਂ ਦੇ ਆਦੀ ਲੋਕ ਔਖੇ ਰਾਹਾਂ 'ਤੇ ਨਹੀਂ ਟੁਰਦੇ। ਜਿਹੜੇ ਵਿਸ਼ੇ ਔਖੇ ਹੁੰਦੇ ਹਨ ਉਹੀ ਲਾਭਦਾਇਕ ਹੁੰਦੇ ਹਨ। ਅਜੋਕੇ ਮਨੁੱਖ ਦੀਆਂ ਇਕੱਲਤਾ ਨਾਲ ਜੁੜੀਆਂ ਬਹੁਤੀਆਂ ਸਮੱਸਿਆਵਾਂ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਬਹੁਤ ਵੱਡੇ ਗਰੋਹਾਂ ਜਾਂ ਮਹਾਂਨਗਰਾਂ 'ਚ ਆਪਣੇ ਆਪ ਨੂੰ ਬ੍ਰਹਿਮੰਡ ਦਾ ਕੇਂਦਰ ਮਿਥ ਕੇ ਜਿਉਣਾ ਚਾਹੁੰਦਾ ਹੈ। ਅਨਿਸ਼ਚਿਤਤਾ ਦੇ ਸਿਰਜੇ ਸਾਡੇ ਪਰਸਪਰ ਵਿਹਾਰ ਵਿੱਚ ਅਨੇਕਾਂ ਤ੍ਰੇੜਾਂ ਹਨ ਅਤੇ ਜ਼ਿੰਦਗੀ ਦੇ ਤਿੜਕੇ ਹੋਏ ਸ਼ੀਸ਼ੇ ਵਿੱਚੋਂ ਅਸੀਂ ਆਪਣੀ ਸਾਬਤੀ ਸਬੂਤੀ ਸ਼ਕਲ ਵੇਖਣ ਦਾ ਅਸਫਲ ਯਤਨ ਕਰ ਰਹੇ ਹਾਂ। ਅਜੋਕੇ ਯੁੱਗ 'ਚ ਅਸੀਂ ਕੇਵਲ ਆਪਣੇ ਆਪ ਨੂੰ ਪਛਾਣਦੇ ਹਾਂ। ਜਨਮ ਤੋਂ ਹੀ ਮਨੁੱਖ ਨੂੰ ਆਪਸੀ ਮੇਲ ਜੋਲ ਵਧਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਮਨੁੱਖ ਲੱਖ ਯਤਨ ਕਰਨ ਦੇ ਬਾਵਜੂਦ ਮੇਲ ਜੋਲ ਦਾ ਪਰਿਵਾਰ ਨਾਲੋਂ ਵਧੇਰੇ ਹੰਢਣਸਾਰ ਢੰਗ ਤਰੀਕਾ ਨਹੀਂ ਸਿਰਜ ਸਕਿਆ। ਮਾਪੇ, ਦੋਸਤ, ਸਹੇਲੀਆਂ, ਸੰਗੀ ਸਾਥੀ, ਗੁਆਂਢੀ, ਅਧਿਆਪਕ ਆਦਿ ਵੀ ਵੱਖ ਵੱਖ ਪਰਿਵਾਰਾਂ ਦੇ ਨੁਮਾਇੰਦਿਆਂ ਵਾਂਗ ਹੀ ਸਾਨੂੰ ਮਿਲਦੇ ਜੁਲਦੇ ਹਨ। ਘਰ ਦੇ ਅੰਦਰ ਆਪਣੇ ਵਿਲੱਖਣ ਸੱਭਿਆਚਾਰ ਦੀ ਜਾਗ ਮਾਂ ਤੋਂ ਲੱਗਦੀ ਹੈ। ਪਿਆਰ ਕਰਨ ਦੀ ਯੋਗਤਾ ਇਸਤਰੀ ਦੀ ਸਭ ਤੋਂ ਵੱਡੀ ਸ਼ਕਤੀ ਹੈ। ਇਸਤਰੀ ਦਾ ਸੰਸਾਰ ਨਾਲ ਰਿਸ਼ਤਾ ਪਿਆਰ ਵਾਲਾ ਹੈ, ਜਦਕਿ ਸੰਸਾਰ ਨਾਲ ਪੁਰਸ਼ ਦਾ ਰਿਸ਼ਤਾ ਅਲਗਾਵ ਵਾਲਾ ਹੁੰਦਾ ਹੈ। ਹੁਣ ਜਦੋਂ ਇਸਤਰੀ ਪੁਰਸ਼ ਨਾਲ ਮੁਕਾਬਲੇ ਦੀ ਸਥਿਤੀ 'ਚ ਵਿਚਰਨ ਦੀ ਜ਼ਿੱਦ ਕਰ ਰਹੀ ਹੈ ਤਾਂ ਸੁਭਾਵਕ ਹੀ ਪੁਰਸ਼ਾਂ ਵਾਲੀ ਸੋਚ ਸਮਝ ਅਪਣਾਉਣ ਕਾਰਨ ਉਹਦਾ ਸੰਸਾਰ ਨਾਲ ਰਿਸ਼ਤਾ ਪਿਆਰ ਵਾਲਾ ਨਹੀਂ ਰਹੇਗਾ। ਕੰਮ ਉੱਤੇ ਜਾਣ ਦੀ ਮਜਬੂਰੀ ਕਾਰਨ ਮਾਵਾਂ ਆਪਣੀ ਸੰਤਾਨ ਨੂੰ ਆਪਣਾ ਦੁੱਧ ਪਿਲਾਉਣ ਦੀ ਥਾਂ ਦੁੱਧ ਵਾਲੀ ਬੋਤਲ ਦਾ ਸਹਾਰਾ ਲੈਣ ਲਈ ਮਜਬੂਰ ਹਨ। ਇਵੇਂ ਮਾਂ ਦਾ ਆਪਣੀ ਸੰਤਾਨ ਨਾਲ ਰਿਸ਼ਤਾ ਸਾਵਾਂ ਸੁਖਾਵਾਂ ਹੋਣ ਦੀ ਥਾਂ ਮਜਬੂਰੀ ਅਤੇ ਬੇਵਸੀ ਦਾ ਸ਼ਿਕਾਰ ਹੋ ਗਿਆ। ਜਿਸ ਰਿਸ਼ਤੇ ਦੀ ਬੁਨਿਆਦ 'ਚ ਮਜਬੂਰੀ ਅਤੇ ਬੇਵਸੀ ਹੋਵੇ ਉਹ ਰਿਸ਼ਤਾ ਕਿੰਨਾ ਕੁ ਹੰਢਣਸਾਰ ਹੋ ਸਕਦਾ ਹੈ। ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਅਜੋਕੇ ਯੁੱਗ ਵਿੱਚ ਪੁੱਤਰਾਂ ਦੇ ਹੱਥੋਂ ਮਾਵਾਂ ਦੀ ਬੇਇੱਜ਼ਤੀ ਹੋ ਰਹੀ ਹੈ। ਕੋਈ ਵੀ ਪੁਰਸ਼ ਆਪ ਨਿਗਰਨ ਤੋਂ ਬਿਨਾਂ ਇਸਤਰੀ ਦਾ ਅਪਮਾਨ ਨਹੀਂ ਕਰ ਸਕਦਾ। ਇਸਤਰੀ ਦਾ ਸਨਮਾਨ ਉਹੀ ਕਰ ਸਕਦਾ ਹੈ ਜਿਹਦੀ ਨਜ਼ਰ ਉੱਚੀ ਹੋਵੇ ਅਤੇ ਜਿਸ ਦੀ ਦ੍ਰਿਸ਼ਟੀ ਵਿਸ਼ਾਲ ਹੋਵੇ। ਉੱਚੀ ਨਜ਼ਰ ਅਤੇ ਵਿਸ਼ਾਲ ਦ੍ਰਿਸ਼ਟੀ ਮਾਂ ਤੋਂ ਪ੍ਰਾਪਤ ਹੁੰਦੀ ਹੈ, ਪਰ ਅਜੋਕੀਆਂ ਮਾਵਾਂ ਕੋਲ ਵਿਹਲ ਨਹੀਂ। ਮਾਂ ਨੇ ਬੱਚੇ ਨੂੰ ਭਾਵਕ ਪੱਖੋਂ ਸੰਤੁਲਨ ਪ੍ਰਦਾਨ ਕਰਨਾ ਹੁੰਦਾ ਹੈ,
ਤੇ ਉਸਦੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਨੂੰ ਉਭਾਰਨਾ ਤੇ ਨਿਖਾਰਨਾ ਹੁੰਦਾ ਹੈ। ਮੱਠੀ ਮੱਠੀ ਅੱਗ ਉੱਤੇ ਪਕਾਉਣ ਦੀ ਥਾਂ ਹੁਣ ਅਸੀਂ ਭਾਫ ਦੇ ਭਾਰੀ ਦਬਾਓ ਵਾਲੇ ਕੁੱਕਰ ਵਰਤਣ ਲੱਗ ਪਏ ਹਾਂ। ਚਰਿੱਤਰ ਮੱਠੀ ਮੱਠੀ ਅੱਗ ਉੱਤੇ ਰਿੱਝਣ ਵਾਲੀ ਚੀਜ਼ ਹੈ, ਪਰ ਮੱਠੀ ਅੱਗ ਵਾਲਾ ਸਬਰ ਨਹੀਂ ਰਿਹਾ। ਸਾਡੇ ਘਰਾਂ, ਪਰਿਵਾਰਾਂ, ਗੁਆਂਢੀਆਂ, ਅਧਿਆਪਕਾਂ ਆਦਿ ਸਭ ਦੀ ਨੁਹਾਰ ਬਦਲ ਗਈ ਹੈ। ਕੁਝ ਵੀ ਹੰਢਣਸਾਰ ਨਹੀਂ ਰਿਹਾ, ਸੋ ਹੰਢਣਸਾਰ ਮੇਲ ਜੋਲ ਵੀ ਸੰਭਵ ਨਹੀਂ ਰਹੇ। ਆਪਣੇ ਆਪੇ ਦੀ ਸੋਝੀ ਵਿੱਚੋਂ ਹੀ ਸ਼ਖਸੀਅਤ ਦਾ ਸੂਰਜ ਚੜ੍ਹਦਾ ਹੈ। ਇਸ ਸੋਝੀ ਦੀ ਉਡਾਨ ਕਲਪਨਾ ਖਵਾਉਂਦੀ ਹੈ। ਸੋਝੀ ਅਤੇ ਕਲਪਨਾ ਦੇ ਸੁਮੇਲ ਨਾਲ ਅਸੀਂ ਇਕੱਲ ਨਾਲ ਟਾਕਰਾ ਕਰਨ ਦੇ ਯੋਗ ਹੁੰਦੇ ਹਾਂ। ਸਭ ਪ੍ਰਕਾਰ ਦੀ ਕਲਾ ਅਸਲ ਵਿੱਚ ਮਨੁੱਖ ਨੂੰ ਵਧੇਰੇ ਹੰਢਣਸਾਰ ਮੇਲ ਜੋਲ ਦੇ ਯੋਗ ਬਣਾਉਂਦੀ ਹੈ। ਇੱਕ ਕਲਾਕਾਰ ਜਦੋਂ ਇਕੱਲਾ ਹੁੰਦਾ ਹੈ ਤਾਂ ਉਹ ਆਪਣੀ ਕਲਾ ਦਾ ਸਾਥ ਮਾਣਦਾ ਹੈ। ਉਸ ਨੂੰ ਮੇਲ ਜੋਲ ਦੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਕਵੀ ਕਦੀ ਇਕੱਲਾ ਨਹੀਂ ਹੁੰਦਾ, ਉਸਨੂੰ ਕਲਪਨਾ ਦਾ ਸਾਥ ਪ੍ਰਾਪਤ ਹੁੰਦਾ ਹੈ। ਕੋਈ ਵਿਦਵਾਨ ਕਦੀ ਇਕੱਲਾ ਨਹੀਂ ਹੁੰਦਾ ਕਿਉਂਕਿ ਸੋਝੀ ਉਸਦੇ ਅੰਗ ਸੰਗ ਰਹਿੰਦੀ ਹੈ। ਮੇਲ ਜੋਲ ਦੀ ਸਮੱਸਿਆ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਨੂੰ ਆਪਣੀ ਇਕੱਲ ਮਾਨਣ ਦਾ ਹੁਨਰ ਨਹੀਂ ਆਉਂਦਾ। ਇਕੱਲ ਮਾਨਣ ਦਾ ਸਲੀਕਾ ਤਾਂ ਹੀ ਆਉਂਦਾ ਹੈ ਜੇ ਕੋਈ ਸ਼ੌਕ ਹੋਵੇ ਅਤੇ ਦੂਜਿਆਂ ਨਾਲ ਬਰਾਬਰੀ ਦੇ ਆਧਾਰ 'ਤੇ ਬਰ ਮੇਚਣ ਦੀ ਜਾਂਚ ਹੋਵੇ। ਕਦੀ ਪੁਰਸ਼ਾਂ ਨੂੰ ਆਪਸ ਵਿੱਚ ਗੱਲਬਾਤ ਕਰਦਿਆਂ ਵੇਖਣਾ ਪ੍ਰਤੀਤ ਹੋਏਗਾ ਜਿਵੇਂ ਉਹ ਗੱਤਕਾ ਖੇਡ ਰਹੇ ਹੋਣ। ਉਹਨਾਂ ਦੀ ਗੱਲਬਾਤ ਵਿੱਚ ਜਿੱਤਣ ਅਤੇ ਇੱਕ ਦੂਜੇ ਨੂੰ ਪਛਾੜ ਦੇਣ ਦੀ ਕਾਹਲ ਹੋਏਗੀ। ਕਦੀ ਕਿਸੇ ਮਾਂ ਨੂੰ ਬੱਚੇ ਨਾਲ ਜਾਂ ਕਿਸੇ ਨੂੰ ਆਪਣੀ ਸਹੇਲੀ ਨਾਲ ਜਾਂ ਆਪਣੇ ਪ੍ਰੇਮੀ ਨਾਲ ਗੱਲਬਾਤ ਕਰਦਿਆਂ ਵੇਖਣਾ ਪ੍ਰਤੀਤ ਹੋਏਗਾ ਜਿਵੇਂ ਤਾੜੀ ਵੱਜ ਰਹੀ ਹੋਵੇ, ਦੋਵੇਂ ਇੱਕ ਦੂਜੇ ਨੂੰ ਲੈ ਤਾਲ ਦੇ ਰਹੇ ਹੋਣਗੇ। ਮੇਲ ਜੋਲ ਦੀ ਅਸਲ ਯੋਗਤਾ ਪਤੀ ਪਤਨੀ ਦੇ ਆਪਸੀ ਸੁਖਾਵੇਂ ਰਿਸ਼ਤੇ ਵਿੱਚ ਪ੍ਰਗਟ ਹੁੰਦੀ ਹੈ। ਪਰ ਕਈ ਪਤੀ ਪਤਨੀ ਮਾਪੇ ਤਾਂ ਸੌਖੇ ਹੀ ਬਣ ਜਾਂਦੇ ਹਨ, ਪਰ ਪਤੀ ਪਤਨੀ ਵਜੋਂ ਮੇਲ ਜੋਲ ਉਸਾਰਨ ਪੱਖੋਂ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤੇ ਘਰਾਂ 'ਚ ਵਿਆਹ ਉਪਰੰਤ ਰਿਸ਼ਤਾ ਫੈਲਣ ਦੀ ਥਾਂ ਸੁੰਗੜ ਜਾਂਦਾ ਹੈ। ਕਿੰਨੀਆਂ ਕੁ ਪਤਨੀਆਂ ਹਨ ਜਿਨ੍ਹਾਂ ਨੂੰ ਵਿਆਹ ਉਪਰੰਤ ਆਪਣੇ ਜਮਾਤੀਆਂ ਨੂੰ ਖੱਤ ਲਿਖਣ ਦੀ ਆਗਿਆ ਹੈ। ਮੇਲ ਜੋਲ ਦੇ ਅਥਾਹ ਅਵਸਰ ਉਦੋਂ ਹੀ ਉਸਰਨਗੇ ਜਦੋਂ ਅਸੀਂ ਆਪਣੀ ਦੁਨੀਆ ਵਿੱਚ ਹੋਰਾਂ ਨੂੰ ਦਾਖਲ ਹੋਣ ਦੇਵਾਂਗੇ, ਜਦੋਂ ਪਤਨੀ ਆਪਣੇ ਪਤੀ ਨੂੰ ਕਹਿ ਸਕੇਗੀ, ਇਹ ਜੀ ਮੈਂ ਉਹਨਾਂ ਨੂੰ ਵਧਾਈ ਦਾ ਖੱਤ ਲਿਖ ਦਿੱਤਾ, ਤੁਸੀਂ ਆਪਣੇ ਹੱਥਾਂ ਨਾਲ ਸੋਹਣੀ ਲਿਖਾਈ ਵਿੱਚ ਉਹਨਾਂ ਦਾ ਸਿਰਨਾਵਾਂ ਲਿਖ ਦਿਓ। ਸਮਾਜ ਨੂੰ ਬਦਲਣ ਲਈ ਬੱਚਿਆਂ ਦੇ ਪਾਲਣ ਪੋਸਣ ਦੇ ਢੰਗ ਨੂੰ, ਆਪਣੇ ਜੀਵਨ ਦ੍ਰਿਸ਼ਟੀਕੋਣ ਨੂੰ ਅਤੇ ਆਪਣੇ ਮਨ ਵਿਚਲੇ ਸੰਸਾਰ ਅਤੇ ਬ੍ਰਹਿਮੰਡ ਦੇ ਨਕਸ਼ੇ ਨੂੰ ਬਦਲਣਾ ਪਏਗਾ। ਸਮੱਸਿਆਵਾਂ ਉਦੋਂ ਹੀ ਉਪਜਦੀਆਂ ਹਨ ਜਦੋਂ ਸਾਡੀ ਨੀਅਤ ਧੁੰਦਲੀ ਹੋਵੇ ਅਤੇ ਸਾਡੀ ਸੋਚ ਸਪੱਸ਼ਟ ਨਾ ਹੋਵੇ। ਭੋਜਨ, ਸੁਰੱਖਿਆ ਅਤੇ ਪਿਆਰ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ। ਜਦੋਂ ਅਸੀਂ ਭੁੱਖ ਦੀ ਗੱਲ ਕਰਦੇ ਹਾਂ ਤਾਂ ਬਾਕੀਆਂ ਦੀ ਹੋਂਦ ਜਾਣ ਹੋਂਦ ਦਾ ਜ਼ਿਕਰ ਅਚੇਤ ਹੀ ਹੋ ਜਾਂਦਾ ਹੈ। ਜਿੱਥੇ ਰੋਟੀ ਨਹੀਂ ਪੱਕਦੀ ਉੱਥੇ ਕੋਈ ਮਹਿਮਾਨ ਨਹੀਂ ਆਉਂਦਾ, ਅਤੇ ਜਿੱਥੇ ਸੁਰੱਖਿਆ ਅਤੇ ਪਿਆਰ ਨਹੀਂ ਹੁੰਦਾ ਉੱਥੇ ਮੇਲ ਜੋਲ ਦੀ ਕੋਈ ਸੰਭਾਵਨਾ ਵੀ ਉਜਾਗਰ ਨਹੀਂ ਹੁੰਦੀ। ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਅਤੇ ਜਿੰਨੇ ਕੁ ਵਸੀਲੇ ਸਾਡੇ ਕੋਲ ਹਨ, ਕੀ ਅਸੀਂ ਉਹਨਾਂ ਦੀ ਸੁਯੋਗ ਵਰਤੋਂ ਕਰ ਰਹੇ ਹਾਂ? ਬਹੁਤੇ ਘਰਾਂ 'ਚ ਵੰਡ ਵੰਡਾਈ ਦੇ ਝਗੜੇ ਹਨ, ਆਪਸੀ ਸ਼ੱਕ ਅਤੇ ਅਵਿਸ਼ਵਾਸ ਦੀਆਂ ਸਮੱਸਿਆਵਾਂ ਹਨ। ਜਦੋਂ ਸਾਡਾ ਆਪਸ ਵਿੱਚ ਹੀ ਮੇਲ ਜੋਲ ਨਹੀਂ ਤਾਂ ਬਾਹਰਲੇ ਲੋਕਾਂ ਨਾਲ ਮੇਲ ਜੋਲ ਦੀਆਂ ਸੰਭਾਵਨਾਵਾਂ ਕਿਵੇਂ ਉਜਾਗਰ ਹੋ ਸਕਦੀਆਂ ਹਨ? ਘਰ ਪਰਿਵਾਰ ਤੋਂ ਮਗਰੋਂ ਮੇਲ ਜੋਲ ਦੀਆਂ ਸੰਭਾਵਨਾਵਾਂ ਸਮਾਜ ਅਤੇ ਸਕੂਲ ਕਾਲਜ ਵਿੱਚ ਉਪਜਦੀਆਂ ਹਨ। ਜੇ ਬੱਚੇ ਨੂੰ ਆਪਣੀ ਪਰਿਵਾਰਕ ਮਾਨਸਿਕ ਪੱਧਰ ਅਨੁਸਾਰ ਢੁੱਕਵੇਂ ਸਕੂਲ ਵਿੱਚ ਦਾਖਲ ਕਰਾਇਆ ਜਾਵੇ ਤਾਂ ਹੀ ਉਸ ਵਿੱਚ ਨਿਖਾਰ ਆਉਂਦਾ ਹੈ, ਨਹੀਂ ਤਾਂ ਉਸ ਵਿੱਚ ਬਾਗੀ ਅਤੇ ਵਿਰੋਧੀ ਰੁਚੀਆਂ ਉਪਜਦੀਆਂ ਹਨ। ਮਾਪੇ ਪੈਸੇ ਦੇ ਜ਼ੋਰ ਨਾਲ ਬੱਚਿਆਂ ਨੂੰ ਅਜਿਹੇ ਸਕੂਲਾਂ ਕਾਲਜਾਂ 'ਚ ਦਾਖਲ ਕਰਵਾ ਦਿੰਦੇ ਹਨ ਜਿੱਥੋਂ ਦੇ ਮੁਹਾਵਰੇ ਦੀ ਨਾ ਬੱਚਿਆਂ ਨੂੰ ਸਮਝ ਪੈਂਦੀ ਹੈ ਨਾ ਮਾਪਿਆਂ ਨੂੰ। ਸਕੂਲ ਅਤੇ ਘਰ ਦੇ ਵਾਤਾਵਰਨ ਅਤੇ ਮਾਨਸਿਕ ਪੱਧਰਾਂ 'ਚ ਇੰਨੀ ਵਿੱਥ ਹੁੰਦੀ ਹੈ ਕਿ ਦੋ ਵੱਖਰੇ ਸੰਸਾਰ ਪ੍ਰਤੀਤ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਵਿਦਿਆਰਥੀ ਦਾ ਅਧਿਆਪਕਾਂ ਨਾਲ ਅਤੇ ਬੱਚੇ ਦਾ ਮਾਪਿਆਂ ਨਾਲ ਰਿਸ਼ਤਾ ਵਿਗੜਦਾ ਹੈ, ਜਿਹੜਾ ਵਿਦਰੋਹ, ਬਦਤਮੀਜ਼ੀ, ਗੁਸਤਾਖੀ ਅਤੇ ਹਿੰਸਾ 'ਚ ਪ੍ਰਗਟ ਹੁੰਦਾ ਹੈ। ਇਹ ਸਾਰੇ ਪੱਖ ਉਸਦੀ ਬੋਲੀ ਵਿੱਚ ਅਤੇ ਲਿਬਾਸ ਰਾਹੀਂ ਉਜਾਗਰ ਹੁੰਦੇ ਹਨ। ਇੱਥੇ ਮਾਪਿਆਂ ਦੇ ਸੁਪਨੇ ਅਤੇ ਯਥਾਰਥ ਆਪਸ ਵਿੱਚ ਭਿੜਦੇ ਹਨ ਅਤੇ ਇਵੇਂ ਸਾਵੇਂ ਸੁਖਾਵੇਂ ਮੇਲ ਜੋਲ ਦੀਆਂ ਸੰਭਾਵਨਾਵਾਂ ਸੁੰਗੜ ਜਾਂਦੀਆਂ ਹਨ।
ਅਜਿਹਾ ਬੱਚਾ ਮਾਪਿਆਂ ਤੋਂ ਦੂਰ ਹੁੰਦਾ ਜਾਂਦਾ ਹੈ ਤੇ ਉਹਨਾਂ ਰਿਸ਼ਤਿਆਂ ਨੂੰ ਉਸਾਰਦਾ ਹੈ ਜਿਹੜੇ ਮਾਪਿਆਂ ਲਈ ਸਿਰ ਦਰਦੀ ਉਪਜਾਉਂਦੇ ਹਨ। ਉਂਝ ਤਾਂ ਗਿਆਨ ਪ੍ਰਾਪਤੀ ਦਾ ਅਮਲ ਬੜਾ ਦਿਲਚਸਪ ਤੇ ਦ੍ਰਿਸ਼ਟੀ 'ਚ ਅਮੀਰੀ ਲਿਆਉਣ ਵਾਲਾ ਹੁੰਦਾ ਹੈ, ਪਰ ਜੇ ਜਗਿਆਸੂ ਤੇ ਗਿਆਨ ਵਿਚਕਾਰ ਮੇਲ ਜੁਲ ਸੁਖਾਵਾਂ ਨਾ ਹੋਵੇ ਤਾਂ ਇਹ ਵਿਰੋਧਤਾ ਤੇ ਹਿੰਸਾ 'ਚ ਪ੍ਰਗਟ ਹੁੰਦਾ ਹੈ। ਜਿਹੜਾ ਪੁੱਤਰ ਘਰ ਵਿੱਚ ਆਪਣੇ ਪਿਤਾ ਨੂੰ ਨਫ਼ਰਤ ਕਰਦਾ ਹੈ ਉਹੀ ਬਾਹਰ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾਉਂਦਾ ਹੈ। ਚੜ੍ਹਦੀ ਜਵਾਨੀ ਦੀਆਂ ਸਮੱਸਿਆਵਾਂ ਸਮੇਂ ਦੇ ਬੀਤਣ ਨਾਲ ਨਵੀਆਂ ਸਮੱਸਿਆਵਾਂ ਵਿੱਚ ਗੁਆਚ ਜਾਂਦੀਆਂ ਹਨ, ਪਰ ਲੋੜੀਂਦੀ ਸੋਝੀ ਤੇ ਕਲਪਨਾ ਦੇ ਵਿਕਸਿਤ ਨਾ ਹੋਣ ਕਾਰਨ ਦੂਜਿਆਂ ਨਾਲ ਸੁਖਾਵੇਂ ਮੇਲ ਜੋਲ ਦੀ ਅਣਹੋਂਦ ਦੀ ਸਮੱਸਿਆ ਬਣੀ ਰਹਿੰਦੀ ਹੈ। ਕਈ ਮਾਪੇ ਅਕਸਰ ਇਸ ਸਮੱਸਿਆ ਦਾ ਹੱਲ ਸੰਤਾਨ ਦੇ ਵਿਆਹ 'ਚ ਵੇਖਦੇ ਹਨ। ਇਹ ਬੜੀ ਵਿਚਿੱਤਰ ਗੱਲ ਹੈ ਕਿ ਜਿਨ੍ਹਾਂ ਕੋਲ ਸੋਝੀ ਤੇ ਕਲਪਨਾ ਦੀ ਥੁੜ ਹੁੰਦੀ ਹੈ ਉਹ ਪਤੀ ਪਤਨੀ ਮਾਪੇ ਬੜੀ ਜਲਦੀ ਬਣ ਜਾਂਦੇ ਹਨ। ਅਣਵਿਉਂਤੇ ਬੱਚੇ ਦੇ ਆਉਣ ਨਾਲ ਮਾਪਿਆਂ ਨੂੰ ਆਪਣੇ ਆਪ ਬਾਰੇ ਨਵੀਂ ਸੋਝੀ ਅਤੇ ਨਵਾਂ ਗਿਆਨ ਪ੍ਰਾਪਤ ਹੁੰਦਾ ਹੈ। ਜਿੱਥੇ ਬੱਚੇ ਦੇ ਦਾਦਾ ਦਾਦੀ ਨਾਨਾ ਨਾਨੀ ਦੂਰ ਹੁੰਦੇ ਹਨ ਉੱਥੇ ਮਾਪੇ ਬਣਨ ਦੇ ਮੁੱਢਲੇ ਵਰੇ ਬੜੀਆਂ ਮੁਸ਼ਕਲਾਂ ਵਾਲੇ ਹੁੰਦੇ ਹਨ, ਕਿਉਂਕਿ ਬੱਚੇ ਨੂੰ ਪਾਲਣ ਦੀ ਸਮੱਸਿਆ ਦੇ ਨਾਲ ਨਾਲ ਉਹਨਾਂ ਦੇ ਆਪਣੇ ਜੀਵਨ ਨੂੰ ਮਾਨਣ ਦੀਆਂ ਸੰਭਾਵਨਾਵਾਂ ਦੇ ਸੁੰਗੜਨ ਦੀ ਸਮੱਸਿਆ ਵੀ ਉਪਜ ਪੈਂਦੀ ਹੈ, ਕਿਉਂਕਿ ਮਾਪੇ ਬਣਨ ਤੋਂ ਪਹਿਲਾਂ ਪਤੀ ਪਤਨੀ ਦਾ ਬੱਚੇ ਸੰਬੰਧੀ ਸੰਕਲਪ ਬੜਾ ਅਸਪਸ਼ਟ, ਰੋਮਾਂਟਿਕ ਅਤੇ ਸੁਪਨਮਈ ਹੁੰਦਾ ਹੈ, ਪਰ ਯਥਾਰਥ ਬਿਲਕੁਲ ਉਲਟ ਹੁੰਦਾ ਹੈ। ਝਟਪਟ ਮਾਪੇ ਬਣ ਜਾਣ ਨਾਲ ਪਤੀ ਪਤਨੀ ਨੂੰ ਇੱਕ ਅਣਕਿਆਸੀ ਕਿਸਮ ਦਾ ਧੱਕਾ ਲੱਗਦਾ ਹੈ, ਥਕਾਵਟ ਵੱਧ ਜਾਂਦੀ ਹੈ ਅਤੇ ਬੱਚੇ ਵੱਲ ਯੋਗਤਾ ਨਾ ਦੇ ਸਕਣ ਕਾਰਨ ਆਪਣੇ ਦੋਸ਼ੀ ਹੋਣ ਦੀ ਭਾਵਨਾ ਵੱਧਦੀ ਹੈ। ਮਾਪਿਆਂ ਦਾ ਘਰ ਤੋਂ ਬਾਹਰਾਂ ਮੇਲ ਜੋਲ ਘੱਟਦਾ ਹੈ ਅਤੇ ਜੀਵਨ ਦੀਆਂ ਜਿਹੜੀਆਂ ਰਾਂਗਲੀਆਂ ਵਿਅਵਸਥਾ ਬਣਾਈਆਂ ਹੁੰਦੀਆਂ ਹਨ ਉਹ ਮਲਬਾ ਹੋ ਜਾਂਦੀਆਂ ਹਨ। ਮਾਪੇ ਪਿਛੋਕੜ 'ਚ ਚਲੇ ਜਾਂਦੇ ਹਨ ਅਤੇ ਬੱਚਾ ਨਾਇਕ ਹੋ ਨਿਬੜਦਾ ਹੈ। ਅਜਿਹੇ ਮਾਪਿਆਂ ਨੂੰ ਇੱਕੋ ਝਟਕੇ ਨਾਲ ਆਪਣੇ ਸਾਰੇ ਸੁਪਨੇ ਢਹਿ ਢੇਰੀ ਹੋ ਗਏ ਪ੍ਰਤੀਤ ਹੁੰਦੇ ਹਨ। ਜਦੋਂ ਕਿਸੇ ਦੇ ਸੁਪਨੇ ਮਲਬਾ ਹੋ ਜਾਣ ਤਾਂ ਉਸ ਵਿੱਚ ਸਹਿਣਸ਼ੀਲਤਾ ਘਟਦੀ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਕਿ ਬੱਚੇ ਦੇ ਹੋਣ ਨਾਲ ਮਾਪਿਆਂ ਦਾ ਆਪਸੀ ਮੇਲ ਜੋਲ ਵੱਧਦਾ ਹੈ, ਪਰ ਕਈ ਥਾਈਂ ਬੱਚੇ ਦੇ ਆਉਣ ਨਾਲ ਵਿਰੋਧ ਅਤੇ ਟਕਰਾਓ ਹੋਰ ਤਿੱਖੇ ਹੋ ਜਾਂਦੇ ਹਨ। ਜਿਨ੍ਹਾਂ ਪਰਿਵਾਰਾਂ 'ਚ ਬੱਚੇ ਵਧੇਰੇ ਹੋਣ ਉੱਥੇ ਨਿਰੰਤਰ ਥਕਾਵਟ ਕਾਰਨ ਹੰਢਣਸਾਰ ਮੇਲ ਜੋਲ ਦੀਆਂ ਸੰਭਾਵਨਾਵਾਂ ਖੁਰਨ ਲੱਗ ਪੈਂਦੀਆਂ ਹਨ। ਕੰਮ ਵਾਲੀ ਥਾਂ ਉੱਤੇ ਮੇਲ ਜੋਲ ਸ਼ਰੀਕੇ ਅਤੇ ਸਾੜੇ ਵਾਲਾ ਹੁੰਦਾ ਹੈ। ਜਦੋਂ ਕੋਈ ਵਿਅਕਤੀ ਉੱਚਾ ਅਹੁਦਾ ਪ੍ਰਾਪਤ ਕਰ ਲਏ ਤਾਂ ਉਸ ਤੋਂ ਉਚੇਰੀ ਪੱਧਰ ਦੇ ਵਰਤਾਰੇ ਦੀ ਉਮੀਦ ਕੀਤੀ ਜਾਂਦੀ ਹੈ, ਪਰ ਜਦੋਂ ਅਜਿਹਾ ਸੰਭਵ ਨਾ ਹੋਵੇ ਤਾਂ ਕੁਝ ਲੋਕ ਉਸਦੇ ਪੱਖ ਵਿੱਚ ਅਤੇ ਕੁਝ ਵਿਰੋਧ 'ਚ ਡਟ ਜਾਂਦੇ ਹਨ ਅਤੇ ਧੜੇਬੰਦੀਆਂ ਉਸਾਰ ਲੈਂਦੇ ਹਨ। ਧੜੇਬੰਦੀਆਂ ਨਾਲ ਜਿੱਥੇ ਧੜੇ ਅੰਦਰ ਮੇਲ ਜੋਲ ਵੱਧਦਾ ਹੈ ਉੱਥੇ ਧੜੇ ਤੋਂ ਬਾਹਰ ਸਭ ਕੁਝ ਸ਼ੱਕ ਅਤੇ ਵਿਰੋਧ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਧੜੇਬੰਦੀ ਵਿੱਚ ਬਹੁਤਿਆਂ ਦੀ ਸ਼ਖਸੀਅਤ ਧਾਗੇ ਵਾਲੀ ਹੁੰਦੀ ਹੈ, ਜਿੱਧਰ ਸੂਈ ਜਾਂਦੀ ਹੈ ਉੱਧਰ ਧਾਗਾ ਜਾਂਦਾ ਹੈ। ਸਵੈ ਮਾਣ ਵਾਲੇ ਵਿਅਕਤੀ ਅਜਿਹੇ ਵਿਹਾਰ ਨੂੰ ਪਸੰਦ ਨਹੀਂ ਕਰਦੇ। ਪਰਿਵਾਰ ਦੀਆਂ ਨਿੱਤ ਵੱਧਦੀਆਂ ਭਾਵਕ ਅਤੇ ਆਰਥਿਕ ਸਮੱਸਿਆਵਾਂ ਸੰਤਾਨ ਦੇ ਮਾਪਿਆਂ ਨਾਲ ਮੇਲ ਜੋਲ ਨੂੰ ਵਿਰੋਧ 'ਚ ਬਦਲ ਦਿੰਦੀਆਂ ਹਨ। ਮੇਲ ਜੋਲ ਤੋਂ ਸੱਖਣਾ ਮਨੁੱਖ ਸੂਰਜ ਬਿਨਾਂ ਦਿਨ ਵਰਗਾ ਅਤੇ ਦੀਵੇ ਬਿਨਾਂ ਰਾਤ ਵਰਗਾ ਹੋ ਨਿਬੜੇਗਾ। ਧੰਨਵਾਦ। ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਆਹਮੋ ਸਾਹਮਣੇ ਦਾ ਤੀਸਰਾ ਲੇਖ ਹੈ ਪਰਿਵਾਰ। ਪਰਿਵਾਰ ਉਹ ਕਮਾਨ ਹੁੰਦੀ ਹੈ ਜਿਸ ਰਾਹੀਂ ਸੰਸਾਰ 'ਚ ਅਸੀਂ ਤੀਰ ਵਾਂਗ ਸਿੱਧੇ ਜਾਂਦੇ ਹਾਂ। ਜਿੰਨੀ ਸ਼ਕਤੀਸ਼ਾਲੀ, ਟਿਕਾਊ ਅਤੇ ਮਜ਼ਬੂਤ ਇਹ ਕਮਾਨ ਹੋਏਗੀ ਉਨੀ ਦੂਰ ਤੱਕ ਸਾਡੀ ਪਰਵਾਜ਼ ਜਾਏਗੀ। ਸਾਡੀ ਸ਼ਖਸੀਅਤ ਦਾ ਬਰ ਪਰਿਵਾਰ ਦੀ ਖੱਡੀ ਉੱਤੇ ਨਿਰਧਾਰਿਤ ਹੁੰਦਾ ਹੈ। ਸਾਡੇ ਮਨ ਦੀ ਚੌਗਾਟ ਸਾਡੇ ਪਰਿਵਾਰ ਵਿੱਚ ਹੀ ਸਿਰਜੀ ਜਾਂਦੀ ਹੈ। ਜਦੋਂ ਕੋਈ ਰੋਗੀ ਅਰੋਗ ਨਾ ਹੋਵੇ, ਜਦੋਂ ਕਿਸੇ ਨੂੰ ਆਪਣੇ ਅੱਧੇ ਅਧੂਰੇ ਰਹਿ ਜਾਣ ਦਾ ਸੰਤਾਪ ਸਤਾਏ, ਜਦੋਂ ਕੋਈ ਖਿੜਨ ਤੋਂ ਪਹਿਲਾਂ ਹੀ ਮੁਰਝਾ ਜਾਏ, ਜਦੋਂ ਯਤਨ ਕਰਨ ਦੇ ਬਾਵਜੂਦ ਕਿਸੇ ਦੇ ਝਗੜੇ ਨਾ ਨਿਬੜਨ ਅਤੇ ਜਦੋਂ ਕਿਸੇ ਦੇ ਕੰਮਾਂ ਵਿੱਚ ਬਰਕਤ ਨਾ ਪਵੇ, ਤਾਂ ਇਹਨਾਂ ਸਭਨਾਂ ਦਾ ਕਾਰਨ ਸੰਬੰਧਿਤ ਪਰਿਵਾਰ ਵਿੱਚੋਂ ਲੱਭਿਆ ਜਾ ਸਕਦਾ ਹੈ। ਜੇ ਪਿਤਾ ਪਿਤਾ ਵਾਂਗ ਵਿਹਾਰ ਕਰੇ, ਜੇ ਮਾਂ ਮਾਂ ਵਾਂਗ ਵਿਚਰੇ, ਜੇ ਧੀ ਧੀ ਵਾਂਗ ਵਿਕਸੇ ਅਤੇ ਜੇ ਪੁੱਤਰ ਪੁੱਤਰ ਵਾਂਗ ਪ੍ਰਵਾਨ ਚੜ੍ਹਨਾ ਚਾਹੇ, ਤਾਂ ਕੋਈ ਕਾਰਨ ਹੀ ਨਹੀਂ ਕਿ ਪ੍ਰਸੰਨਤਾ ਦਾ ਪ੍ਰਸ਼ਾਦ
ਅਜਿਹੇ ਪਰਿਵਾਰ ਵਿੱਚ ਨਾ ਵਰਤੇ। ਪਰਿਵਾਰ ਉਹ ਪਾਠਸ਼ਾਲਾ ਹੁੰਦੀ ਹੈ ਜਿੱਥੇ ਅਸੀਂ ਪਿਆਰ ਕਰਨ ਅਤੇ ਦੂਜਿਆਂ ਦਾ ਧਿਆਨ ਰੱਖਣ ਦਾ ਪਹਿਲਾ ਅਤੇ ਪੱਕਾ ਸਬਕ ਸਿੱਖਦੇ ਹਾਂ। ਪਰਿਵਾਰ ਵਿੱਚ ਹੀ ਸਾਨੂੰ ਗਿਆਨ ਅਤੇ ਧਿਆਨ ਦੀ ਜਾਗ ਲੱਗਦੀ ਹੈ। ਪਰਿਵਾਰ ਹੀ ਸਾਨੂੰ ਉੱਚਾ ਉੱਚਾ ਸੋਚਣਾ ਅਤੇ ਮਿੱਠਾ ਮਿੱਠਾ ਬੋਲਣਾ ਸਿਖਾਉਂਦਾ ਹੈ। ਜਿਨ੍ਹਾਂ ਦੇ ਅੰਗਾਂ 'ਚ ਤੁਹਾਨੂੰ ਰੌਣਕ ਨਜ਼ਰ ਆਉਂਦੀ ਹੈ, ਉਹਨਾਂ ਵਿੱਚ ਰੌਣਕ ਨੂੰ ਸਿੰਜਣ ਦਾ ਕਾਰਜ ਉਹਨਾਂ ਦਾ ਪਰਿਵਾਰ ਕਰ ਰਿਹਾ ਹੁੰਦਾ ਹੈ। ਜੇ ਤੁਹਾਡੇ ਪਰਿਵਾਰ ਵਿੱਚ ਇੱਕ ਦੂਜੇ ਨੂੰ ਮਾਫ਼ ਕਰਨ ਦੀ ਉਦਾਰਤਾ ਨਹੀਂ, ਜੇ ਇੱਕ ਦੂਜੇ ਉੱਤੇ ਭਰੋਸਾ ਕਰਨ ਦਾ ਸਲੀਕਾ ਨਹੀਂ, ਜੇ ਇੱਕ ਦੂਜੇ ਦੀਆਂ ਸੀਮਾਵਾਂ, ਸਮੱਸਿਆਵਾਂ ਅਤੇ ਸੰਭਾਵਨਾਵਾਂ ਨੂੰ ਪਛਾਣਨ ਅਤੇ ਪ੍ਰਵਾਨ ਕਰਨ ਦੀ ਦਲੇਰੀ ਨਹੀਂ, ਤਾਂ ਤੁਸੀਂ ਕਿਸੇ ਪਰਿਵਾਰ ਵਿੱਚ ਨਹੀਂ ਵਿਚਰ ਰਹੇ, ਕਿਸੇ ਹੋਟਲ 'ਚ ਲੁੱਟੇ ਜਾ ਰਹੇ ਅਤੇ ਕਿਸੇ ਹਸਪਤਾਲ 'ਚ ਰੋਲੇ ਜਾ ਰਹੇ ਹੋ। ਤੁਹਾਡੀ ਅਮੀਰੀ ਇਸ ਗੱਲ ਵਿੱਚ ਹੈ ਕਿ ਕਿੰਨੇ ਪਰਿਵਾਰ ਤੁਹਾਡੀ ਉਡੀਕ ਕਰ ਰਹੇ ਹਨ ਅਤੇ ਕਿੰਨੇ ਵਿਅਕਤੀ ਤੁਹਾਡੇ ਪਰਿਵਾਰ ਵਿੱਚ ਆਉਣ ਲਈ ਤਾਂਘ ਰਹੇ ਹਨ। ਸਦੀਵੀ ਸੰਬੰਧ ਪਰਿਵਾਰ ਦੇ ਰੂਪ ਵਿੱਚ ਹੀ ਸੰਭਵ ਹੁੰਦੇ ਹਨ, ਜਿੱਥੇ ਹਰ ਕਿਸੇ ਨਾਲ ਵਾਪਰਨ ਵਾਲੀ ਹਰ ਘਟਨਾ ਅਤੇ ਦੁਰਘਟਨਾ, ਖੁਸ਼ੀ ਅਤੇ ਉਦਾਸੀ ਬਾਕੀ ਸਾਰਿਆਂ ਨੂੰ ਬੜੇ ਨੇੜਿਓਂ ਪ੍ਰਭਾਵਿਤ ਕਰਦੀ ਹੈ। ਪਰਿਵਾਰ ਵਿੱਚ ਦਰਿਆ ਦੇ ਉਹ ਕਿਨਾਰੇ ਹੁੰਦੇ ਹਨ ਜਿਨ੍ਹਾਂ ਵਿਚਕਾਰ ਅਸੀਂ ਵਹਿਣਾ ਸਿੱਖਦੇ ਹਾਂ। ਜੇ ਪਰਿਵਾਰ ਦੀ ਟੋਰ ਸਾਵੀਂ ਨਾ ਹੋਵੇ ਤਾਂ ਸਾਡੀ ਦ੍ਰਿਸ਼ਟੀ ਸੰਤੁਲਿਤ ਨਹੀਂ ਹੋ ਸਕਦੀ। ਸਾਡਾ ਪਰਿਵਾਰ ਸਾਨੂੰ ਆਪਣੇ ਆਪ ਨੂੰ ਸਮਝਣ ਦੀ ਜਾਚ ਸਿਖਾਉਂਦਾ ਹੈ ਅਤੇ ਆਪਣੇ ਆਪ ਨੂੰ ਸਮਝ ਕੇ ਹੀ ਅਸੀਂ ਆਪਣੇ ਆਲੇ ਦੁਆਲੇ ਨੂੰ ਸਵੀਕਾਰ ਕਰਕੇ ਕੋਈ ਸੇਧ ਪ੍ਰਦਾਨ ਕਰ ਸਕਦੇ ਹਾਂ। ਅਸੀਂ ਕਿਧਰੇ ਵੀ ਜਾਈਏ, ਸਾਡੇ ਪਰਿਵਾਰ ਦੀ ਆਭਾ, ਮਾਣ ਸਤਿਕਾਰ, ਬੇਇੱਜ਼ਤੀ ਅਤੇ ਬਦਨਾਮੀ ਸਾਡੇ ਨਾਲ ਚੱਲਦੀ ਹੈ। ਆਦਿ ਜੁਗਾਦ ਤੋਂ ਇਵੇਂ ਚੱਲਿਆ ਆ ਰਿਹਾ ਕਿ ਸ਼ਖਸੀਅਤ ਦੀ ਡੂੰਘਾਈ ਪਰਿਵਾਰ ਦੇ ਫੀਤੇ ਨਾਲ ਹੀ ਮਾਪੀ ਜਾ ਸਕਦੀ ਹੈ। ਅਜੋਕੇ ਯੁੱਗ ਵਿੱਚ ਪਰਿਵਾਰ ਦੀ ਹੋਂਦ ਨੂੰ ਖਤਰਾ ਨਿੱਤ ਦਿਨ ਵੱਧ ਰਿਹਾ ਹੈ। ਪਹਿਲਾਂ ਅਸੀਂ ਅਜਨਬੀ ਨੂੰ ਪੁੱਛਦੇ ਸਾਂ, ਤੁਸੀਂ ਕੌਣ ਹੋ? ਪਰ ਅੱਜ ਕੱਲ੍ਹ ਪੁੱਛਿਆ ਜਾਂਦਾ ਹੈ, ਤੁਸੀਂ ਕਰਦੇ ਕੀ ਹੋ? ਖੇਤੀਬਾੜੀ ਵਾਲਾ ਜੀਵਨ ਹੀ ਅਜਿਹਾ ਸੀ ਕਿ ਵੱਡੇ ਪਰਿਵਾਰ ਸੰਭਵ ਹੋਏ। ਉਹਨਾਂ ਪਰਿਵਾਰਾਂ 'ਚ ਨਾ ਕੋਈ ਆਤਮਘਾਤ ਕਰਦਾ ਸੀ, ਨਾ ਕੋਈ ਤਲਾਕ ਦਿੰਦਾ ਸੀ, ਨਾ ਕੋਈ ਉਦਾਸ ਹੁੰਦਾ ਸੀ, ਨਾ ਕੋਈ ਮਾਯੂਸ ਕਰਦਾ ਸੀ। ਉਦਯੋਗਾਂ ਨੇ ਜੀਵਨ ਦੀ ਸੁਰ ਤਾਲ ਬਦਲ ਦਿੱਤੀ ਹੈ। ਪਿਤਾ ਬਹੁਤਾ ਚਿਰ ਘਰੋਂ ਬਾਹਰ ਰਹਿੰਦਾ ਹੈ, ਮਾਵਾਂ ਕੋਲ ਆਪਣੀਆਂ ਧੀਆਂ ਨੂੰ ਸਿਖਾਉਣ ਲਈ ਕੁਝ ਵੀ ਨਹੀਂ। ਪਰਿਵਾਰ 'ਚ ਗੁਜ਼ਾਰਿਆ ਜਾਣ ਵਾਲਾ ਸਮਾਂ ਘਟਦਾ ਜਾ ਰਿਹਾ। ਸਾਡਾ ਸਾਰਿਆਂ ਦਾ ਜੀਵਨ ਕੁਝ ਇਸ ਪ੍ਰਕਾਰ ਨਾਲ ਖਿੰਡਰ ਗਿਆ ਹੈ ਜਿਵੇਂ ਅਸੀਂ ਸਾਰੇ ਕਿਸੇ ਨੂੰ ਲੱਭ ਰਹੇ ਹੋਈਏ। ਖੁਸ਼ਹਾਲੀ ਆਪਣੀ ਕਿਸਮ ਦਾ ਨੁਕਸਾਨ ਕਰਦੀ ਹੈ, ਇਹ ਵਿਛੋੜਦੀ ਹੈ, ਲੋੜਾਂ ਨੂੰ ਅੱਖੋਂ ਪਰੋਖੇ ਕਰਦੀ ਹੈ ਅਤੇ ਇੱਛਾਵਾਂ ਨੂੰ ਵਧਾਉਂਦੀ ਹੈ। ਕੁਝ ਦੇਣ ਦੀ ਦਲੇਰੀ ਘਟਦੀ ਹੈ, ਸਭ ਕੁਝ ਲੈਣ ਦਾ ਲਾਲਚ ਵੱਧ ਹੈ। ਰਿਸ਼ਤੇਦਾਰਾਂ ਨਾਲ ਸੰਬੰਧ ਆਪਸ਼ਨਲ ਵਿਸ਼ਾ ਬਣ ਜਾਂਦੇ ਹਨ। ਆਲੇ ਦੁਆਲੇ ਵੱਸੋਂ ਸੰਘਣੀ ਹੁੰਦੀ ਜਾਂਦੀ ਹੈ, ਪਰ ਗੁਆਂਢੀ ਗੁਆਚਦੇ ਜਾ ਰਹੇ ਹਨ, ਲੋਕ ਖਾਈ ਜਾ ਰਹੇ ਹਨ ਪਰ ਰੱਜਦੇ ਨਹੀਂ। ਪਹਿਲਾਂ ਬੱਚੇ ਸਕੂਲ ਜਾਣ ਤੋਂ ਡਰਿਆ ਕਰਦੇ ਸਨ, ਹੁਣ ਘਰ ਵਾਪਸ ਆਉਣ ਤੋਂ ਘਬਰਾਉਂਦੇ ਹਨ। ਹੁਣ ਮਾਪੇ ਹੋਣਾ ਮਾਣ ਵਾਲੀ ਗੱਲ ਨਹੀਂ ਰਹੀ, ਇੱਕ ਮੁਸੀਬਤ ਬਣ ਗਈ ਹੈ। ਹੁਣ ਆਪਣੇ ਅੰਦਰਲੇ ਸੱਖਣੇਪਣ ਨੂੰ ਅਸੀਂ ਆਜ਼ਾਦੀ ਅਤੇ ਆਪਣੇ ਪਾਗਲਪਣ ਨੂੰ ਵਿਲੱਖਣ ਅਨੁਭਵ ਸਮਝਣ ਲੱਗ ਪਏ ਹਾਂ। ਆਰਥਿਕ ਸਫਲਤਾ ਲਈ ਅਸੀਂ ਸੱਚਾਈ, ਇਮਾਨਦਾਰੀ, ਪਿਆਰ, ਮਿਲਵਰਤਨ, ਇਨਸਾਫ ਅਤੇ ਉਦਾਰਤਾ ਨੂੰ ਦਾਅ 'ਤੇ ਲਾ ਦਿੱਤਾ ਹੈ। ਬਜ਼ੁਰਗ ਬੱਚਿਆਂ ਤੋਂ ਵਿਛੋੜ ਦਿੱਤੇ ਗਏ ਹਨ। ਵਿਆਹ ਉਪਰੰਤ ਹੁਣ ਅਸੀਂ ਸਾਹ ਘੁੱਟਣ ਦੀ ਅਤੇ ਤਲਾਕ ਉਪਰੰਤ ਇਕੱਲਤਾ ਅਤੇ ਉਕਤਾਹਟ ਦੀ ਸ਼ਿਕਾਇਤ ਕਰਦੇ ਹਾਂ। ਹੁਣ ਅਸੀਂ ਕਿਸੇ ਦੇ ਨੇੜੇ ਹੋਣ ਤੋਂ ਵੀ ਡਰਦੇ ਹਾਂ ਅਤੇ ਵੱਖਰੇ ਹੋਣ ਤੋਂ ਵੀ। ਕੋਈ ਵੀ ਜਿੱਤ ਨਹੀਂ ਰਿਹਾ, ਸਾਰੇ ਹਾਰ ਰਹੇ ਹਾਂ। ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ, ਪਰ ਭਾਵੁਕ ਅਤੇ ਮਾਨਸਿਕ ਸਮੱਸਿਆਵਾਂ ਦਾ ਬੋਝ ਵੱਧ ਰਿਹਾ ਹੈ। ਸਾਡੀ ਸਭਨਾਂ ਦੀ ਆਦਤ ਹੈ ਕਿ ਜੇ ਇੱਕ ਡਾਕਟਰ ਮਿਲ ਜਾਏ ਤਾਂ ਅਸੀਂ ਸਾਰੇ ਵੱਖ ਵੱਖ ਰੋਗਾਂ ਦੇ ਮਰੀਜ਼ ਬਣ ਜਾਂਦੇ ਹਾਂ, ਅਤੇ ਜੇ ਇੱਕ ਮਰੀਜ਼ ਮਿਲ ਜਾਏ ਤਾਂ ਅਸੀਂ ਸਾਰੇ ਡਾਕਟਰ ਬਣ ਕੇ ਸਲਾਹਾਂ ਦੇਣ ਲੱਗ ਜਾਂਦੇ ਹਾਂ। ਅਜਿਹਾ ਹੀ ਵਰਤਾਰਾ ਸਾਡਾ ਸਮਾਜਿਕ ਸਮੱਸਿਆਵਾਂ ਪ੍ਰਤੀ ਹੈ। ਕਈ ਅਜੋਕੀ ਪਰਿਵਾਰਕ ਸਥਿਤੀ ਦਾ ਕਾਰਨ ਆਰਥਿਕ ਕਾਣੀ ਵੰਡ ਦੱਸਣਗੇ ਅਤੇ ਕਈ ਦੋਸ਼ਪੂਰਨ ਰਾਜਨੀਤਿਕ ਸਥਿਤੀ। ਸਾਡੀ ਰਾਜਨੀਤਿਕ ਸਥਿਤੀ ਪਰਿਵਾਰਾਂ ਨੂੰ ਨਹੀਂ ਤੋੜ ਰਹੀ, ਸਗੋਂ ਟੁੱਟੇ ਪਰਿਵਾਰ ਅਜਿਹੇ ਰਾਜਨੀਤਿਕ ਆਗੂ ਸਿਰਜ ਰਹੇ ਹਨ ਜਿਨ੍ਹਾਂ ਨੂੰ ਪਾੜਨਾ ਹੀ ਆਉਂਦਾ, ਸਿਉਣਾ ਨਹੀਂ।
ਜਿਨ੍ਹਾਂ ਪਰਿਵਾਰਾਂ 'ਚ ਬਹਿਸ ਵਧੇਰੇ ਹੁੰਦੀ ਹੈ ਉੱਥੇ ਮਲੂਕ ਤੱਕਣੀ ਨਾਲ ਇੱਕ ਦੂਜੇ ਨੂੰ ਵੇਖਣ ਦੀ ਸੰਭਾਵਨਾ ਉਜਾਗਰ ਨਹੀਂ ਹੁੰਦੀ। ਜਿੱਥੇ ਜਨਮ ਅਤੇ ਮਰਨ ਦੇ ਵਿਚਕਾਰ ਵਾਪਰਨ ਵਾਲੀ ਹਰ ਘਟਨਾ ਨੂੰ ਸੁਣਨ ਅਤੇ ਸੁਣਾਉਣ ਦਾ ਵਕਤ ਨਹੀਂ, ਉੱਥੇ ਘਰ ਜੇਲ੍ਹ ਵਰਗਾ ਜਾਂ ਪਾਗਲਖਾਨੇ ਜਿਹਾ ਹੋ ਨਿਬੜਦਾ। ਜਨਮ, ਬਿਮਾਰੀ, ਵਿਆਹ ਅਤੇ ਮੌਤ ਪਰਿਵਾਰ ਵਿੱਚ ਵਾਪਰਨ ਵਾਲੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਹਨ। ਇਹਨਾਂ ਦੇ ਵਾਪਰਨ ਉੱਤੇ ਅਸੀਂ ਜਿਹੋ ਜਿਹੀ ਪ੍ਰਸੰਨਤਾ ਜਾਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਉਸ ਤੋਂ ਸਾਡੇ ਪਰਿਵਾਰ ਦੀ ਪਹੁੰਚ ਅਤੇ ਸਮਰੱਥਾ ਦਾ ਪਤਾ ਲੱਗਦਾ ਹੈ। ਕੋਈ ਵੀ ਪਰਿਵਾਰ ਇਹਨਾਂ ਘਟਨਾਵਾਂ ਤੋਂ ਮੁਕਤ ਨਹੀਂ ਹੁੰਦਾ, ਪਰ ਇਹਨਾਂ ਦੇ ਸੰਦਰਭ ਵਿੱਚ ਹਰ ਪਰਿਵਾਰ ਦਾ ਵਰਤਾਰਾ ਵੱਖਰੀ ਭਾਂਤ ਦਾ ਹੁੰਦਾ ਹੈ। ਜਿਸ ਪਰਿਵਾਰ 'ਚ ਬਜ਼ੁਰਗਾਂ ਦਾ ਸਤਿਕਾਰ ਨਹੀਂ ਹੁੰਦਾ ਉੱਥੇ ਬੱਚੇ ਵੀ ਸਾਵੇਂ ਸੰਤੁਲਿਤ ਨਹੀਂ ਹੁੰਦੇ। ਜਿਸ ਪਰਿਵਾਰ 'ਚ ਆਪਸੀ ਪਿਆਰ ਨਹੀਂ ਹੁੰਦਾ ਉੱਥੇ ਰੰਗ ਭਾਵੇਂ ਸਾਰਿਆਂ ਦਾ ਗੋਰਾ ਹੋਵੇ ਪਰ ਸੋਹਣਾ ਕੋਈ ਨਹੀਂ ਹੋਏਗਾ। ਪਰਿਵਾਰ ਹੀ ਸਾਨੂੰ ਲੜਨ ਦੀ ਜਾਚ ਅਤੇ ਸਮਝੌਤੇ ਕਰਨ ਦਾ ਸਬਕ ਸਿਖਾਉਂਦਾ ਹੈ। ਜਿਹੜੇ ਪਰਿਵਾਰ ਤੋਂ ਵਿਛੜ ਕੇ ਜਿਉਣਾ ਚਾਹੁੰਦੇ ਹਨ ਉਹਨਾਂ ਦੀ ਹਸਤੀ ਜੰਗਲ 'ਚ ਡੁੱਲੀ ਚੀਖ ਵਰਗੀ ਹੁੰਦੀ ਹੈ। ਉਹਨਾਂ ਦੀ ਸਥਿਤੀ ਮਾਰੂਥਲ 'ਚ ਗੁਆਚੇ ਕਾਫਲੇ ਵਾਂਗ ਹੁੰਦੀ ਹੈ। ਉਹਨਾਂ ਉੱਤੇ ਭਾਵੇਂ ਮਿਹਰਾਂ ਦੇ ਮੀਂਹ ਬੜੇ ਵਰਦੇ ਹਨ ਪਰ ਉਹਨਾਂ ਦੇ ਮਨਾਂ ਦੇ ਬਾਗ ਪਿਆਸੇ ਰਹਿੰਦੇ ਹਨ। ਪਰਿਵਾਰ ਉਹ ਵਾਤਾਵਰਨ ਦਿੰਦਾ ਹੈ ਜਿਸ ਵਿੱਚ ਅਸੀਂ ਨਿਸ਼ਚਿੰਤ ਹੋ ਕੇ ਸੌਂਦੇ ਹਾਂ ਅਤੇ ਸਵੇਰੇ ਹੌਲੇ ਫੁੱਲ ਸਰੀਰ ਨਾਲ ਉੱਠਦੇ ਹਾਂ ਅਤੇ ਪਿਆਰ ਦਾ ਇੱਕ ਹੋਰ ਦਿਨ ਮਿਲ ਜਾਣ ਲਈ ਸ਼ੁਕਰ ਮਨਾਉਂਦੇ ਹਾਂ। ਤਰਕਾਲਾਂ ਪੈਣ ਉੱਤੇ ਅਸੀਂ ਸ਼ੁਕਰਾਨੇ ਭਰੇ ਦਿਲ ਨਾਲ ਪਰਿਵਾਰ ਵੱਲ ਪਰਤਦੇ ਹਾਂ ਜਿੱਥੇ ਬੂਹੇ 'ਚ ਸਾਡੀ ਉਡੀਕ ਖਲੋਤੀ ਹੁੰਦੀ ਹੈ। ਪਰਿਵਾਰ ਪੀ ਪੀ ਕੇ ਗੁੰਨ ਗੁੰਨ ਕੇ ਸਾਡੇ 'ਚ ਸੂਖਮਤਾ, ਨਿਖਾਰ, ਮੁਲਾਇਮੀ ਅਤੇ ਸਫੈਦੀ ਲਿਆਉਂਦਾ ਹੈ। ਪਿਆਰ ਨੂੰ ਪਿਆਰ ਹੀ ਰਜਾਉਂਦਾ ਹੈ ਅਤੇ ਰੱਜ ਕੇਵਲ ਪਰਿਵਾਰ ਵਿੱਚ ਰਹਿਣ ਨਾਲ ਹੀ ਸੰਭਵ ਹੁੰਦਾ ਹੈ। ਸੁਖੀ ਪਰਿਵਾਰਾਂ ਦੀ ਇੱਕ ਪਛਾਣ ਹੀ ਹੁੰਦੀ ਹੈ ਕਿ ਉੱਥੇ ਅਧੂਰੇ ਵਾਕਾਂ ਨਾਲ ਵੀ ਪੂਰੇ ਅਰਥ ਸਮਝ ਆ ਜਾਂਦੇ ਹਨ। ਦੁਖੀ ਪਰਿਵਾਰ ਉਹ ਹੁੰਦੇ ਹਨ ਜਿੱਥੇ ਸੁਨੇਹਿਆਂ ਦਾ ਲੈਣ ਦੇਣ ਸਿੱਧਾ, ਸੌਖਾ ਅਤੇ ਸੁਖਾਵਾਂ ਨਹੀਂ ਹੁੰਦਾ, ਜਿੱਥੇ ਆਪਣੀ ਗੱਲ ਕਹਿਣ ਵਿੱਚ ਲੋੜ ਨਾਲੋਂ ਵਧੇਰੇ ਸਮਾਂ ਲੱਗਣ ਦੇ ਬਾਵਜੂਦ ਸਮਝਣ 'ਚ ਭੁਲੇਖਾ ਲੱਗਦਾ ਹੈ ਅਤੇ ਸਹਿਮਤ ਹੋਣ 'ਚ ਝਿਜਕ ਹੁੰਦੀ ਹੈ। ਸੰਕਟ ਦੀ ਸਥਿਤੀ ਵਿੱਚ ਹਰ ਪਰਿਵਾਰਿਕ ਵਿੱਚ ਇੱਕ ਦੂਜੇ ਉੱਤੇ ਦੋਸ਼ ਲੱਗਣੇ ਸੁਭਾਵਿਕ ਹੁੰਦੇ ਹਨ, ਪਰ ਦੋਸ਼ ਲੱਗਣ ਨਾਲ ਸਾਰੀਆਂ ਧਿਰਾਂ ਆਪਣੇ ਵਿਹਾਰ ਪ੍ਰਤੀ ਸੁਚੇਤ ਹੋ ਜਾਂਦੀਆਂ ਹਨ ਅਤੇ ਸੰਕਟ ਦਾ ਸੰਘਣਾਪਣ ਘੱਟ ਜਾਂਦਾ ਹੈ। ਕਿਸੇ ਪਰਿਵਾਰ ਵਿੱਚ ਸੁਨੇਹਿਆਂ ਦਾ ਆਦਾਨ ਪ੍ਰਦਾਨ ਜਿੰਨਾ ਸੁਖਾਵਾਂ ਹੋਏਗਾ ਉਨ੍ਹਾਂ ਹੀ ਸਮੱਸਿਆਵਾਂ ਨੂੰ ਸੁਲਝਾਉਣ ਲਈ ਵਾਤਾਵਰਨ ਉਤਸ਼ਾਹ ਵਾਲਾ ਹੋਏਗਾ। ਦੁਖੀ ਪਰਿਵਾਰ ਆਪਣੇ ਲਈ ਹੀ ਨਹੀਂ ਦੂਜਿਆਂ ਲਈ ਵੀ ਸਮੱਸਿਆਵਾਂ ਉਪਜਾਉਂਦੇ ਹਨ, ਜਦੋਂ ਕਿ ਸੁਖੀ ਪਰਿਵਾਰ ਆਪਣੇ ਹੀ ਨਹੀਂ ਦੂਜਿਆਂ ਦੀਆਂ ਸਮੱਸਿਆਵਾਂ ਵੀ ਸੁਲਝਾਉਂਦੇ ਹਨ। ਸੁਖੀ ਪਰਿਵਾਰ ਗਲਤੀਆਂ ਦੇ ਬਾਵਜੂਦ ਵਿਕਾਸ ਕਰਦੇ ਹਨ ਪਰ ਦੁਖੀ ਪਰਿਵਾਰ ਪ੍ਰਾਪਤੀਆਂ ਦੇ ਬਾਵਜੂਦ ਨਿੱਗਰਦੇ ਹਨ। ਹਰ ਸੁਖੀ ਪਰਿਵਾਰ ਵਿੱਚ ਇੱਕ ਹੀ ਆਗੂ ਹੁੰਦਾ ਹੈ ਪਰ ਦੁਖੀ ਪਰਿਵਾਰ ਇੱਕ ਅਜਿਹੀ ਟੀਮ ਹੁੰਦੀ ਹੈ ਜਿੱਥੇ ਹਰ ਕੋਈ ਗੋਲਕੀਪਰ ਵਾਂਗ ਅੜ ਖਲੋਂਦਾ ਹੈ। ਚੰਗੇ ਪਰਿਵਾਰ ਵਿੱਚ ਕੋਈ ਵੀ ਤਬਦੀਲੀ ਝਟਪਟ ਨਹੀਂ ਵਾਪਰਦੀ ਕਿਉਂਕਿ ਝਟਪਟ ਵਾਪਰਨ ਵਾਲੀ ਕੋਈ ਵੀ ਤਬਦੀਲੀ ਹੰਢਣਸਾਰ ਨਹੀਂ ਹੁੰਦੀ। ਚੰਗੇ ਪਰਿਵਾਰ ਵਿੱਚ ਯਤਨ ਕੀਤਾ ਜਾਂਦਾ ਹੈ ਦੂਜਿਆਂ ਵਰਗੇ ਬਣਨ ਦਾ ਪਰ ਦੂਜਿਆਂ ਨੂੰ ਆਪਣੇ ਵਰਗਾ ਬਣਾਉਣ ਦੀ ਜ਼ਿੱਦ ਨਹੀਂ ਕੀਤੀ ਜਾਂਦੀ। ਚੰਗੇ ਪਰਿਵਾਰਾਂ ਦੇ ਸਾਰੇ ਜੀਅ ਇਕੱਠੇ ਖਲੋਂਦੇ ਹਨ ਪਰ ਬਹੁਤਾ ਨਾਲ ਨਾਲ ਵੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਦਰਖਤ ਇੱਕ ਦੂਜੇ ਦੀ ਛਾਂ ਹੇਠ ਨਹੀਂ ਵਿਕਸਦੇ। ਚੰਗੇ ਪਰਿਵਾਰਾਂ ਦੇ ਜੀਅ ਆਪਸ ਵਿੱਚ ਇੰਨੀ ਕੁ ਵਿੱਥ ਰੱਖ ਲੈਂਦੇ ਹਨ ਕਿ ਖੁੱਲ੍ਹੀਆਂ ਹਵਾਵਾਂ ਉਹਨਾਂ ਦੇ ਵਿਚਕਾਰ ਨੱਚ ਸਕਣ। ਇਹਨਾਂ ਪਰਿਵਾਰਾਂ ਦੀਆਂ ਮਾਵਾਂ ਨਿੱਗਰ ਨੀਹਾਂ ਵਾਂਗ ਹੁੰਦੀਆਂ ਹਨ ਜਿਹੜੀਆਂ ਆਪ ਅਹਿਲ ਰਹਿੰਦੀਆਂ ਹਨ ਤਾਂ ਕਿ ਉਹਨਾਂ ਦੀ ਸੰਤਾਨ ਜ਼ਿੰਦਗੀ ਦਾ ਜਸ਼ਨ ਮਨਾ ਸਕੇ। ਇੱਥੇ ਪਿਤਾ ਕਮਾਨ ਵਾਂਗ ਝੁੱਕ ਜਾਂਦੇ ਹਨ, ਲਚਕ ਨਾਲ ਮੁੜ ਜਾਂਦੇ ਹਨ ਤਾਂ ਕਿ ਉਹਨਾਂ ਦੇ ਧੀਆਂ ਪੁੱਤਰ ਦੂਰ ਦੁਮੇਲਾਂ ਵੱਲ ਸਿੱਧੇ ਜਾ ਸਕਣ। ਚੰਗੇ ਪਰਿਵਾਰ ਮਿਹਨਤ ਨਾਲ ਅਮੀਰ ਅਤੇ ਖੁਸ਼ਹਾਲ ਹੁੰਦੇ ਹਨ, ਉਹਨਾਂ ਨੂੰ ਸੌਖੀਆਂ ਜਿੱਤਾਂ ਦੀ ਆਦਤ ਨਹੀਂ ਹੁੰਦੀ। ਉਹਨਾਂ ਲਈ ਵਿਹਲੇ ਰਹਿਣਾ ਬਹਾਰਾਂ ਤੋਂ ਮੁਨਕਰ ਹੋਣ ਵਾਂਗ ਹੁੰਦਾ ਹੈ। ਉਹਨਾਂ ਵਿੱਚ ਮਿਹਨਤ ਦੇ ਰਾਹ ਪੈ ਕੇ ਜੀਵਨ ਨੂੰ ਲੱਭਣ ਦੀ ਤਾਂਘ ਹੁੰਦੀ ਹੈ ਤਾਂ ਕਿ ਉਹ ਜੀਵਨ ਦੇ ਧੁਰ ਅੰਦਰਲੇ ਭੇਤਾਂ ਨਾਲ ਇੱਕਮਿੱਕ ਹੋ ਸਕਣ। ਕਿਸੇ ਪਰਿਵਾਰ ਦੀ ਅੰਦਰਲੀ ਸ਼ਕਤੀ ਇਸ ਗੱਲ ਤੋਂ ਮਾਪੀ ਜਾ ਸਕਦੀ ਹੈ ਕਿ ਉਸ ਵਿੱਚ ਆਪਣੇ ਕਿਸੇ ਜੀ ਦੀ ਜਿੱਤ ਅਤੇ ਹਾਰ ਨੂੰ
ਅਤੇ ਆਪਣੇ ਕਿਸੇ ਮਿੱਤਰ ਪਿਆਰੇ ਦੀ ਮੌਤ ਨੂੰ ਕਿਵੇਂ ਸਹਿਣ ਅਤੇ ਸਵੀਕਾਰ ਕੀਤਾ ਜਾਂਦਾ ਹੈ। ਜਦੋਂ ਪਰਿਵਾਰ 'ਚ ਸਾਡਾ ਕੋਈ ਆਪਣਾ ਮਰਦਾ ਹੈ ਤਾਂ ਅਸੀਂ ਸਾਰੇ ਇੱਕ ਮੁੱਠ ਹੋ ਕੇ ਜੀਵਨ ਤੋਂ ਇੱਕ ਵਿੱਥ ਉੱਤੇ ਵਿਚਰਨ ਲੱਗ ਪੈਂਦੇ ਹਾਂ, ਜਿਵੇਂ ਉਹਨੂੰ ਨਾ ਬਚਾ ਸਕਣ ਦਾ ਆਪਣੇ ਆਪ ਨਾਲ ਸੋਗ ਕਰ ਰਹੇ ਹੋਈਏ। ਅਸੀਂ ਅਕਸਰ ਉਹਨਾਂ ਸੰਬੰਧਾਂ ਨੂੰ ਯਾਦ ਕਰਕੇ ਰੋਂਦੇ ਹਾਂ ਜਿਨ੍ਹਾਂ ਨਾਲ ਅਸੀਂ ਆਪਣੇ ਆਪ ਨੂੰ ਜਿਉਂਦਿਆਂ 'ਚ ਗਿਣਦੇ ਸਾਂ। ਅਸੀਂ ਇਹ ਜਾਣ ਕੇ ਵਿਰਲਾਪ ਕਰਦੇ ਹਾਂ ਕਿ ਜੋ ਮੁੱਲਵਾਨ ਅਨੁਭਵ ਉਸ ਤੋਂ ਮਿਲਦਾ ਸੀ ਉਹ ਕੇਵਲ ਉਸ ਤੋਂ ਹੀ ਮਿਲ ਸਕਦਾ ਸੀ। ਕਈ ਵਾਰੀ ਸਾਨੂੰ ਆਪ ਵੀ ਨਹੀਂ ਪਤਾ ਹੁੰਦਾ ਕਿ ਉਸ ਤੋਂ ਕੀ ਮਿਲਦਾ ਸੀ। ਪਤਾ ਨਹੀਂ ਇਉਂ ਕਿਉਂ ਵਾਪਰਦਾ ਹੈ, ਜਦੋਂ ਸਾਡੀ ਮਾਂ ਮਰਦੀ ਹੈ ਤਾਂ ਸਾਨੂੰ ਆਪਣਾ ਬਚਪਨ ਬਹੁਤ ਯਾਦ ਆਉਂਦਾ, ਜਦੋਂ ਸਾਡਾ ਪਿਓ ਮਰਦਾ ਤਾਂ ਅਸੀਂ ਯਤੀਮਾਂ ਦੀ ਨਜ਼ਰ ਨਾਲ ਆਪਣੀ ਸੰਤਾਨ ਵੱਲ ਵੇਖਦੇ ਹਾਂ। ਮਾਪਿਆਂ ਨੂੰ ਤੁਹਾਡੇ ਕਿਸੇ ਤੋਹਫ਼ੇ ਦੀ ਲੋੜ ਨਹੀਂ, ਉਹਨਾਂ ਵੱਲੋਂ ਦਿੱਤੇ ਜੀਵਨ ਨਾਲੋਂ ਵੱਡਾ ਤੋਹਫ਼ਾ ਕੀ ਹੋ ਸਕਦਾ ਹੈ। ਪਰ ਜੇ ਤੁਸੀਂ ਕੁਝ ਦੇਣਾ ਹੀ ਚਾਹੁੰਦੇ ਹੋ ਤਾਂ ਉਹਨਾਂ ਨੂੰ ਆਪਣੇ ਪਰਿਵਾਰ ਵਿੱਚ ਭਰਪੂਰ ਢੰਗ ਨਾਲ ਰੱਜ ਕੇ ਜਿਉਣ ਅਤੇ ਪ੍ਰਸੰਨ ਚਿੱਤ ਹੋ ਕੇ ਮਰਨ ਦਾ ਅਵਸਰ ਦਿਓ। ਅਜਿਹਾ ਭਰਪੂਰ ਅਵਸਰ ਜਿਸ ਉਪਰੰਤ ਉਹਨਾਂ ਦੀ ਆਤਮਾ ਲਈ ਸ਼ਾਂਤੀ ਦੀ ਅਰਦਾਸ ਕਰਨ ਦੀ ਲੋੜ ਨਾ ਪਵੇ। ਜਿਹੜੇ ਆਪਣੇ ਮਾਪਿਆਂ ਦਾ ਨਾਂ ਸੱਚੇ ਮਾਣ ਨਾਲ ਲੈਂਦੇ ਹਨ ਉਹ ਭਾਵੇਂ ਦੁਨੀਆ ਦੀਆਂ ਨਜ਼ਰਾਂ 'ਚ ਗਰੀਬ ਹੋਣ, ਉਹਨਾਂ ਦਾ ਰਾਹ ਭਾਵੇਂ ਟੋਇਆਂ ਟਿੱਬਿਆਂ ਵਾਲਾ ਹੀ ਹੋਵੇ, ਉਹਨਾਂ ਦੇ ਸਿਰ ਉੱਤੇ ਛੱਤ ਭਾਵੇਂ ਛੋਟੀ ਅਤੇ ਪਤਲੀ ਹੋਵੇ, ਉਹ ਦੁਨੀਆ ਨੂੰ ਬਹੁਤ ਕੁਝ ਦਿੰਦੇ ਹਨ ਅਤੇ ਬਦਲੇ 'ਚ ਕੁਝ ਲੈਣ ਦੀ ਮਜਬੂਰੀ ਤੋਂ ਬਚੇ ਰਹਿੰਦੇ ਹਨ। ਸੰਸਾਰ 'ਚ ਸਾਡਾ ਵਿਹਾਰ ਅਤੇ ਚਰਿੱਤਰ ਨਿਰਧਾਰਿਤ ਕਰਨ 'ਚ ਪਰਿਵਾਰ ਨੂੰ ਬੜਾ ਲੰਮਾ ਅਰਸਾ ਲੱਗਦਾ ਹੈ। ਵੇਖਿਆ ਗਿਆ ਕਿ ਹਰ ਪਰਿਵਾਰ 'ਚ ਕੋਈ ਨਾ ਕੋਈ ਅਜਿਹਾ ਵਿਅਕਤੀ ਹੁੰਦਾ ਹੈ ਜਿਹੜਾ ਹਾਰਮੋਨੀਅਮ ਨੂੰ ਤਬਲੇ ਵਾਂਗ ਵਜਾਉਣ ਦੀ ਜ਼ਿੱਦ ਕਰਦਾ ਹੈ। ਅਜਿਹੇ ਵਿਅਕਤੀ ਦੂਜਿਆਂ ਨੂੰ ਗਾਲਾਂ ਦੇ ਕੇ ਆਪਣੇ ਸਾਊ ਹੋਣ ਦਾ ਪ੍ਰਮਾਣ ਦੇਣਾ ਚਾਹੁੰਦੇ ਹਨ, ਪਰ ਗਾਲਾਂ ਦਾ ਉਦੇਸ਼ ਦੂਜਿਆਂ ਨੂੰ ਦੁਖੀ ਕਰਕੇ ਈਨ ਮਨਵਾਉਣਾ ਹੁੰਦਾ ਹੈ। ਅਜਿਹੇ ਵਿਅਕਤੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਹ ਦੂਜਿਆਂ ਨਾਲ ਨਿਮਰਤਾ ਨਾਲ ਪੇਸ਼ ਨਹੀਂ ਆ ਸਕਦੇ ਤਾਂ ਦੂਜਿਆਂ ਤੋਂ ਜਿਸ ਸਤਿਕਾਰ ਦੀ ਉਹਨਾਂ ਨੂੰ ਤੰਗ ਹੈ ਉਹਦੇ ਉਹ ਕਦੀ ਵੀ ਯੋਗ ਨਹੀਂ ਹੋਣਗੇ। ਉਹ ਸ਼ਾਇਦ ਨਹੀਂ ਜਾਣਦੇ ਕਿ ਗਾਲਾਂ ਅਤੇ ਗੁੱਸੇ ਨਾਲ ਕਦੇ ਕੋਈ ਮਾਣ ਕਰਨ ਯੋਗ ਵਿਕਾਸ ਸੰਭਵ ਨਹੀਂ ਹੋਇਆ। ਚੰਗੇ ਅਤੇ ਸ਼ਕਤੀਸ਼ਾਲੀ ਪਰਿਵਾਰਾਂ ਵਿੱਚ ਦੁੱਖ, ਹਾਰ, ਵਿਛੋੜਾ ਆਦਿ ਚੁੱਪ ਚੁਪੀਤੇ ਸਹਿਣ ਦੀ ਆਦਤ ਹੁੰਦੀ ਹੈ। ਇਹੀ ਕਾਰਨ ਹੈ ਕਿ ਚੰਗੇ ਪਰਿਵਾਰ ਭਾਵਕ ਪੱਖੋਂ ਵਧੇਰੇ ਟਿਕਾਊ, ਦ੍ਰਿੜਤਾ, ਸਿਦਕ ਅਤੇ ਸਿਰੜ ਦਾ ਪ੍ਰਮਾਣ ਦਿੰਦੇ ਹਨ। ਅਜਿਹੇ ਪਰਿਵਾਰਾਂ ਦੇ ਜੀਆਂ 'ਚ ਹਰ ਥਾਂ ਹਾਜ਼ਰ ਹੋਣ ਦੀ ਕਾਹਲ ਅਤੇ ਲਾਲਸਾ ਨਹੀਂ ਹੁੰਦੀ। ਅੰਤਲੇ ਰੂਪ ਵਿੱਚ ਚੰਗਾ ਪਰਿਵਾਰ ਉਹ ਹੁੰਦਾ ਹੈ ਜਿਸ ਨਾਲ ਨਾਰਾਜ਼ ਨਾ ਹੋਇਆ ਜਾ ਸਕੇ, ਕਿਉਂਕਿ ਅਜਿਹੇ ਪਰਿਵਾਰਾਂ ਕੋਲ ਦੇਣ ਲਈ ਭਾਵੇਂ ਹੁੰਦਾ ਤਾਂ ਥੋੜ੍ਹਾ ਹੀ ਹੈ ਪਰ ਉਹ ਸਾਰਾ ਕੁਝ ਦੇ ਛੱਡਦੇ ਹਨ। ਅਜਿਹੇ ਪਰਿਵਾਰਾਂ ਕੋਲ ਕਿਸੇ ਲਈ ਸ਼ੁਭ ਭਾਵਨਾਵਾਂ ਹੁੰਦੀਆਂ ਹਨ। ਅਜਿਹੇ ਪਰਿਵਾਰਾਂ ਕੋਲ ਹਰ ਕਿਸੇ ਲਈ ਸ਼ੁਭ ਭਾਵਨਾਵਾਂ ਹੁੰਦੀਆਂ ਹਨ। ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਬੇਦਾਵੇ ਦਿੱਤੇ ਹੋਏ ਹਨ, ਜਿੱਥੇ ਮਾਵਾਂ ਆਪਣੀ ਸੰਤਾਨ ਤੋਂ ਦੂਰ ਰਹਿਣ ਲਈ ਮਜਬੂਰ ਕੀਤੀਆਂ ਜਾ ਰਹੀਆਂ ਹਨ, ਉੱਥੇ ਰਿਸ਼ਤਿਆਂ 'ਚ ਨਿੱਘ ਨਹੀਂ ਹੁੰਦਾ। ਇਹ ਹੈਰਾਨੀ ਦੀ ਗੱਲ ਨਹੀਂ ਕਿ ਸਾਡੇ ਦੇਸ਼ ਵਿੱਚ ਬਹੁਤੇ ਪਰਿਵਾਰਕ ਆਤਮਘਾਤ ਤਿਉਹਾਰਾਂ ਦੇ ਨੇੜੇ ਤੇੜੇ ਵਾਪਰਦੇ ਹਨ। ਜਿਹੜੇ ਮਜਬੂਰ ਹੁੰਦੇ ਹਨ ਪਰ ਆਤਮਘਾਤ ਨਹੀਂ ਕਰਦੇ, ਉਹ ਆਪਣੇ ਆਪ ਨਾਲ ਖਿਸਰ ਕੇ ਜਿਉਂਦੇ ਮਰਦੇ ਰਹਿੰਦੇ ਹਨ ਅਤੇ ਜੀਵਨ ਨਾਲ ਥੱਕੀ ਹੋਈ ਤਾਂਗ ਨਾਲ ਟੁੱਟਿਆ ਹੋਇਆ ਦੀਵਾ ਤਾਂ ਜਗਾ ਲੈਂਦੇ ਹਨ, ਪਰ ਦੀਵਾ ਟਿਕਾਉਣ ਲਈ ਇਹਨਾਂ ਦੀ ਸ਼ਖਸੀਅਤ ਦਾ ਨਾ ਕੋਈ ਬੂਹਾ ਹੁੰਦਾ, ਨਾ ਕੋਈ ਬਾਰੀ ਅਤੇ ਨਾ ਕੋਈ ਬਨੇਰਾ। ਅਜਿਹੇ ਵਿਅਕਤੀਆਂ ਨੂੰ ਆਪਣੇ ਪ੍ਰਵਾਨ ਹੋਣ ਦਾ ਅਹਿਸਾਸ ਨਹੀਂ ਹੁੰਦਾ। ਅਸੀਂ ਭਾਵੇਂ ਕੁਝ ਕਰੀਏ, ਕੁਝ ਕਹੀਏ, ਆਖਿਰ ਅਸੀਂ ਪ੍ਰਵਾਨ ਤਾਂ ਆਪਣੇ ਪਰਿਵਾਰ ਵਿੱਚ ਹੀ ਹੋਣਾ ਹੁੰਦਾ। ਧੰਨਵਾਦ। ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਆਹਮੋ ਸਾਹਮਣੇ ਦਾ ਅਗਲਾ ਲੇਖ ਹੈ ਸ਼ੱਕ, ਸਾੜਾ ਅਤੇ ਸਨਕੀਪਣਾ। ਜਿਸ ਨੂੰ ਅਸੀਂ ਨੇੜਿਓਂ ਵੇਖਿਆ ਹੋਵੇ ਉਸਨੂੰ ਮਹਾਨ ਮੰਨਣਾ ਸੰਭਵ ਨਹੀਂ ਹੁੰਦਾ, ਪਰ ਸਾੜਾ ਕਰਨ ਵਾਲੇ ਵਿਅਕਤੀ ਦੀ ਤੰਗ ਆਪਣੇ ਆਪ ਨੂੰ ਚੰਗੇਰਾ ਹੀ ਨਹੀਂ ਮਹਾਨ ਮਨਵਾਉਣ ਦੀ ਹੁੰਦੀ ਹੈ। ਇਸੇ ਲਈ ਜਿਉਂ ਜਿਉਂ ਉਭਰਨ ਦਾ ਯਤਨ ਕਰਦਾ ਹੈ ਤਿਉਂ ਤਿਉਂ ਉਹ ਨਿਗਰਦਾ ਜਾਂਦਾ ਹੈ। ਜਿੱਥੇ ਕਿਧਰੇ ਵੀ ਤਲਾਕ ਦੀ ਸਮੱਸਿਆ ਹੈ ਉੱਥੇ ਸਾੜੇ ਦੀ ਸਮੱਸਿਆ ਵੀ ਕਿਸੇ ਨਾ ਕਿਸੇ ਰੂਪ 'ਚ ਕਾਰਜਸ਼ੀਲ ਹੁੰਦੀ ਹੈ।
ਆਪਣੇ ਦੋਸਤ ਦੀ ਨਿੰਦਾ ਸੁਣੀ ਜਾ ਸਕਦੀ ਹੈ ਪਰ ਆਪਣੇ ਮਿੱਥੇ ਦੁਸ਼ਮਣ ਦੀ ਪ੍ਰਸ਼ੰਸਾ ਸੁਣਨੀ ਸੰਭਵ ਨਹੀਂ ਹੁੰਦੀ। ਚਿੜ ਜਾਣਾ, ਭੜਕ ਪੈਣਾ ਆਦਿ ਉਲਾਰ ਹੋਣ ਦੇ ਪ੍ਰਗਟਾਵੇ ਹਨ, ਪਰ ਚਿੜੇ ਰਹਿਣਾ ਅਤੇ ਭੜਕੇ ਰਹਿਣਾ ਸਨਕੀ ਪੁਣੇ ਦੀਆਂ ਅਲਾਮਤਾਂ ਹੁੰਦੀਆਂ ਹਨ। ਸਨਕੀ ਵਿਅਕਤੀ ਇਹ ਜਾਣਨ ਤੋਂ ਵੀ ਅਸਮਰਥ ਹੁੰਦਾ ਹੈ ਕਿ ਉਹ ਆਪ ਆਪਣੇ ਹੱਥੋਂ ਹੀ ਤਬਾਹ ਹੋ ਰਿਹਾ ਹੈ। ਸਨਕੀ ਵਿਅਕਤੀ ਨੂੰ ਇਸੇ ਕਰਕੇ ਨੀਂਦਰ ਦੀ ਸਮੱਸਿਆ ਹੁੰਦੀ ਹੈ ਕਿਉਂਕਿ ਉਹ ਆਪਣੇ ਮਨ ਅਤੇ ਸਰੀਰ ਦੀਆਂ ਵਾਗਾਂ ਨੂੰ ਢਿੱਲੀਆਂ ਨਹੀਂ ਕਰਦਾ। ਸ਼ੱਕੀ ਅਤੇ ਸਨਕੀ ਵਿਅਕਤੀ ਪਤੀ ਪਤਨੀ ਦੇ ਰੂਪ 'ਚ ਇੱਕ ਦੂਜੇ ਦੀ ਜਾਸੂਸੀ ਕਰਦੇ ਹਨ। ਉਹ ਇੱਕ ਦੂਜੇ ਦੀਆਂ ਚਿੱਠੀਆਂ ਪੜ੍ਹ ਕੇ ਆਪਣੇ ਮਨਾਂ ਵਿਚਲੇ ਸ਼ੰਕਿਆਂ ਨੂੰ ਪੱਕਿਆਉਂਦੇ ਹਨ। ਸਾੜੇ ਦਾ ਸ਼ਿਕਾਰ ਵਿਅਕਤੀ ਇਹ ਪ੍ਰਭਾਵ ਦੇਣ ਦਾ ਯਤਨ ਕਰੇਗਾ ਕਿ ਉਸ ਵਿੱਚ ਅੰਤਾਂ ਦਾ ਸਵੈ ਵਿਸ਼ਵਾਸ ਹੈ ਅਤੇ ਉਹ ਕੁਝ ਵੀ ਜਾਣਨ ਦਾ ਦਾਅਵਾ ਕਰੇਗਾ ਜੋ ਕਦੇ ਵਾਪਰਿਆ ਹੀ ਨਹੀਂ ਹੁੰਦਾ। ਉਹ ਇਹ ਵੀ ਭਰਮ ਉਸਾਰੇਗਾ ਕਿ ਉਸਨੂੰ ਕੁਝ ਵੀ ਸਮਝਣ 'ਚ ਕੋਈ ਭੁਲੇਖਾ ਨਹੀਂ ਲੱਗਿਆ। ਵਿਸ਼ਾ ਕੋਈ ਹੋਵੇ, ਉਹਦਾ ਤਰਕ ਉਹੀ ਹੋਏਗਾ। ਸਮਾਂ ਪੈਰ ਕੋਈ ਹੋਵੇ, ਉਹ ਇੱਕੋ ਰਾਗ ਲਾਪੇਗਾ। ਅਸੀਂ ਆਪਣੇ ਆਪ ਨੂੰ ਆਪਣੇ ਰੁਤਬੇ, ਪ੍ਰਾਪਤੀਆਂ, ਮਿੱਤਰਾਂ ਅਤੇ ਜਾਇਦਾਦਾਂ ਦੇ ਸੰਦਰਭ 'ਚ ਸੋਚਦੇ ਪਰਖਦੇ ਹਾਂ। ਕੁਝ ਪ੍ਰਾਪਤ ਕਰਨ ਨੂੰ ਅਸੀਂ ਇਸ ਗੱਲ ਦਾ ਪ੍ਰਮਾਣ ਸਮਝਣ ਲੱਗ ਪੈਂਦੇ ਹਾਂ ਕਿ ਅਸੀਂ ਚੰਗੇਰੇ ਮਨੁੱਖ ਹਾਂ, ਪਰ ਜੋ ਕੁਝ ਪ੍ਰਾਪਤ ਕਰਨਾ ਚਾਹੀਦਾ ਸੀ ਜੇ ਨਹੀਂ ਹੋਇਆ ਤਾਂ ਅਸੀਂ ਆਪਣੇ ਆਪ ਨੂੰ ਅੱਧੇ ਅਧੂਰੇ ਸਮਝਣ ਲੱਗ ਪੈਂਦੇ ਹਾਂ ਅਤੇ ਜੋ ਕੁਝ ਸਾਡੇ ਕੋਲ ਨਹੀਂ ਹੁੰਦਾ ਸਾਡੀ ਬਿਰਤੀ ਅਤੇ ਲਿਵ ਉਸ ਵਿੱਚ ਅਟਕ ਜਾਂਦੀ ਹੈ ਅਤੇ ਅਸੀਂ ਉਦਾਸ ਹੋ ਜਾਂਦੇ ਹਾਂ। ਇਸੇ ਨੂੰ ਹੀਣਤਾ ਦੀ ਭਾਵਨਾ ਕਹਿੰਦੇ ਹਨ। ਆਪਣੇ ਆਪ ਨੂੰ ਦੋਸ਼ ਦੇਣ ਦੀ ਥਾਂ ਹੀਣ ਵਿਅਕਤੀ ਦੂਜਿਆਂ ਦੀ ਨਿੰਦਾ ਅਤੇ ਆਪਣੀ ਪ੍ਰਸ਼ੰਸਾ ਆਪ ਕਰਨ ਲੱਗ ਪੈਂਦਾ ਹੈ। ਅਜਿਹਾ ਵਿਅਕਤੀ ਆਪਣੇ ਘਰ ਦੇ ਜੀਆਂ ਨਾਲ ਖਿਝਿਆ ਰਹਿੰਦਾ ਹੈ, ਚੀਜ਼ਾਂ ਤੋੜਦਾ ਹੈ ਅਤੇ ਆਪਣੇ ਤਨ ਅਤੇ ਮਨ ਦੋਹਾਂ ਨੂੰ ਜ਼ਖਮੀ ਕਰਦਾ ਹੈ। ਉਹ ਪਰਿਵਾਰ ਦਾ ਮਲਾਹ ਨਹੀਂ ਤਾਨਾਸ਼ਾਹ ਬਣਨਾ ਚਾਹੁੰਦਾ ਹੈ। ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਕਾਰਨ ਅਜਿਹਾ ਵਿਅਕਤੀ ਆਪਣੀਆਂ ਅੱਖਾਂ, ਨੱਕ ਅਤੇ ਕੰਨਾਂ ਨੂੰ ਵਧੇਰੇ ਤੀਬਰਤਾ ਨਾਲ ਵਰਤਦਾ ਹੈ। ਅਜਿਹੇ ਵਿਅਕਤੀ ਕਿਸੇ ਦਾ ਸਾਥ ਨਹੀਂ ਬਣਦੇ ਅਤੇ ਕਿਸੇ ਦਾ ਸਾਥ ਮਾਣ ਵੀ ਨਹੀਂ ਸਕਦੇ। ਉਹ ਜਿਸ ਚੀਜ਼ 'ਤੇ ਕਬਜ਼ਾ ਕਰਦੇ ਹਨ ਉਸੇ ਨੂੰ ਨਿੰਦਦੇ ਹਨ। ਸਨਕੀ ਵਿਅਕਤੀ ਇਹ ਮੰਨਣ ਲਈ ਤਿਆਰ ਨਹੀਂ ਹੁੰਦੇ ਕਿ ਇਹ ਸਨਕੀ ਬਿਰਤੀ ਉਹਨਾਂ ਦੀ ਨਿੱਜੀ ਸਮੱਸਿਆ ਹੈ। ਉਹ ਆਪਣੀ ਸਮੱਸਿਆ ਨੂੰ ਦੂਜਿਆਂ ਦੀ ਉਪਜਾਈ ਹੋਈ ਮਨਾਉਣ ਲਈ ਬਜ਼ਿੱਦ ਹੁੰਦੇ ਹਨ। ਸਨਕੀ ਵਿਅਕਤੀ ਕੋਲ ਤਰਕ ਨਹੀਂ ਹੁੰਦਾ, ਪਰ ਉਹ ਜ਼ਿੱਦ ਕਰਦਾ ਹੈ ਕਿ ਕੇਵਲ ਉਹ ਹੀ ਤਰਕ ਦੀ ਗੱਲ ਕਰਦਾ ਹੈ। ਅਜਿਹੇ ਵਿਅਕਤੀ ਸਮੱਸਿਆ ਨੂੰ ਕਿਸੇ ਮਾਹਿਰ ਨਾਲ ਵਿਚਾਰਨ ਲਈ ਜਾਂ ਇਲਾਜ ਕਰਵਾਉਣ ਲਈ ਤਿਆਰ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਕਿਧਰੇ ਵਾਸਤਵਿਕਤਾ ਦਾ ਪਤਾ ਹੀ ਨਾ ਲੱਗ ਜਾਏ। ਸਨਕੀ ਵਿਅਕਤੀ ਦਾ ਵਿਹਾਰ ਇਕਲੌਤੇ ਬੱਚੇ ਵਾਲਾ ਹੁੰਦਾ ਹੈ, ਜਿਸ ਨੂੰ ਲੈਣਾ ਹੀ ਆਉਂਦਾ ਹੈ, ਕੁਝ ਦੇਣ ਦੀ ਜਾਚ ਨਹੀਂ ਆਉਂਦੀ। ਪੁਰਸ਼ ਆਰਥਿਕ ਸਫਲਤਾ ਨੂੰ ਸਭ ਤੋਂ ਉੱਚੀ ਪ੍ਰਾਪਤੀ ਮੰਨਣ ਲੱਗ ਪਏ ਹਨ। ਸੋ ਸਾੜੇ ਦਾ ਬਹੁਤਾ ਸ਼ਿਕਾਰ ਉਹ ਇਸਤਰੀ ਪੁਰਸ਼ ਹੁੰਦੇ ਹਨ ਜਿਹੜੇ ਆਰਥਿਕ ਪੌੜੀ ਉੱਤੇ ਝਟਪਟ ਹੋਰ ਉੱਪਰ ਚੜ੍ਹਨਾ ਚਾਹੁੰਦੇ ਹਨ। ਅਜਿਹੇ ਕਿਸੇ ਪੁਰਸ਼ ਦੀ ਜੇ ਪਤਨੀ ਤਰੱਕੀ ਕਰ ਜਾਏ ਤਾਂ ਉਹ ਪੁਰਸ਼ ਆਪਣੇ ਆਪ ਨੂੰ ਪੱਛੜ ਗਿਆ ਅਨੁਭਵ ਕਰਦਾ ਹੈ। ਹੁਣ ਇਸਤਰੀਆਂ ਵੀ ਆਰਥਿਕ ਖੇਤਰ 'ਚ ਦਾਖਲ ਹੋ ਰਹੀਆਂ ਹਨ, ਸੋ ਉਹਨਾਂ ਦੇ ਵਿਹਾਰ ਵਿੱਚ ਵੀ ਇਹ ਦੋਸ਼ ਉਪਜਣੇ ਸੁਭਾਵਿਕ ਹਨ। ਪ੍ਰੇਮੀਆਂ ਵਿਚਕਾਰ ਸਾੜਾ ਨਵੀਂ ਗੱਲ ਨਹੀਂ, ਪਰ ਪਤੀ ਪਤਨੀ ਵਿਚਕਾਰ, ਭੈਣਾਂ ਭਰਾਵਾਂ ਵਿਚਕਾਰ, ਗੁਆਂਢੀਆਂ ਵਿਚਕਾਰ, ਸਹਿਕਰਮੀਆਂ ਵਿਚਕਾਰ, ਬਿਮਾਰ ਪਿਤਾ ਅਤੇ ਤੰਦਰੁਸਤ ਪੁੱਤਰ ਵਿਚਕਾਰ, ਨਾਲਾਇਕ ਪੁੱਤਰ ਅਤੇ ਵਿਦਵਾਨ ਪਿਤਾ ਵਿਚਕਾਰ, ਮਾਂ ਅਤੇ ਧੀ ਵਿਚਕਾਰ, ਡਿਪਟੀ ਅਤੇ ਮੁਖੀ ਵਿਚਕਾਰ, ਗੱਦੀਓਂ ਲੱਥੇ ਅਤੇ ਗੱਦੀ 'ਤੇ ਬੈਠੇ ਹਾਕਮ ਵਿਚਕਾਰ, ਖਲੋਤੀ ਸਵਾਰੀ ਅਤੇ ਸੁੱਤੀ ਸਵਾਰੀ ਵਿਚਕਾਰ ਵੀ ਰਿਸ਼ਤਾ ਸਾੜੇ ਵਾਲਾ ਬਣਦਾ ਜਾ ਰਿਹਾ ਹੈ। ਇਸ ਪ੍ਰਵਿਰਤੀ ਕਾਰਨ ਸਾਡੇ ਦੇਸ਼ 'ਚ ਹੁਣ ਜੇਲ੍ਹਾਂ, ਹਸਪਤਾਲਾਂ ਅਤੇ ਪਾਗਲਖਾਨਿਆਂ ਦੀ ਗਿਣਤੀ ਵਧੇਗੀ ਕਿਉਂਕਿ ਇਹ ਥਾਵਾਂ ਹੁਣ ਮਾਨਸਿਕ ਰੋਗੀਆਂ ਅਤੇ ਸਨਕੀਆਂ ਲਈ ਘਰ ਬਣਨਗੀਆਂ। ਸਾੜੇ ਦਾ ਸ਼ਿਕਾਰ ਵਿਅਕਤੀ ਮਹਿੰਗੇ ਅਤੇ ਵਧੇਰੇ ਕੱਪੜੇ ਪਾਉਂਦਾ ਹੈ। ਉਹ ਚਾਰ ਉਂਗਲਾਂ ਵਿੱਚ ਪੰਜ ਛਾਪਾਂ ਪਾਏਗਾ। ਅਜਿਹਾ ਵਿਅਕਤੀ ਤੁਹਾਡੇ ਧਿਆਨ ਦਾ ਵਧੇਰੇ ਸਮਾਂ ਪ੍ਰਾਪਤ ਕਰਨ ਲਈ ਵਿੱਤੋਂ ਵੱਧ ਖਰਚ ਕਰੇਗਾ। ਅਜਿਹੇ ਵਿਅਕਤੀ ਦੀ ਨਜ਼ਰ ਉਹਨਾਂ ਪੱਖਾਂ ਉੱਤੇ ਹੀ ਪਵੇਗੀ ਜਿਨ੍ਹਾਂ ਵਿੱਚੋਂ ਨੁਕਸ ਕੱਢ ਸਕੇ। ਸਾੜੇ ਦਾ ਸ਼ਿਕਾਰ ਵਿਅਕਤੀ ਤੁਹਾਡੇ ਘਰ ਜਦੋਂ ਵੀ ਆਏਗਾ ਉਹ ਕਹੇਗਾ ਕਿ ਉਸ ਕੋਲ ਸਮਾਂ ਬਹੁਤ ਘੱਟ ਹੈ, ਪਰ ਉਹ ਜਾਣਾ ਹੀ ਭੁੱਲ ਜਾਏਗਾ। ਉਸਦੇ ਜਾਣ ਉਪਰੰਤ ਵੀ ਕਿੰਨਾ ਹੀ ਚਿਰ ਘਰ ਦੀ, ਪਰਿਵਾਰ ਦੀ ਸਮੁੱਚੀ ਸੁਰ ਤਾਲ ਵਿਗੜੀ ਰਹਿੰਦੀ ਹੈ। ਹਰ ਇੱਕ ਵਿਅਕਤੀ ਨੇ ਸ਼ਿਕਾਇਤਾਂ ਦੀ ਇੱਕ ਸੂਚੀ ਚੁੱਕੀ ਹੁੰਦੀ ਹੈ।
ਸਾਡੀ ਸਰੀਰਕ ਭਾਵਕ ਤੇ ਮਾਨਸਿਕ ਤੰਦਰੁਸਤੀ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਸਾਡੀ ਇਹ ਸੂਚੀ ਕਿੰਨੀ ਛੋਟੀ ਵੱਡੀ ਹੈ। ਇਹ ਸਮਝਣਾ ਵੀ ਜ਼ਰੂਰੀ ਹੈ ਕਿ ਅਸੀਂ ਕਿਸੇ ਨੂੰ ਸਿੱਧਾ ਪਿਆਰ ਨਹੀਂ ਕਰਦੇ, ਉਹ ਸਾਡੇ ਬਾਰੇ ਕੀ ਸੋਚਦਾ ਹੈ ਤੇ ਸਾਡੇ ਲਈ ਕੀ ਕਰਦਾ ਹੈ, ਅਸੀਂ ਉਸ ਅਨੁਪਾਤ ਵਿੱਚ ਉਹਨੂੰ ਪਿਆਰ ਕਰਦੇ ਹਾਂ। ਜਿਹੜਾ ਆਪਣੇ ਆਪ ਨੂੰ ਤਾਂ ਮਾਫ ਕਰ ਦਿੰਦੇ ਹਨ ਜਿਹੜੇ ਆਪਣੇ ਆਪ ਨੂੰ ਤਾਂ ਮਾਫ ਕਰ ਦਿੰਦੇ ਹਨ ਤੇ ਦੂਜਿਆਂ ਨੂੰ ਸਜ਼ਾ ਦੇਣੀ ਚਾਹੁੰਦੇ ਹਨ, ਉਹ ਹੰਢਣਸਾਰ ਰਿਸ਼ਤੇ ਨਹੀਂ ਉਸਾਰ ਸਕਦੇ। ਕਿਸੇ ਘੁੱਟਣ ਨੂੰ ਲਗਾਤਾਰ ਸਹਿਣ ਨਾਲ ਅਸੀਂ ਤਨ ਤੇ ਮਨ ਦੋਹਾਂ ਪੱਖਾਂ ਤੋਂ ਰੋਗੀ ਹੋ ਨਿਬੜਦੇ ਹਾਂ। ਜੇ ਤੁਸੀਂ ਕੋਈ ਰਿਸ਼ਤਾ ਹੰਢਣਸਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਹਿਣਸ਼ੀਲ ਬਣਨਾ ਪਵੇਗਾ। ਦੂਜੇ ਨੂੰ ਪੂਰਨ ਰੂਪ ਵਿੱਚ ਸਵੀਕਾਰਨਾ ਰਿਸ਼ਤੇ ਨੂੰ ਕੂੜਾ ਬਣਾਉਣਾ ਹੈ। ਜਿਹੜਾ ਵਿਅਕਤੀ ਤੁਹਾਡੇ ਨਾਲ ਠੀਕ ਤਰ੍ਹਾਂ ਪੇਸ਼ ਨਹੀਂ ਆਉਂਦਾ, ਉਸ ਬਾਰੇ ਪਤਾ ਕਰੋ ਕਿ ਕੀ ਉਹ ਕਿਸੇ ਨਾਲ ਠੀਕ ਤਰ੍ਹਾਂ ਪੇਸ਼ ਆਉਂਦਾ ਹੈ। ਜਿਹੜਾ ਸਾਰਿਆਂ ਨਾਲ ਠੀਕ ਤਰ੍ਹਾਂ ਪੇਸ਼ ਨਹੀਂ ਆਉਂਦਾ, ਉਸ ਨਾਲ ਨਾਰਾਜ਼ ਹੋਣ ਦਾ ਉਹਨੂੰ ਮਾਣ ਕਿਉਂ ਦਈਏ। ਇਹ ਜਾਣਨਾ ਵੀ ਜ਼ਰੂਰੀ ਹੈ ਕਿ ਸਾਡਾ ਜੀਵਨ ਜਾਂ ਸਾਡੀ ਖੁਸ਼ੀ ਕਿਸੇ ਇੱਕ ਵਿਅਕਤੀ ਉੱਤੇ ਨਿਰਭਰ ਨਹੀਂ ਕਰਦੀ। ਕੋਈ ਵੀ ਇਸ ਯੋਗ ਨਹੀਂ ਹੁੰਦਾ ਕਿ ਉਹ ਸਾਡਾ ਦੁਸ਼ਮਣ ਹੋਣ ਦੀ ਉੱਚੀ ਪਦਵੀ ਪ੍ਰਾਪਤ ਕਰ ਲਵੇ। ਜਦ ਤੱਕ ਤੁਸੀਂ ਨਹੀਂ ਚਾਹੁੰਦੇ, ਕੋਈ ਵੀ ਤੁਹਾਡੇ ਮਨ ਦਾ ਚੈਨ ਨਹੀਂ ਖੋ ਸਕਦਾ। ਹਰ ਕਿਸੇ ਉੱਤੇ ਦੋਸ਼ ਲੱਗਦੇ ਹਨ, ਜੇ ਦੋਸ਼ ਸਹੀ ਨਹੀਂ ਤਾਂ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ, ਪ੍ਰਸਥਿਤੀਆਂ ਆਪੇ ਤੁਹਾਨੂੰ ਸਹੀ ਅਤੇ ਨਿਰਦੋਸ਼ ਸਿੱਧ ਕਰ ਦੇਣਗੀਆਂ। ਜੇ ਦੋਸ਼ ਸਹੀ ਹਨ ਤਾਂ ਮਾਫ਼ੀ ਮੰਗਣ ਨਾਲੋਂ ਹੋਰ ਕੋਈ ਸੌਖਾ ਰਾਹ ਨਹੀਂ ਹੁੰਦਾ। ਮਾਫ਼ੀ ਦੂਜੇ 'ਚ ਮਾਫ਼ ਕਰਨ ਦੀ ਯੋਗਤਾ ਨੂੰ ਵੇਖ ਕੇ ਮੰਗਣੀ ਚਾਹੀਦੀ ਹੈ। ਗੁੱਸੇ ਅਤੇ ਨਫ਼ਰਤ ਨਾਲ ਉੱਬਲ ਰਹੇ ਵਿਅਕਤੀ ਨੂੰ ਸ਼ਾਂਤ ਅਤੇ ਚੁੱਪ ਰਹਿ ਕੇ ਹਰਾਇਆ ਜਾ ਸਕਦਾ ਹੈ। ਜਿਸ ਨੂੰ ਤੁਹਾਡੇ ਨਾਲ ਸਾੜਾ ਹੈ, ਉਸ ਪ੍ਰਤੀ ਮਿਹਰਬਾਨ ਹੋਣ 'ਚ ਦੇਰ ਨਹੀਂ ਲਾਉਣੀ ਚਾਹੀਦੀ, ਕਿਉਂਕਿ ਉਹ ਤੁਹਾਡੀਆਂ ਹੀ ਨਜ਼ਰਾਂ 'ਚ ਪ੍ਰਵਾਨ ਹੋਣਾ ਚਾਹੁੰਦਾ ਹੈ। ਤੁਹਾਡੇ ਵੱਲੋਂ ਮਾਨਤਾ ਅਤੇ ਪਛਾਣ ਮਿਲਣ 'ਤੇ ਹੀ ਉਹੀ ਵਿਅਕਤੀ ਤੁਹਾਡਾ ਸਹਿਯੋਗੀ ਅਤੇ ਪ੍ਰਸ਼ੰਸਕ ਹੋ ਨਿਬੜੇਗਾ। ਜੇ ਘਰ ਵਿੱਚ ਆਪਸੀ ਸੰਬੰਧ ਸੁਖਾਵੇਂ ਹੋਣ ਤਾਂ ਬੇਵਫਾਈ ਦੀ ਕੋਈ ਸੰਭਾਵਨਾ ਨਹੀਂ ਹੁੰਦੀ, ਪਰ ਜੇ ਕਿਸੇ ਦੇ ਬੁੱਲ ਛੁਰੀਆਂ ਬਣ ਜਾਣ ਤਾਂ ਬਾਹਰੋਂ ਮਾਨਤਾ ਪ੍ਰਾਪਤੀ ਲਈ ਯਤਨ ਰੋਕੇ ਨਹੀਂ ਜਾ ਸਕਦੇ। ਸ਼ੱਕੀ ਵਿਹਾਰ ਦੇ ਸ਼ਿਕਾਰ ਵਿਅਕਤੀ ਜਾਣਦੇ ਹੁੰਦੇ ਹਨ ਕਿ ਧੋਖੇ ਵਿੱਚ ਨਾ ਖੁਸ਼ੀ ਹੁੰਦੀ ਹੈ ਨਾ ਤਸੱਲੀ, ਸੋ ਧੋਖੇ ਵਾਲਾ ਰਿਸ਼ਤਾ ਹੰਢਣਸਾਰ ਨਹੀਂ ਹੁੰਦਾ। ਨਾਜਾਇਜ਼ ਸੰਬੰਧ ਉਸਾਰਨ ਅਤੇ ਧੋਖਾ ਦੇਣ ਤੋਂ ਪਹਿਲਾਂ ਲੱਖ ਵਾਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਥਿਤੀ ਸਾਵੀਂ ਸੁਖਾਵੀਂ ਹੋ ਜਾਵੇ। ਇਹ ਭੁੱਲਣਾ ਨਹੀਂ ਚਾਹੀਦਾ ਕਿ ਵਾਅਦਾ ਕਰਕੇ ਪੂਰਾ ਨਾ ਕਰ ਸਕਣਾ ਮਾਨਵ ਜਾਤੀ ਦਾ ਸੁਭਾਵਿਕ ਵਰਤਾਰਾ ਹੈ। ਦੂਜੇ ਅਕਸਰ ਸਾਡੀਆਂ ਆਸਾਂ ਉਮੀਦਾਂ ਉੱਤੇ ਪੂਰੇ ਨਹੀਂ ਉਤਰਦੇ, ਪਰ ਹਰ ਕਿਸੇ ਨੂੰ ਆਪਣੇ ਢੰਗ ਨਾਲ ਵਿਹਾਰ ਕਰਨ ਦਾ ਅਧਿਕਾਰ ਹੋਣਾ ਚਾਹੀਦਾ। ਇਵੇਂ ਹਰ ਕਿਸੇ ਨੂੰ ਮੂਰਖ, ਸਵਾਰਥੀ, ਝੂਠਾ ਅਤੇ ਬੇਈਮਾਨ ਹੋਣ ਦਾ ਵੀ ਅਧਿਕਾਰ ਹੁੰਦਾ ਹੈ, ਕਿਉਂਕਿ ਅਸੀਂ ਵੀ ਜੀਵਨ ਵਿੱਚ ਝੂਠ ਬੋਲਿਆ ਹੁੰਦਾ ਅਤੇ ਕਈ ਵਾਰ ਬੇਈਮਾਨੀ ਵੀ ਕੀਤੀ ਹੁੰਦੀ ਹੈ। ਆਪਣੇ ਆਪ ਨੂੰ ਦੋਸ਼ ਦੇਣ ਦੀ ਥਾਂ ਆਪਣੇ ਆਪ ਨੂੰ ਸਵੀਕਾਰ ਕਰਨ ਦਾ ਅਤੇ ਦੂਜਿਆਂ ਨੂੰ ਉਹਨਾਂ ਦੀਆਂ ਘਾਟਾਂ ਦਾ ਦੋਸ਼ ਦੇਣ ਦੀ ਥਾਂ ਮਾਫ਼ ਕਰਨ ਦਾ ਹੁਨਰ ਜੇਕਰ ਤੁਹਾਡੇ ਵਿੱਚ ਹੈ ਤਾਂ ਭਾਵੇਂ ਤੁਸੀਂ ਧਨ ਦੇ ਪੱਖੋਂ ਗਰੀਬ ਹੀ ਹੋਵੋ ਪਰ ਮਨ ਦੇ ਪੱਖੋਂ ਅਮੀਰ ਕਹਾਵੋਗੇ, ਤੁਹਾਡੇ ਵਿੱਚ ਸਾੜਾ ਨਹੀਂ ਉਪਜੇਗਾ। ਸਾਨੂੰ ਅਕਸਰ ਨਿਰਾਸ਼ਤਾ ਉਦੋਂ ਹੁੰਦੀ ਹੈ ਜਦੋਂ ਸਾਡੇ ਜਾਣੂ ਸਾਡਾ ਸਤਿਕਾਰ ਨਹੀਂ ਕਰਦੇ। ਇਹ ਆਸ ਕਰਨੀ ਹੀ ਗਲਤ ਹੈ, ਕਿਉਂਕਿ ਜੇ ਜਾਣੂਆਂ ਤੋਂ ਪਿਆਰ ਮਿਲੇਗਾ ਤਾਂ ਉਹੀ ਸਤਿਕਾਰ ਵੀ ਹੋਵੇਗਾ। ਸਤਿਕਾਰ ਦੀ ਤਲਾਸ਼ 'ਚ ਨਾ ਪਿਆਰ ਮਿਲਦਾ ਨਾ ਸਤਿਕਾਰ। ਸਨਕੀ ਅਤੇ ਪਾਟੇ ਹੋਏ ਵਿਅਕਤੀ ਦੀ ਦ੍ਰਿਸ਼ਟੀ ਸਤਿਕਾਰ ਪ੍ਰਾਪਤੀ ਉੱਤੇ ਹੁੰਦੀ ਹੈ, ਜਦੋਂ ਕਿ ਭਰੇ ਹੋਏ ਸੁਣਖੇ ਮਨੁੱਖ ਦੀ ਟੇਕ ਪਿਆਰ ਉੱਤੇ ਹੁੰਦੀ ਹੈ। ਅਸੀਂ ਜਦੋਂ ਸ਼ੱਕ, ਸਾੜੇ ਅਤੇ ਸਨਕੀਪੁਣੇ ਦਾ ਸ਼ਿਕਾਰ ਹੁੰਦੇ ਹਾਂ ਤਾਂ ਸਾਡੇ ਦੋਸਤ, ਮਿੱਤਰ ਅਤੇ ਪਰਿਵਾਰ ਦੇ ਜੀਅ ਸਾਨੂੰ ਸਾਵਾਂ ਸੰਤੁਲਿਤ ਹੋਣ ਵਿੱਚ ਸਹਾਈ ਹੁੰਦੇ ਹਨ ਅਤੇ ਇਵੇਂ ਰੁਕਿਆ ਹੋਇਆ ਵਿਕਾਸ ਟੋਭੇ ਤੋਂ ਝੀਲ ਬਣ ਜਾਂਦਾ ਹੈ। ਸ਼ੱਕੀ ਅਤੇ ਸਨਕੀ ਵਿਹਾਰ ਦੇ ਪ੍ਰਮਾਣ ਦੇਣ ਦੀ ਥਾਂ ਸਾਨੂੰ ਅੰਤਾਂ ਦੇ ਭਰੋਸੇ ਅਤੇ ਸੁੱਚੇ ਵਿਸ਼ਵਾਸ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਜੇ ਤੁਹਾਨੂੰ ਆਪਣੀ ਯੋਗਤਾ ਅਤੇ ਸਮਰੱਥਾ ਨਾਲੋਂ ਵੱਧ ਕੁਝ ਪ੍ਰਾਪਤ ਕਰਨ ਦੀ ਇੱਛਾ ਨਹੀਂ ਤਾਂ ਨਾ ਤੁਸੀਂ ਕਿਸੇ ਉੱਤੇ ਸ਼ੱਕ ਕਰੋਗੇ, ਨਾ ਕਿਸੇ ਨਾਲ ਤੁਹਾਨੂੰ ਸਾੜਾ ਹੋਏਗਾ ਅਤੇ ਨਾ ਹੀ ਤੁਸੀਂ ਸਨਕੀ ਬਣੋਗੇ। ਸਾੜਾ, ਸ਼ੱਕ ਅਤੇ ਸਨਕੀ ਪੁਣਾ ਇੱਕ ਹੀ ਵਿਹਾਰ ਦੇ ਤਿੰਨ ਪੱਖ ਹੁੰਦੇ ਹਨ।
ਕਿਸੇ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਅਸਫਲਤਾ ਦਾ ਕਾਰਨ ਕਿਸੇ ਹੋਰ ਵਿਅਕਤੀ ਨੂੰ ਮਿੱਥ ਲੈਣ ਨਾਲ ਜਿਹੜੇ ਭਾਵ ਉਪਜਦੇ ਹਨ ਉਸ ਨੂੰ ਸਾੜਾ ਕਹਿੰਦੇ ਹਨ। ਕਿਸੇ ਨਾਲ ਸਾੜਾ ਕਰਨ ਤੋਂ ਪਹਿਲਾਂ ਅਸੀਂ ਉਹਦੀ ਨੀਅਤ ਉੱਤੇ ਸ਼ੱਕ ਕਰਦੇ ਹਾਂ। ਜਦੋਂ ਸ਼ੱਕ ਤੇ ਸਾੜਾ ਪੂਰੀ ਤਰ੍ਹਾਂ ਸਾਨੂੰ ਗ੍ਰਿਫਤਾਰ ਕਰ ਲੈਣ ਤਾਂ ਜੀਵਨ ਪ੍ਰਤੀ ਜਿਹੜਾ ਦ੍ਰਿਸ਼ਟੀਕੋਣ ਅਸੀਂ ਅਪਣਾਉਂਦੇ ਹਾਂ ਉਸ ਨੂੰ ਸਨਕੀਪੁਣਾ ਕਹਿੰਦੇ ਹਨ। ਇੱਕ ਸਨਕੀ ਜਦੋਂ ਦੋ ਵਿਅਕਤੀਆਂ ਨੂੰ ਗੱਲਾਂ ਕਰਦਿਆਂ ਵੇਖਦਾ ਹੈ ਤਾਂ ਉਹਨੂੰ ਸ਼ੱਕ ਹੁੰਦਾ ਹੈ ਕਿ ਉਹ ਉਹਦੀਆਂ ਹੀ ਮਾੜੀਆਂ ਗੱਲਾਂ ਕਰ ਰਹੇ ਹੋਣਗੇ। ਜੇ ਉਹਦੀਆਂ ਗੱਲਾਂ ਨਹੀਂ ਹੋ ਰਹੀਆਂ ਹੁੰਦੀਆਂ ਤਾਂ ਉਹਨੂੰ ਸਾੜਾ ਹੁੰਦਾ ਹੈ ਕਿ ਉਹ ਕਿਸੇ ਹੋਰ ਦੀਆਂ ਗੱਲਾਂ ਕਿਉਂ ਕਰ ਰਹੇ ਹਨ, ਉਹ ਸਾਰੇ ਉਸ ਦੀਆਂ ਚੰਗੀਆਂ ਗੱਲਾਂ ਕਿਉਂ ਨਹੀਂ ਕਰਦੇ। ਅਜਿਹੀ ਸਥਿਤੀ ਨੂੰ ਆਪਣੀ ਪਕੜ ਵਿੱਚ ਲੈਣ ਵਾਸਤੇ ਇਹ ਵਿਅਕਤੀ ਬਿਨਾਂ ਕਿਸੇ ਪ੍ਰਸੰਗ ਅਤੇ ਸੰਦਰਭ ਦੇ ਕਈ ਵਾਰ ਪਹਿਲਾਂ ਦੁਹਰਾਈਆਂ ਗੱਲਾਂ ਨੂੰ ਉੱਚੀ ਉੱਚੀ ਬੋਲਣ ਲੱਗ ਪਏਗਾ। ਜਦੋਂ ਦੂਜੇ ਉਕਤਾਹਟ ਕਾਰਨ ਚੁੱਪ ਰਹਿਣ ਨੂੰ ਹੀ ਬਿਹਤਰੀ ਸਮਝਣਗੇ ਤਾਂ ਇਹ ਸਨਕੀ ਵਿਅਕਤੀ ਇਸ ਭੁਲੇਖੇ ਦਾ ਸ਼ਿਕਾਰ ਹੋ ਜਾਏਗਾ ਕਿ ਸਾਰੇ ਉਹਦੇ ਦਿਲਚਸਪ ਗਿਆਨ ਦੀ ਦਾਤ ਦੇ ਰਹੇ ਹਨ। ਝੱਟ ਮਗਰੋਂ ਇਹ ਮੇਲਾ ਖਿੰਡਰ ਜਾਏਗਾ ਅਤੇ ਸਨਕੀ ਅਜਿਹੀ ਹੀ ਤਬਾਹੀ ਮਚਾਉਣ ਲਈ ਕਿਸੇ ਹੋਰ ਥਾਂ ਵੱਲ ਚਾਲੇ ਪਾ ਲਏਗਾ। ਜਦੋਂ ਸਾਨੂੰ ਕੋਈ ਸਨਕੀ ਮਿਲਦਾ ਹੈ ਤਾਂ ਅਸੀਂ ਉਹਨੂੰ ਮਿੱਟੀ ਘੱਟੇ ਵਾਲੀ ਹਨੇਰੀ ਵਾਂਗ ਜਾਂ ਅਚਾਨਕ ਆਈ ਮੁਸੀਬਤ ਵਾਂਗ ਦੰਦਾਂ ਹੇਠ ਆਈ ਹਰੀ ਮਿਰਚ ਵਾਂਗ ਚੁੰਮਣ ਵੇਲੇ ਆਈ ਉਬਾਸੀ ਵਾਂਗ ਝੂਟਦਿਆਂ ਅਚਾਨਕ ਟੁੱਟੀ ਪੀਂਘ ਵਾਂਗ ਅਤੇ ਤੇਜ਼ ਤੇਜ਼ ਚੱਲਦਿਆਂ ਲੱਗੇ ਠੁੱਡੇ ਵਾਂਗ ਹੀ ਸਵੀਕਾਰ ਕਰਦੇ ਹਾਂ। ਉਸਦਾ ਮਿਲਣਾ ਵਿਆਹ ਵਾਲੇ ਦਿਨ ਮੀਂਹ ਪੈਣ ਵਾਂਗ ਲੱਗਦਾ ਹੈ। ਬਹੁਤੇ ਮਹਿਮਾਨ ਸਾਨੂੰ ਆ ਕੇ ਖੁਸ਼ੀ ਦਿੰਦੇ ਹਨ ਪਰ ਸਾੜੇ ਦੇ ਮਾਰੇ ਸ਼ੱਕੀ ਸੁਭਾਅ ਵਾਲੇ ਸਨਕੀ ਮਹਿਮਾਨ ਸਾਨੂੰ ਜਾ ਕੇ ਖੁਸ਼ੀ ਦਿੰਦੇ ਹਨ। ਇਹਨਾਂ ਨੂੰ ਮਿਲ ਕੇ ਰੱਬ ਯਾਦ ਆਉਂਦਾ ਹੈ ਜਿਸ ਨੇ ਇਹਨਾਂ ਨੂੰ ਇਸ ਵਿਸ਼ਾਲ ਸੰਸਾਰ 'ਚ ਉਤਾਰਿਆ ਹੁੰਦਾ ਹੈ। ਅਸੀਂ ਸੋਚਦੇ ਹਾਂ ਰੱਬ ਵੀ ਪਛਤਾ ਰਿਹਾ ਹੋਏਗਾ। ਸਨਕੀ ਇੱਕ ਮਾਨਸਿਕ ਰੋਗੀ ਹੁੰਦਾ ਹੈ ਪਰ ਉਹ ਸਦਾ ਹੀ ਲੰਮੀ ਉਮਰ ਭੋਗਦਾ ਹੈ ਕਿਉਂਕਿ ਉਹ ਆਪਣੇ ਘਰ ਨੂੰ ਹਸਪਤਾਲ 'ਚ ਬਦਲ ਕੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਦਵਾਈ ਵਾਂਗ ਲੈਂਦਾ ਹੈ। ਬਹੁਤੀਆਂ ਥਾਵਾਂ ਉੱਤੇ ਆਪਣੀ ਭੰਡਣ ਯੋਗਤਾ ਨਾਲ ਅਹੁਦੇਦਾਰ ਬਣ ਕੇ ਸਨਕੀ ਵਿਅਕਤੀ ਹਰ ਨਵੀਂ ਗੱਲ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਕੇ ਉਸਨੂੰ ਰੱਦ ਕਰਨ ਲਈ ਨਿਰੰਤਰ ਤਤਪਰ ਅਤੇ ਉੱਦਮਸ਼ੀਲ ਰਹਿੰਦਾ ਹੈ। ਹਰੇਕ ਸਨਕੀ ਵਿਅਕਤੀ ਨੂੰ ਇਹ ਭਰਮ ਹੁੰਦਾ ਹੈ ਕਿ ਗਿਆਨ ਉਹੀ ਹੈ ਜੋ ਕੁਝ ਉਹ ਜਾਣਦਾ ਹੈ, ਬਾਕੀ ਸਭ ਅਗਿਆਨਤਾ ਹੈ। ਉਹ ਆਪਣਾ ਨਿਰਧਾਰਿਤ ਕੰਮ ਨਹੀਂ ਕਰਦਾ ਅਤੇ ਜਿਹੜਾ ਉਹਦਾ ਖੇਤਰ ਨਹੀਂ ਹੁੰਦਾ ਉਸ 'ਚੋਂ ਆਪਣੇ ਆਪ ਨੂੰ ਮਾਹਿਰ ਸਮਝਦਾ। ਸਨਕੀ ਆਮ ਕਰਕੇ ਮੁਹਾਵਰਾ ਦੋਸਤੀ ਵਾਲਾ ਵਰਤਦੇ ਹਨ ਪਰ ਗਾਲਾਂ ਦੁਸ਼ਮਣਾਂ ਵਾਲੀਆਂ ਕੱਢਦੇ ਹਨ। ਸਨਕੀਆਂ ਦਾ ਆਪਣਾ ਆਪ ਤਾਂ ਹੀ ਉੱਚਾ ਹੁੰਦਾ ਹੈ ਜੇ ਬਾਕੀ ਡਿੱਗ ਪੈਣ, ਸੋ ਇਹ ਆਪਣੇ ਆਪ ਨੂੰ ਉਸਾਰਨ ਲਈ ਹਰ ਕਿਸੇ ਨੂੰ ਡਿੱਗਣ ਵਾਸਤੇ ਉਸਨੂੰ ਆਪਣਾ ਦੁਸ਼ਮਣ ਗਰਦਾਨਦੇ ਹਨ। ਸਾੜਾ ਇੱਕ ਅਜਿਹੀ ਭਾਵਨਾ ਹੈ ਜਿਸ ਤੋਂ ਕੋਈ ਵੀ ਨਹੀਂ ਬਚ ਸਕਦਾ। ਆਮ ਕਰਕੇ ਭਾਵਨਾ ਬੇਕਾਬੂ ਨਹੀਂ ਹੁੰਦੀ ਪਰ ਜਿੱਥੇ ਅਤੇ ਜਦੋਂ ਬੇਕਾਬੂ ਹੋ ਜਾਏ ਤਾਂ ਪਿੱਛੇ ਨਹੀਂ ਮੁੜਿਆ ਜਾ ਸਕਦਾ। ਸਾੜੇ ਅਤੇ ਈਰਖਾ ਨਾਲ ਸੜ ਰਿਹਾ ਵਿਅਕਤੀ ਪਿਆਰ ਅਤੇ ਮਾਨਤਾ ਲਈ ਤਰਲਾ ਕਰਦਾ ਪਰ ਜਿਸ ਤੋਂ ਪਿਆਰ ਅਤੇ ਮਾਨਤਾ ਮੰਗਦਾ ਉਸੇ ਨੂੰ ਤਬਾਹ ਕਰਨ ਦੇ ਰਾਹ ਪੈ ਜਾਂਦਾ। ਗਹਿਣੇ ਆਮ ਕਰਕੇ ਆਪਣੀ ਸੁੰਦਰਤਾ ਵਧਾਉਣ ਲਈ ਪਾਏ ਜਾਂਦੇ ਹਨ ਪਰ ਕਈ ਵਾਰ ਉਦੇਸ਼ ਦੂਜਿਆਂ ਨੂੰ ਵਿਖਾ ਕੇ ਸਾੜਾ ਉਪਜਾਉਣਾ ਵੀ ਹੁੰਦਾ। ਇੱਥੇ ਸਾੜਾ ਗਹਿਣੇ ਪਾਉਣ ਵਾਲੀ ਇਸਤਰੀ 'ਚ ਹੁੰਦਾ, ਉਸਨੂੰ ਵੇਖਣ ਵਾਲੀ ਇਸਤਰੀ 'ਚ ਨਹੀਂ। ਤੁਸੀਂ ਭਾਵੇਂ ਸਾੜੇ ਦਾ ਸ਼ਿਕਾਰ ਨਾ ਹੋਵੋ ਪਰ ਜਿਨ੍ਹਾਂ ਨੂੰ ਤੁਹਾਡੇ ਨਾਲ ਸਾੜਾ ਹੈ ਉਹਨਾਂ ਤੋਂ ਕਿਵੇਂ ਬਚੋਗੇ? ਇਸ ਲਈ ਜਿਹੜਾ ਵਿਅਕਤੀ ਤੁਹਾਡੇ ਸਾਹਮਣੇ ਫੜਾਂ ਅਤੇ ਸ਼ੇਖੀਆਂ ਮਾਰੇ ਉਸ ਨਾਲ ਚੰਗੀ ਤਰ੍ਹਾਂ ਪੇਸ਼ ਆਓ ਕਿਉਂਕਿ ਉਹ ਤੁਹਾਡੇ ਤੋਂ ਮਾਨਤਾ ਦਾ ਦਾਨ ਮੰਗ ਰਿਹਾ ਹੈ, ਜਿਵੇਂ ਗ੍ਰਹਿਣ ਲੱਗਣ ਉੱਤੇ ਕੁਝ ਲੋਕ ਦਾਨ ਪੁੰਨ ਮੰਗਦੇ ਹਨ। ਰੱਬ ਇਸ ਲਈ ਸਾੜੇ ਤੋਂ ਮੁਕਤ ਹੈ ਕਿਉਂਕਿ ਉਹ ਇੱਕ ਹੈ। ਸੰਤ ਨੂੰ ਸੰਤ ਨਾਲ ਅੰਤਾਂ ਦਾ ਸਾੜਾ ਹੁੰਦਾ, ਇਵੇਂ ਵਿਦਵਾਨ ਨੂੰ ਵਿਦਵਾਨ ਨਾਲ, ਧਨਵਾਨ ਨੂੰ ਧਨਵਾਨ ਨਾਲ, ਅਦਾਕਾਰ ਨੂੰ ਅਦਾਕਾਰ ਨਾਲ, ਸੰਗੀਤਕਾਰ ਨੂੰ ਸੰਗੀਤਕਾਰ ਨਾਲ, ਮੰਗਤੇ ਨੂੰ ਮੰਗਤੇ ਨਾਲ, ਅਰਥਾਤ ਆਪਣੇ ਖੇਤਰ ਦੇ ਕਿਸੇ ਵਿਅਕਤੀ ਨਾਲ ਹੀ ਸਾੜਾ ਸੰਭਵ ਹੁੰਦਾ। ਜਿਨ੍ਹਾਂ ਲੋਕਾਂ ਦੀ ਜਾਣ ਪਛਾਣ ਦਾ ਘੇਰਾ ਵਿਸ਼ਾਲ ਹੁੰਦਾ ਉਹਨਾਂ ਦੀ ਮਾਨਤਾ ਦੀ ਭੁੱਖ ਸਹਿਜੇ ਸ਼ਾਂਤ ਹੋ ਜਾਂਦੀ ਹੈ ਅਤੇ ਉਹ ਸੰਕੀਰਨਤਾ ਤੋਂ ਮੁਕਤ ਹੋ ਜਾਂਦੇ ਹਨ। ਪਰ ਫਿਰ ਵੀ ਕੁਛ ਅਜਿਹਾ ਜ਼ਰੂਰ ਹੁੰਦਾ ਜਿਹੜਾ ਉਹਨਾਂ ਨੂੰ ਹੋਏ ਅਪਮਾਨ ਜਾਂ ਖੋਏ ਅਵਸਰ ਦੀ ਯਾਦ ਦਿਵਾਉਂਦਾ ਰਹਿੰਦਾ ਅਤੇ ਇਹ ਯਾਦ ਆਉਂਦਿਆਂ ਹੀ ਉਹਨਾਂ ਦੇ ਵਿਹਾਰ ਵਿੱਚ ਅਚਾਨਕ ਤਬਦੀਲੀ ਆ ਜਾਂਦੀ ਹੈ ਅਤੇ ਸਾੜੀ ਈਰਖਾ ਅਤੇ
ਸਨਕੀਪਣ ਦੇ ਭਾਵ ਪ੍ਰਚੰਡ ਹੋ ਜਾਂਦੇ ਹਨ। ਧੰਨਵਾਦ। ਅਗਲਾ ਲੇਖ ਹੈ ਮਾਪੇ ਬਣਨ ਦਾ ਅਨੁਭਵ। ਪਹਿਲੇ ਬੱਚੇ ਦੇ ਜਨਮ ਨਾਲ ਹੀ ਸਮਝ ਸੂਝ ਵਾਲੇ ਪਤੀ ਪਤਨੀ ਸਮਝ ਜਾਂਦੇ ਹਨ ਕਿ ਹੁਣ ਉਹ ਬੱਚੇ ਨਹੀਂ ਰਹੇ। ਬੱਚੇ ਦੇ ਜਨਮ ਲੈਣ ਨਾਲ ਮਾਪਿਆਂ ਨੂੰ ਆਪਣੇ ਆਪ ਦੀ ਨਵੀਂ ਅਤੇ ਨਵੇਕਲੀ ਪਛਾਣ ਪ੍ਰਾਪਤ ਹੁੰਦੀ ਹੈ ਅਤੇ ਉਹਨਾਂ ਨੂੰ ਆਪਣੀ ਸਮਰੱਥਾ ਅਤੇ ਸੰਭਾਵਨਾ ਨੂੰ ਮਾਪਣ ਤੋਲਣ ਦਾ ਨਵਾਂ ਅਵਸਰ ਮਿਲਦਾ ਹੈ। ਬੱਚਾ ਆਸ ਅਤੇ ਵਿਕਾਸ ਦਾ ਸੁਨੇਹਾ ਹੁੰਦਾ ਹੈ। ਬੱਚੇ ਨੂੰ ਜਨਮ ਦੇ ਕੇ ਇਸਤਰੀ ਮਾਈ ਨਹੀਂ ਬਣ ਜਾਂਦੀ, ਉਹ ਮੌਤ ਵਿਰੁੱਧ ਅਤੇ ਜੀਵਨ ਦੇ ਪੱਖ ਵਿੱਚ ਇੱਕ ਨਵਾਂ ਮੋਰਚਾ ਵੀ ਉਸਾਰਦੀ ਹੈ। ਪਹਿਲੇ ਬੱਚੇ ਦੀ ਆਸ ਨਾਲ ਹੀ ਮਾਪਿਆਂ ਦੀ ਸ਼ਖਸੀਅਤ ਦੇ ਅਨੇਕਾਂ ਉਹ ਪੱਖ ਉਜਾਗਰ ਹੋ ਜਾਂਦੇ ਹਨ ਜਿਨ੍ਹਾਂ ਬਾਰੇ ਉਹ ਆਪ ਵੀ ਸੁਚੇਤ ਨਹੀਂ ਹੁੰਦੇ। ਬੱਚੇ ਜੀਵਨ, ਉਮੀਦ ਅਤੇ ਭਰੋਸੇ ਦੀ ਉਹ ਰੋਸ਼ਨੀ ਹੁੰਦੇ ਹਨ ਜਿਸ 'ਚ ਅੰਨੇ ਮਾਪੇ ਵੀ ਸੁਜਾਖੇ ਹੋ ਜਾਂਦੇ ਹਨ। ਬੱਚੇ ਤੁਹਾਡੀ ਦੇਣ ਦੀ ਸਮਰੱਥਾ ਦੇ ਨਵੇਂ ਦਿਸ ਹੱਦੇ ਉਲੀਕਦੇ ਹਨ। ਲਗਭਗ ਸਾਰੇ ਪੁਰਸ਼ ਇਸਤਰੀਆਂ ਮਾਪੇ ਬਣਦੇ ਹਨ। 20ਵੀਂ ਸਦੀ ਦੇ ਆਰੰਭ ਤੱਕ ਹਰ ਪਰਿਵਾਰ 'ਚ ਔਸਤ 8 ਬੱਚੇ ਹੁੰਦੇ ਸਨ ਅਤੇ ਇਸਤਰੀ ਦੇ ਵਿਆਹੇ ਜੀਵਨ ਦਾ 3/4 ਸਮਾਂ ਬੱਚਿਆਂ ਨੂੰ ਪਾਲਣ ਪੋਸਣ 'ਚ ਲੱਗ ਜਾਂਦਾ ਸੀ। ਜਿਨ੍ਹਾਂ ਦੇ ਵਿਆਹ 4 ਦਹਾਕੇ 'ਚ ਹੋਏ ਉਹਨਾਂ ਦੇ ਪਰਿਵਾਰਾਂ 'ਚ ਬੱਚਿਆਂ ਦੀ ਔਸਤ ਗਿਣਤੀ 4 ਰਹੀ ਹੈ ਅਤੇ ਇਸਤਰੀ ਦੇ ਵਿਆਹੇ ਜੀਵਨ ਦਾ ਲਗਭਗ 10 ਸਮਾਂ ਉਹਨਾਂ ਦੀ ਸੇਵਾ 'ਚ ਲੰਘ ਜਾਂਦਾ ਰਿਹਾ ਹੈ। ਜਿਨ੍ਹਾਂ ਦੇ ਵਿਆਹ 7ਵੇਂ ਦਹਾਕੇ 'ਚ ਹੋਏ ਹਨ ਉਹਨਾਂ ਦੇ ਬੱਚਿਆਂ ਦੀ ਔਸਤ ਗਿਣਤੀ 2 ਹੈ ਅਤੇ ਇਸਤਰੀਆਂ ਦੇ ਵਿਆਹੇ ਜੀਵਨ ਦਾ ਲਗਭਗ 5ਵਾਂ ਹਿੱਸਾ ਸਮਾਂ ਉਹਨਾਂ ਦੇ ਲੇਖੇ ਲੱਗ ਜਾਂਦਾ ਹੈ। ਸੰਸਾਰ ਭਰ 'ਚ ਜਿੱਥੇ ਜਿੱਥੇ ਸੰਤਾਨ ਸੰਜਮ ਅਪਣਾਇਆ ਜਾ ਰਿਹਾ ਹੈ ਉੱਥੇ ਉੱਥੇ ਖੁਸ਼ਹਾਲੀ ਆ ਰਹੀ ਹੈ। ਸੰਤਾਨ ਸੰਜਮ ਲਈ ਜ਼ਰੂਰੀ ਹੈ ਕਿ ਮਾਵਾਂ ਪੜ੍ਹੀਆਂ ਲਿਖੀਆਂ ਹੋਣ। ਸੰਸਾਰ ਦਾ ਕੋਈ ਦੇਸ਼ ਅਜਿਹਾ ਨਹੀਂ ਜਿੱਥੋਂ ਦੇ ਲੋਕ ਅਨਪੜ੍ਹ ਹੋਣ ਅਤੇ ਮੁਲਕ ਅਮੀਰ ਹੋਵੇ। ਇਵੇਂ ਸੰਸਾਰ 'ਚ ਕੋਈ ਦੇਸ਼ ਅਜਿਹਾ ਨਹੀਂ ਜਿੱਥੋਂ ਦੇ ਲੋਕ ਪੜ੍ਹੇ ਲਿਖੇ ਹੋਣ ਅਤੇ ਮੁਲਕ ਗਰੀਬ ਹੋਵੇ। ਇਸਤਰੀ ਦੀ ਆਜ਼ਾਦੀ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਉਹ ਬੱਚਿਆਂ ਨੂੰ ਪਾਲਣ ਪੋਸਣ ਤੋਂ ਕਿੰਨੀ ਜਲਦੀ ਵਿਹਲੀ ਹੁੰਦੀ ਹੈ ਅਤੇ ਉਸਨੂੰ ਆਪਣਾ ਮਾਨਸਿਕ ਵਿਕਾਸ ਕਰਨ ਦੇ ਅਵਸਰ ਕਿੰਨੇ ਮਿਲਦੇ ਹਨ। ਸੰਤਾਨ ਸੰਜਮ ਦੇ ਢੰਗਾਂ ਤਰੀਕਿਆਂ ਨੇ ਮਨੁੱਖਾਂ ਨੂੰ ਇਸ ਯੋਗ ਬਣਾਇਆ ਹੈ ਕਿ ਉਹ ਨਿਰਣਾ ਕਰ ਸਕਣ ਕਿ ਉਹਨਾਂ ਦੇ ਕਿੰਨੇ ਬੱਚੇ ਹੋਣ, ਕਦੋਂ ਹੋਣ ਅਤੇ ਕਦੋਂ ਨਾ ਹੋਣ। ਪਰਿਵਾਰ ਦੀ ਆਕਾਰ ਦੇ ਪੱਖ ਤੋਂ ਵਿਉਂਤ ਬੰਦੀ ਨੇ ਮਨੁੱਖੀ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਵਧਾਇਆ ਹੈ ਅਤੇ ਬੱਚਿਆਂ ਦੇ ਪਾਲਣ ਪੋਸਣ ਨੂੰ ਦੇ ਪੱਧਰ ਨੂੰ ਉੱਚਾ ਕੀਤਾ ਹੈ। ਅਜੋਕੇ ਯੁੱਗ ਵਿੱਚ ਮਨੁੱਖਾਂ ਵਾਂਗ ਜਾਨਵਰਾਂ ਨੇ ਵੀ ਸੰਤਾਨ ਸੰਜਮ ਅਪਣਾ ਲਿਆ ਪ੍ਰਤੀਤ ਹੁੰਦਾ ਹੈ। ਨਿਰਸੰਦੇਹ ਸੰਤਾਨ ਦੀ ਵਿਉਂਤਬੰਦੀ ਕੁਦਰਤ ਦੇ ਉਤਪਤੀ ਦੇ ਵਿਧਾਨ 'ਚ ਮਨੁੱਖ ਦੀ ਸਿੱਧੀ ਦਖਲ ਅੰਦਾਜ਼ੀ ਹੈ। ਕਈ ਪਰਿਵਾਰ ਅਜਿਹੇ ਹਨ ਜਿੱਥੇ ਪਤੀ ਪਤਨੀ ਮਾਪੇ ਬਣਨ ਦੀ ਕੁਦਰਤ ਦੀ ਬੇਨਤੀ ਪਰਵਾਨ ਨਹੀਂ ਕਰਦੇ ਅਤੇ ਜਦੋਂ ਸਮਾਂ ਲੰਘ ਜਾਂਦਾ ਹੈ ਤਾਂ ਕੁਦਰਤ ਉਹਨਾਂ ਦੀ ਬੇਨਤੀ ਪਰਵਾਨ ਨਹੀਂ ਕਰਦੀ। ਜਿਹੜੇ ਮਾਪੇ ਨਹੀਂ ਬਣਦੇ ਉਹਨਾਂ ਲਈ ਸਾਰਾ ਜੀਵਨ ਸੰਸਾਰ ਵਿੱਚ ਆਪਣੀ ਪਛਾਣ ਦੀ ਸਮੱਸਿਆ ਬਣੀ ਰਹਿੰਦੀ ਹੈ। ਜਿਨ੍ਹਾਂ ਘਰਾਂ 'ਚ ਬੱਚੇ ਨਹੀਂ ਹੁੰਦੇ ਉਹ ਘਰ ਖਲੋਤੀ ਗੱਡੀ ਵਾਂਗ, ਰੁਕੀ ਘੜੀ ਵਾਂਗ, ਬੁਝੇ ਚੁੱਲ੍ਹੇ ਵਾਂਗ, ਖਾਲੀ ਘੜੇ ਵਾਂਗ, ਰੁੰਡ ਮੁੰਡ ਦਰਖਤ ਵਾਂਗ ਅਤੇ ਪਾਟੀ ਹੋਈ ਢੋਲਕੀ ਵਾਂਗ ਪ੍ਰਤੀਤ ਹੁੰਦੇ ਹਨ। ਅਜਿਹੇ ਘਰਾਂ 'ਚ ਚੀਜ਼ਾਂ ਤੋੜਨ ਵਾਲੇ ਬੱਚੇ ਨਹੀਂ ਹੁੰਦੇ ਪਰ ਨਵੀਆਂ ਚੀਜ਼ਾਂ ਲਿਆਉਣ ਵਾਲਾ ਉਤਸ਼ਾਹ ਵੀ ਨਹੀਂ ਹੁੰਦਾ। ਜਿਨ੍ਹਾਂ ਘਰਾਂ 'ਚ ਬੱਚੇ ਨਹੀਂ ਹੁੰਦੇ ਉੱਥੇ ਮਾਪਿਆਂ ਨੂੰ ਭਵਿੱਖ ਦੇ ਰਾਂਗਲੇ ਅਤੇ ਪ੍ਰੇਰਨਾਮਈ ਸੁਪਨੇ ਨਹੀਂ ਆਉਂਦੇ। ਜਦੋਂ ਪਤੀ ਪਤਨੀ ਮਾਪੇ ਬਣਦੇ ਹਨ ਤਾਂ ਉਹਨਾਂ ਦਾ ਆਪਣੇ ਮਾਪਿਆਂ ਪ੍ਰਤੀ ਦ੍ਰਿਸ਼ਟੀਕੋਣ ਹੀ ਬਦਲ ਜਾਂਦਾ ਹੈ। ਇੱਕ ਨਵੇਂ ਬਣੇ ਪਿਤਾ ਨੇ ਕਿਹਾ, ਮੈਨੂੰ ਆਪਣੇ ਪਿਤਾ ਦਾ ਪੁੱਤਰ ਹੋਣ ਦਾ ਹੁਣ ਅਹਿਸਾਸ ਹੋਇਆ ਹੈ ਕਿਉਂਕਿ ਪਿਤਾ ਦੀਆਂ ਕਈਆਂ ਦੱਸੀਆਂ ਬਹੁਤੀਆਂ ਗੱਲਾਂ ਦੀ ਸਮਝ ਮੈਨੂੰ ਹੁਣ ਆਉਣ ਲੱਗੀ ਹੈ। ਇੱਕ ਨਵੀਂ ਬਣੀ ਮਾਂ ਨੇ ਕਿਹਾ, ਮੈਨੂੰ ਹੁਣ ਪਤਾ ਲੱਗਿਆ ਕਿ ਇਸਤਰੀ ਮਾਂ ਬਣਨ ਦੌਰਾਨ ਕੀ ਸੋਚਦੀ ਹੈ। ਆਪਣੀ ਮਾਂ ਦਾ ਮੈਂ ਮਾਂ ਬਣ ਕੇ ਸੱਚੇ ਅਤੇ ਸੁਹਿਰਦ ਮਨ ਨਾਲ ਧੰਨਵਾਦ ਕਰ ਸਕਦੀ ਹਾਂ। ਬੱਚੇ ਮਾਪਿਆਂ ਨੂੰ ਬੁੱਢੇ ਨਹੀਂ ਹੋਣ ਦਿੰਦੇ। ਜਵਾਨ ਹੋ ਰਹੇ ਬੱਚਿਆਂ ਨੂੰ ਵੇਖ ਕੇ ਮਾਪਿਆਂ ਨੂੰ ਆਪਣੇ ਆਪ ਤੋਂ ਖੁਸ਼ਬੂ ਆਉਣ ਲੱਗ ਪੈਂਦੀ ਹੈ ਅਤੇ ਉਹਨਾਂ ਨੂੰ ਆਪਣਾ ਆਪ ਚੰਗਾ ਲੱਗਦਾ ਹੈ। ਮਾਪੇ ਆਪ ਬੱਚਿਆਂ ਵਾਲੇ ਟੱਬਰ 'ਚੋਂ ਆਏ ਹੁੰਦੇ ਹਨ,
ਸੋ ਉਹਨਾਂ ਵਿੱਚ ਬਚਪਨ ਦੇ ਅਨੁਭਵ ਨੂੰ ਨਵੇਂ ਸਿਰਿਓਂ ਮਾਨਣ ਦੀ ਸੁਭਾਵਿਕ ਇੱਛਾ ਹੁੰਦੀ ਹੈ। ਇਸਤਰੀ ਦੀ ਮਾਂ ਬਣਨ ਦੀ ਤਾਂਘ ਨੂੰ ਪੁਰਸ਼ ਸਮਝਦਾ ਸਕਦਾ ਹੈ ਪਰ ਮਹਿਸੂਸ ਨਹੀਂ ਕਰ ਸਕਦਾ। ਇਹ ਇੱਕ ਅਜਿਹਾ ਸੁਪਨਾ ਹੁੰਦਾ ਹੈ ਜਿਸ ਦੀ ਅਸਲੀਅਤ ਸੁਪਨੇ ਨਾਲੋਂ ਵੀ ਸੋਹਣੀ ਹੁੰਦੀ ਹੈ। ਮਾਂ ਇੱਕ ਅਜਿਹਾ ਰੱਬ ਹੁੰਦੀ ਹੈ ਜਿਸ ਦੀ ਹਸਤੀ ਪ੍ਰਤੀ ਸੰਸਾਰ ਦਾ ਕੋਈ ਵੀ ਵਿਅਕਤੀ ਨਾਸਤਿਕ ਨਹੀਂ ਹੁੰਦਾ। ਕੋਈ ਵੀ ਵਿਅਕਤੀ ਆਪਣੀ ਮਾਂ ਸਾਹਮਣੇ ਡੀਂਗ ਨਹੀਂ ਮਾਰ ਸਕਦਾ। ਇਸ ਸੰਸਾਰ 'ਚ ਬੱਚੇ ਹੀ ਉਹ ਵਿਅਕਤੀ ਹੁੰਦੇ ਹਨ ਜਿਨ੍ਹਾਂ ਨੂੰ ਉਹਨਾਂ ਦੇ ਜਨਮ ਤੋਂ ਲੈ ਕੇ ਆਪਣੇ ਮਰਨ ਤੱਕ ਅਸੀਂ ਪੂਰੀ ਤਰ੍ਹਾਂ ਜਾਣਦੇ ਹੁੰਦੇ ਹਾਂ। ਭਾਵੇਂ ਸਾਡੇ ਬੱਚਿਆਂ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ ਸਾਨੂੰ ਸਮਝਣ ਵਿੱਚ, ਪਰ ਅਸੀਂ ਚਾਹੁੰਦੇ ਹਾਂ ਕਿ ਸਭ ਤੋਂ ਵੱਧ ਸਾਨੂੰ ਉਹੀ ਸਮਝਣ। ਇੱਕ ਵਿਅਕਤੀ ਨੇ ਕਿਹਾ, ਬੇਬੇ ਮਰੀ ਤਾਂ ਹੀ ਮੈਨੂੰ ਪਤਾ ਲੱਗਾ ਕਿ ਉਹ ਪਰਿਵਾਰਕ ਜ਼ਿੰਮੇਵਾਰੀਆਂ ਦਾ ਕਿੰਨਾ ਬੋਝ ਚੁੱਕੀ ਫਿਰਦੀ ਸੀ। ਭਾਵੇਂ ਮਨੁੱਖ ਜਾਣਦਾ ਹਜ਼ਾਰਾਂ ਵਿਅਕਤੀ ਨੂੰ ਹੁੰਦਾ, ਪਰ ਮਰਨ ਸਮੇਂ ਉਹਦੀ ਇਹੀ ਇੱਛਾ ਹੁੰਦੀ ਹੈ ਕਿ ਕੇਵਲ ਉਹਦੇ ਬੱਚੇ ਉਸ ਕੋਲ ਹੋਣ। ਬੱਚਾ ਆਪਣੀ ਮੁਸਕਰਾਹਟ ਨਾਲ ਮਾਪਿਆਂ ਦੇ ਮਨ ਦੀਆਂ ਗਲੀਆਂ 'ਚ ਹੋਕਾ ਦਿੰਦਾ, ਪਿਆਰ ਲੈ ਲਓ ਪਿਆਰ। ਸੇਵਾ ਦਾ ਸੰਕਲਪ ਮਾਂ ਵੱਲੋਂ ਬੱਚੇ ਦੀ ਪਰਵਰਿਸ਼ ਅਤੇ ਬੱਚੇ ਵੱਲੋਂ ਬੁੱਢੀ ਮਾਂ ਦੀ ਦੇਖਭਾਲ ਉੱਤੇ ਟਿਕਿਆ ਹੋਇਆ। ਮਾਂ ਸਦੀਆਂ ਤੋਂ ਉਡੀਕ ਕੇ ਜਾ ਰਹੇ ਆਏ ਇਨਕਲਾਬ ਨੂੰ ਟਾਲ ਸਕਦੀ ਹੈ ਪਰ ਬੱਚੇ ਨੂੰ ਦੁੱਧ ਪਿਲਾਉਣਾ ਨਹੀਂ ਟਾਲਦੀ। ਬੱਚੇ ਲਈ ਉਹਦੀ ਮਾਂ ਹੀ ਉਹਦਾ ਬ੍ਰਹਿਮੰਡ ਹੁੰਦੀ ਹੈ, ਮਾਂ ਲਈ ਉਹਦਾ ਬੱਚਾ ਹੀ ਉਹਦੀ ਦੁਨੀਆ ਨੂੰ ਦਾ ਸੂਰਜ ਹੁੰਦਾ। ਇਵੇਂ ਪ੍ਰਸੰਨਤਾ ਵਿੱਚੋਂ ਪਿਆਰ ਅਤੇ ਪਿਆਰ ਵਿੱਚੋਂ ਪ੍ਰਸੰਨਤਾ ਉਪਜਦੀ ਹੈ। ਹਰ ਘਰ ਅਤੇ ਪਰਿਵਾਰ ਵਿੱਚ ਬੱਚਿਆਂ ਲਈ ਥਾਂ ਹੁੰਦੀ ਹੈ। ਨਿਰਸੰਦੇਹ ਪਰਿਵਾਰ ਮਨੁੱਖ ਦੀਆਂ ਮਹਾਨ ਕਾਢਾਂ ਵਿੱਚੋਂ ਇੱਕ ਵਡਮੁੱਲੀ ਕਾਢ ਹੈ। ਪਰਿਵਾਰ ਬਣਦਾ ਹੀ ਬੱਚਿਆਂ ਨਾਲ ਹੈ। ਅਨੁਭਵ ਦੱਸਦਾ ਹੈ ਕਿ ਬੱਚਿਆਂ ਨੂੰ ਮਾਪਿਆਂ ਦੀ ਓਨੀ ਲੋੜ ਨਹੀਂ ਹੁੰਦੀ ਜਿੰਨੀ ਮਾਪਿਆਂ ਨੂੰ ਬੱਚਿਆਂ ਦੀ ਹੁੰਦੀ ਹੈ। ਮਾਪਿਆਂ ਦੇ ਆਪਣੇ ਵਿਕਾਸ ਲਈ ਜ਼ਰੂਰੀ ਹੈ ਕਿ ਉਹਨਾਂ ਦੇ ਬੱਚੇ ਹੋਣ। ਜਿਸ ਘਰ 'ਚ ਤਿੰਨ ਪੀੜ੍ਹੀਆਂ ਨਾਲ ਨਾਲ ਵੱਸਦੀਆਂ ਹਨ ਉੱਥੇ ਸਾਰਿਆਂ ਨੂੰ ਸਾਹ ਸੌਖਾ ਸੌਖਾ ਹੁੰਦਾ ਹੈ, ਕਿਉਂਕਿ ਅਜਿਹੇ ਘਰਾਂ ਵਿੱਚ ਅਤੀਤ ਵਰਤਮਾਨ ਭਵਿੱਖ ਅਰਥਾਤ ਪਰੰਪਰਾ ਪਰਿਵਰਤਨ ਵਿਕਾਸ ਨਾਲ ਨਾਲ ਵਿਚਰਦੇ ਹਨ। ਅਜਿਹੇ ਘਰਾਂ ਵਿੱਚ ਸਭ ਕੁਝ ਸਹਿਜ ਨਾਲ ਵਾਪਰਦਾ ਹੈ। ਹੁਣ ਇਹ ਨਿਰਣਾ ਕਰਨਾ ਮਨੁੱਖ ਦੇ ਅਧਿਕਾਰ ਵਿੱਚ ਹੈ ਕਿ ਉਹਦੇ ਘਰ ਵਿੱਚ ਬੱਚੇ ਹੋਣ ਕਿ ਨਾ ਹੋਣ। ਆਰਥਿਕ ਮਜਬੂਰੀਆਂ ਨੇ ਵਿਆਹ ਮੁਲਤਵੀ ਕੀਤੇ ਹਨ ਅਤੇ ਜੀਵਨ ਦੇ ਰੁਝੇਵਿਆਂ ਕਾਰਨ ਬੱਚਿਆਂ ਦੀ ਆਮਦ ਅੱਗੇ ਹੀ ਅੱਗੇ ਪੈਂਦੀ ਜਾ ਰਹੀ ਹੈ। ਬਹੁਤੇ ਘਰਾਂ 'ਚ ਹੁਣ ਪਤੀ ਪਤਨੀ ਮਾਪੇ ਉਦੋਂ ਬਣਦੇ ਹਨ ਅੱਜ ਤੋਂ 50 ਵਰ੍ਹੇ ਪਹਿਲਾਂ ਜਦੋਂ ਦਾਦਾ ਦਾਦੀ ਨਾਨਾ ਨਾਨੀ ਬਣ ਜਾਂਦੇ ਸਨ। ਬੱਚਿਆਂ ਦੀ ਆਮਦ ਸੰਬੰਧੀ ਤਿੰਨ ਕਿਸਮ ਦੇ ਦ੍ਰਿਸ਼ਟੀਕੋਣ ਹਨ। ਪਹਿਲੇ ਦ੍ਰਿਸ਼ਟੀਕੋਣ ਅਨੁਸਾਰ ਪਤੀ ਪਤਨੀ ਵਿਆਹ ਉਪਰੰਤ ਕਿਸੇ ਵੇਲੇ ਵੀ ਮਾਪੇ ਬਣਨ ਦੇ ਸੁਪਨੇ ਵੇਖਣ ਲੱਗ ਪੈਂਦੇ ਹਨ। ਦੂਜੀ ਪ੍ਰਕਾਰ ਦੇ ਉਹ ਪਤੀ ਪਤਨੀ ਹੁੰਦੇ ਹਨ ਜਿਹੜੇ ਕਿਸੇ ਲੰਮੇ ਸੰਗਰਾਮ ਵਿੱਚ, ਰਾਜਸੀ ਖੇਤਰ ਵਿੱਚ ਜਾਂ ਖੋਜ ਦੇ ਕਿਸੇ ਪਹਿਲਾਂ ਹੀ ਆਰੰਭੇ ਹੋਏ ਪ੍ਰੋਗਰਾਮ ਵਿੱਚ ਰੁੱਝੇ ਹੁੰਦੇ ਹਨ ਅਤੇ ਉਹਨਾਂ ਲਈ ਆਪਣੇ ਪਰਿਵਾਰ ਨਾਲੋਂ ਆਪਣਾ ਕੰਮ ਵਧੇਰੇ ਮਹੱਤਵਪੂਰਨ ਹੁੰਦਾ ਹੈ। ਤੀਜੀ ਵੰਨਗੀ ਦੇ ਪਤੀ ਪਤਨੀ ਉਹ ਵਿੱਚ ਉਹ ਪੁਰਸ਼ ਇਸਤਰੀਆਂ ਆ ਜਾਂਦੇ ਹਨ ਜਿਹੜੇ ਇੱਕ ਦੂਜੇ ਨੂੰ ਮਿਲਦੇ ਹੀ ਬਹੁਤ ਪਛੜ ਕੇ ਹਨ ਅਤੇ ਇੱਕ ਦੂਜੇ ਨੂੰ ਲੱਭਦੇ ਲੱਭਦੇ ਹੀ ਉਹ ਆਪਣੀ ਜਵਾਨੀ ਲੰਘਾ ਦਿੰਦੇ ਹਨ। ਪਹਿਲੀ ਪ੍ਰਕਾਰ ਦੇ ਉਹ ਪਤੀ ਪਤਨੀ ਹੁੰਦੇ ਹਨ ਜਿਹੜੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਵੀ ਪਹਿਲਾਂ ਮਾਪੇ ਬਣ ਜਾਂਦੇ ਹਨ। ਪਹਿਲਾ ਬੱਚਾ ਸਭ ਲਈ ਹੈਰਾਨੀ ਭਰੀ ਖੁਸ਼ੀ ਲਿਆਉਂਦਾ ਹੈ, ਪਰ ਬੱਚੇ ਦੇ ਇੰਨੀ ਜਲਦੀ ਆ ਜਾਣ ਨਾਲ ਅਚਾਨਕ ਹੜ੍ਹ ਆਉਣ ਵਾਲੀ ਸਥਿਤੀ ਹੋ ਨਿਬੜਦੀ ਹੈ। ਭਾਵੇਂ ਕਿੰਨੀ ਵੀ ਤਿਆਰੀ ਕੀਤੀ ਹੋਵੇ, ਬੱਚੇ ਦੇ ਆਉਣ ਨਾਲ ਉਥਲ ਪੁਥਲ ਮਚਣੀ ਸੁਭਾਵਿਕ ਹੈ। ਬੱਚੇ ਦੇ ਆਉਣ ਨਾਲ ਜ਼ਿੰਦਗੀ ਦੇ ਸਾਰੇ ਪ੍ਰੋਗਰਾਮ ਮੁਲਤਵੀ ਹੋ ਜਾਂਦੇ ਹਨ। ਸਥਿਤੀ ਉਵੇਂ ਹੀ ਹੁੰਦੀ ਹੈ ਜਿਵੇਂ ਸਵਾਗਤ ਕਰਨ ਵਾਲੇ ਅਜੇ ਤਿਆਰ ਨਾ ਹੋਣ ਅਤੇ ਬਰਾਤ ਆ ਜਾਏ। ਵੇਖਿਆ ਗਿਆ ਕਿ ਜਿਨ੍ਹਾਂ ਦੀ ਸੋਚ ਸਪੱਸ਼ਟ ਨਾ ਹੋਵੇ ਜਾਂ ਜਿਨ੍ਹਾਂ ਦੀ ਸਮਝ ਵਿਸ਼ਾਲ ਨਾ ਹੋਵੇ ਉਹ ਮਾਪੇ ਬੜੀ ਜਲਦੀ ਬਣ ਜਾਂਦੇ ਹਨ ਅਤੇ ਉਹਨਾਂ ਨੂੰ ਬਹੁਤਾ ਕੁਝ ਉਹਨਾਂ ਦਾ ਅਣਵਿਉਂਤਿਆ ਬੱਚਿਆ ਹੀ ਸਿਖਾਉਂਦਾ ਹੈ। ਝਟਪਟ ਬਣੇ ਮਾਪਿਆਂ ਨੂੰ ਜੀਵਨ ਦੇ ਤਜਰਬੇ ਦੀਆਂ ਜਮਾਤਾਂ ਝਟਮਟ ਪਾਸ ਕਰਨੀਆਂ ਪੈਂਦੀਆਂ ਹਨ। ਅਜਿਹੇ ਮਾਪਿਆਂ ਨੂੰ ਆਪਣੇ ਹਮ ਉਮਰਾਂ ਤੋਂ ਅੱਗੇ ਲੰਘ ਜਾਣ ਦੀ ਥਾਂ ਪਿੱਛੇ ਰਹਿ ਜਾਣ ਦਾ ਅਹਿਸਾਸ ਹੁੰਦਾ ਹੈ। ਜੇ ਪਰਿਵਾਰ 'ਚ ਵੱਡੀ ਪੀੜ੍ਹੀ ਦਾ ਸਹਾਰਾ ਨਾ ਮਿਲੇ ਤਾਂ ਜਵਾਨ ਮਾਵਾਂ ਬੱਚੇ ਦੇ ਕੰਮਾਂ ਦੇ ਬੋਝ ਥੱਲੇ ਲੜਖੜਾ ਜਾਂਦੀਆਂ ਹਨ।
ਕਈ ਘਰਾਂ 'ਚ ਧੀਆਂ ਦੀ ਸਹੁਰੇ ਘਰ ਜੜ ਪੱਕੀ ਕਰਨ ਲਈ ਮਾਵਾਂ ਉਹਨਾਂ ਨੂੰ ਝਟਪਟ ਗੋਦ ਭਰਨ ਦੀ ਸਲਾਹ ਦਿੰਦੀਆਂ ਹਨ। ਪਰ ਜੇ ਧੀ ਨੂੰ ਸਹੁਰੇ ਘਰ ਪ੍ਰਵਾਨਗੀ ਦੀ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਬੱਚੇ ਦੀ ਆਮਦ ਨਾਲ ਸਥਿਤੀ ਆਮ ਕਰਕੇ ਹੋਰ ਵਿਗੜ ਜਾਂਦੀ ਹੈ। ਕਈ ਘਰਾਂ 'ਚ ਆਸ ਪੁੱਤਰ ਦੀ ਕੀਤੀ ਜਾਂਦੀ ਹੈ ਪਰ ਹੋ ਧੀ ਜਾਂਦੀ ਹੈ। ਜੇ ਧੀਆਂ ਦਾ ਸਿਲਸਿਲਾ ਲੰਮਾ ਹੋਵੇ ਤਾਂ ਨਿਰਾਸ਼ਤਾ ਉਪਜਦੀ ਹੈ। ਭਾਵੇਂ ਸਥਿਤੀ ਬਦਲ ਰਹੀ ਹੈ ਪਰ ਇਸ ਨੂੰ ਸੁਧਾਰਨ ਤੇ ਸੁਧਰਨ ਵਿੱਚ ਇਸ ਕਰਕੇ ਬੜੀ ਦੇਰ ਲੱਗੇਗੀ ਕਿਉਂਕਿ ਇਸ ਨਾਲ ਅਨੇਕਾਂ ਆਰਥਿਕ ਪੱਖ ਜੁੜੇ ਹੋਏ ਹਨ। ਜਿੱਥੇ ਪਤੀ ਪਤਨੀ ਦੇ ਵਿਚਾਰ ਵਧੇਰੇ ਸਪਸ਼ਟ ਹੋਣ ਉੱਥੇ ਆਤਮ ਵਿਸ਼ਵਾਸ ਵਧੇਰੇ ਹੁੰਦਾ ਹੈ। ਅਜਿਹੇ ਘਰਾਂ 'ਚ ਸੋਚ ਸਮਝ ਕੇ ਨਿਰਣਾ ਕੀਤਾ ਜਾਂਦਾ ਹੈ ਕਿ ਘਰ ਵਿੱਚ ਬੱਚੇ ਨੇ ਕਦੋਂ ਦਾਖਲ ਹੋਣਾ ਹੈ। ਜਿੱਥੇ ਪਤੀ ਪਤਨੀ ਦੋਵੇਂ ਨੌਕਰੀ ਕਰਦੇ ਹਨ ਉੱਥੇ ਅਜਿਹੀ ਸੋਚ ਦੀ ਸੰਭਾਵਨਾ ਬਣੀ ਰਹਿੰਦੀ ਹੈ। ਅਜਿਹੇ ਪਤੀ ਪਤਨੀ ਪੂਰੀ ਤਿਆਰੀ ਕਰਕੇ ਜੀਵਨ ਦੇ ਲੰਮੇ ਸਫ਼ਰ 'ਤੇ ਨਿਕਲਦੇ ਹਨ, ਸੋ ਉਹਨਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਦਾ ਉਹਨਾਂ ਨੂੰ ਅਗਾਊਂ ਹੀ ਪਤਾ ਹੁੰਦਾ ਹੈ। ਤੀਜੀ ਪ੍ਰਕਾਰ ਦੇ ਪਤੀ ਪਤਨੀ ਵਿਆਹ ਦੇਰ ਨਾਲ ਹੋਣ ਜਾਂ ਕਰਵਾਉਣ ਕਰਕੇ ਮਾਪੇ ਵੀ ਦੇਰ ਨਾਲ ਬਣਦੇ ਹਨ। ਅਜਿਹੇ ਮਾਪੇ ਜਦੋਂ ਆਪਣੇ ਬੱਚੇ ਨਾਲ ਕਿਧਰੇ ਜਾਂਦੇ ਹਨ ਤਾਂ ਅਕਸਰ ਸੁਣਦੇ ਹਨ, ਤੁਹਾਡਾ ਪੋਤਾ ਬੜਾ ਸਾਊ ਹੈ। ਪੱਛੜ ਕੇ ਪ੍ਰਾਪਤ ਕੀਤੀ ਸੰਤਾਨ ਅਕਸਰ ਸੰਤ ਸੁਭਾਅ ਹੁੰਦੀ ਹੈ ਅਤੇ ਬਹੁਤੀ ਵਾਰੀ ਸਰੀਰਕ ਅਤੇ ਮਾਨਸਿਕ ਪੱਖੋਂ ਘੱਟ ਚੁਸਤ ਹੁੰਦੀ ਹੈ। ਅਜਿਹੇ ਬੱਚੇ ਮਾਪਿਆਂ ਨਾਲੋਂ ਵੀ ਵਧੇਰੇ ਗੈਰ ਗੰਭੀਰ ਹੋ ਜਾਂਦੇ ਹਨ। ਪੱਛੜ ਕੇ ਜਨਮੇ ਅਜਿਹੇ ਬੱਚਿਆਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹਨਾਂ ਦੇ ਮਾਪੇ ਉਹਨਾਂ ਨਾਲ ਕਦੇ ਖੇਡੇ ਨਹੀਂ। ਅਜਿਹੇ ਮਾਪੇ ਇੱਕ ਬੱਚੇ ਨਾਲ ਹੀ ਥੱਕ ਜਾਂਦੇ ਹਨ ਅਤੇ ਅਜਿਹਾ ਬੱਚਾ ਝਟਪਟ ਜਵਾਨੀ ਲੰਘ ਕੇ ਆਪਣੇ ਯਤੀਮ ਬਣਨ ਦੀ ਤਿਆਰੀ 'ਚ ਰੁੱਝ ਜਾਂਦਾ ਹੈ। ਅਜਿਹੇ ਬੱਚੇ ਨੂੰ ਆਪਣੇ ਭੈਣਾਂ ਭਰਾਵਾਂ ਨਾਲ ਖੇਡਣ ਦਾ ਅਵਸਰ ਨਹੀਂ ਮਿਲਿਆ ਹੁੰਦਾ, ਸੋ ਉਸਦਾ ਪਾਲਣ ਪੋਸਣ ਇੰਝ ਹੁੰਦਾ ਜਿਵੇਂ ਉਹ ਘਰ ਵਿੱਚ ਸਾਊ ਅਤੇ ਸਿਆਣਾ ਬਾਬਾ ਬਣਾਉਣ ਦੀ ਸਿਖਲਾਈ ਲਈ ਭਰਤੀ ਕੀਤਾ ਗਿਆ ਹੋਵੇ। ਕਈ ਪਤੀ ਪਤਨੀ ਮਾਪੇ ਬਣਨ ਦੀ ਅਵਸਥਾ ਨੂੰ ਨਿਰੰਤਰ ਅੱਗੇ ਪਾਉਂਦੇ ਰਹਿੰਦੇ ਹਨ ਅਤੇ ਜਦੋਂ ਮਾਪੇ ਬਣਨ ਦੀਆਂ ਜ਼ਿੰਮੇਵਾਰੀਆਂ ਦੇ ਦਰਿਆ 'ਚ ਛਾਲ ਮਾਰਨ ਲਈ ਤਿਆਰ ਹੁੰਦੇ ਹਨ ਤਾਂ ਦਰਿਆ ਸੁੱਕ ਚੁੱਕਾ ਹੁੰਦਾ ਹੈ। ਪਛਤਾਵਾ ਅਤੇ ਠੀਕ ਸਮੇਂ 'ਤੇ ਅਵਸਰ ਤੋਂ ਲਾਭ ਨਾ ਉਠਾਉਣ ਦਾ ਦੋਸ਼ ਅਜਿਹੇ ਵਿਅਕਤੀਆਂ ਨੂੰ ਬੜਾ ਨਿਰਾਸ਼ ਕਰਦਾ ਹੈ। ਮਾਂ ਬਣਨ ਨਾਲ ਇਸਤਰੀ ਵਿੱਚ ਜੋ ਤਬਦੀਲੀ ਵਾਪਰਦੀ ਹੈ ਉਸ ਬਾਰੇ ਬਹੁਤ ਕੁਝ ਲਿਖਿਆ ਪੜ੍ਹਿਆ ਜਾ ਚੁੱਕਾ ਹੈ, ਪਰ ਪੁਰਸ਼ ਵਿੱਚ ਵਾਪਰਨ ਵਾਲੀ ਤਬਦੀਲੀ ਵੱਲ ਅਜੇ ਧਿਆਨ ਨਹੀਂ ਗਿਆ। ਜਦੋਂ ਕੋਈ ਇਸਤਰੀ ਮਾਂ ਬਣਦੀ ਹੈ ਤਾਂ ਉਸਦੀ ਦੁਨੀਆ ਦੇ ਬਾਕੀ ਸਾਰੇ ਕੰਮਾਂ 'ਚ ਦਿਲਚਸਪੀ ਘੱਟ ਜਾਂਦੀ ਹੈ, ਪਰ ਪੁਰਸ਼ ਵਿੱਚ ਵਧੇਰੇ ਕਮਾਉਣ ਅਤੇ ਬੱਚੇ ਨੂੰ ਆਪਣੀਆਂ ਆਸਾਂ ਉਮੰਗਾਂ ਅਨੁਸਾਰ ਪਾਲਣ ਦੀ ਤੀਬਰ ਇੱਛਾ ਜਾਗਦੀ ਹੈ। ਪੁਰਸ਼ ਨੂੰ ਪਿਤਾ ਬਣ ਕੇ ਆਪਣੇ ਪਿਤਾ ਬਾਰੇ ਮੁੜ ਕੇ ਸੋਚਣ ਦੀ ਆਦਤ ਪੈਂਦੀ ਹੈ। ਕਈਆਂ ਵਾਸਤੇ ਪੁਰਸ਼ ਤੋਂ ਪਿਤਾ ਬਣਨਾ ਸਹਿਲ ਨਹੀਂ ਹੁੰਦਾ। ਅਜਿਹੇ ਪੁਰਸ਼ ਅਕਸਰ ਕੁਝ ਵਧੇਰੇ ਚੁੱਪ ਰਹਿਣ ਲੱਗ ਪੈਂਦੇ ਹਨ। ਬੱਚੇ ਮਾਪਿਆਂ ਦੇ ਜੀਵਨ ਨੂੰ ਟਿਕਾ ਦਿੰਦੇ ਹਨ, ਫੈਸਲੇ ਕਰਨ ਦੀ ਮੌਜ ਪ੍ਰਦਾਨ ਕਰਦੇ ਹਨ ਅਤੇ ਉਹਨਾਂ ਦੇ ਜੀਵਨ ਦੇ ਨਵੇਂ ਅਰਥ ਦੇ ਕੇ ਉਹਨਾਂ ਨੂੰ ਆਸ਼ਾਵਾਦੀ ਅਤੇ ਭਵਿੱਖਵਾਦੀ ਬਣਾਉਂਦੇ ਹਨ। ਮਾਪੇ ਬਣ ਕੇ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਔਖਾ ਨਹੀਂ ਲੱਗਦਾ, ਪਰ ਕਈ ਵਾਰ ਥਕਾਵਟ ਬਰਦਾਸ਼ਤ ਕਰਨੀ ਔਖੀ ਲੱਗਦੀ ਹੈ। ਬੱਚੇ ਸਮਾਜ ਵਿੱਚ ਸਾਡੀ ਪਛਾਣ ਅਤੇ ਸੰਸਾਰ ਵਿੱਚ ਸਾਡੇ ਸਥਾਨ ਅਤੇ ਯੋਗਦਾਨ ਦੇ ਨਵੇਂ ਆਧਾਰ ਬਣਦੇ ਹਨ। ਦੂਜੇ ਬੱਚੇ ਦੀ ਤਾਂਘ ਵੱਖਰੀ ਭਾਂਤ ਦਾ ਅਨੁਭਵ ਹੁੰਦੀ ਹੈ। ਦੂਜੇ ਬੱਚੇ ਦੀ ਉਡੀਕ ਪਤੀ ਪਤਨੀ ਨਹੀਂ ਪਰਿਵਾਰ ਕਰਦਾ, ਸੋ ਦੂਜੇ ਬੱਚੇ ਦੀ ਆਮਦ ਤੋਂ ਪਹਿਲਾਂ ਪੂਰੀ ਤਿਆਰੀ ਕੀਤੀ ਜਾਂਦੀ ਹੈ। ਪਹਿਲੇ ਬੱਚੇ ਦੇ ਅਨੁਭਵ ਨਾਲ ਮਾਪਿਆਂ ਵਿੱਚ ਆਤਮ ਵਿਸ਼ਵਾਸ ਵੱਧ ਚੁੱਕਾ ਹੁੰਦਾ, ਸੋ ਵਧੇਰੇ ਵਿਸ਼ਵਾਸ ਨਾਲ ਵਿਚਰਦੇ ਹਨ। ਇਕਲੌਤੇ ਬੱਚੇ ਦਾ ਸੰਕਲਪ ਉਸਾਰੂ ਨਹੀਂ, ਕਿਉਂਕਿ ਇਕਲੌਤੇ ਬੱਚੇ ਨਾਲ ਮਾਤਾ ਪਿਤਾ ਅਤੇ ਬੱਚੇ ਤਿੰਨਾਂ ਦਾ ਮਾਨਸਿਕ ਸੰਤੁਲਨ ਸੌਖਾਵਾਂ ਨਹੀਂ ਰਹਿੰਦਾ, ਸੋ ਭੈਣ ਨੂੰ ਭਰਾ ਅਤੇ ਭਰਾ ਨੂੰ ਭੈਣ ਦਾ ਤੋਹਫ਼ਾ ਦੇਣ ਦੀ ਮਾਪਿਆਂ ਦੀ ਇੱਛਾ ਨੂੰ ਜਦੋਂ ਫਲ ਲੱਗਦਾ ਹੈ ਤਾਂ ਪਰਿਵਾਰ ਨੂੰ ਸੰਪੂਰਨ ਹੋਣ ਦਾ ਅਹਿਸਾਸ ਹੁੰਦਾ ਹੈ। ਕਈਆਂ ਨੂੰ ਦੂਜੇ ਬੱਚੇ ਤੋਂ ਮਗਰੋਂ ਤੀਜੇ ਬੱਚੇ ਲਈ ਵੀ ਯਤਨ ਕਰਨਾ ਪੈਂਦਾ ਹੈ ਅਤੇ ਕਈ ਯਤਨ ਕਰਦੇ ਕਰਦੇ ਗਿਣਤੀ ਭੁੱਲ ਜਾਂਦੇ ਹਨ। ਦੂਜੇ ਬੱਚੇ ਨਾਲ ਮਾਪਿਆਂ ਨੂੰ ਘਰ ਅੰਦਰ ਬਰਾਬਰੀ ਅਤੇ ਇਨਸਾਫ਼ ਜਿਹੇ ਸੰਕਲਪਾਂ ਨੂੰ ਅਮਲ ਵਿੱਚ ਲਿਆਉਣ ਦਾ ਅਵਸਰ ਮਿਲਦਾ ਹੈ। ਜਦੋਂ ਬੱਚੇ ਆਪਸ ਵਿੱਚ ਖੇਡਦੇ ਹਨ ਤਾਂ ਘਰ ਸਵਰਗ ਪ੍ਰਤੀਤ ਹੁੰਦਾ ਹੈ। ਹਰ ਥਾਂ ਛੋਟੇ ਬੱਚੇ ਲਈ ਵੱਡੇ ਬੱਚੇ ਨਿੱਕੇ ਮਾਪੇ ਬਣ ਜਾਂਦੇ ਹਨ। ਕਈ ਟੱਬਰਾਂ ਵਿੱਚ ਅੰਤਲਾ ਬੱਚਾ ਅਜਿਹਾ ਹੁੰਦਾ ਜਿਹੜਾ ਸਭ ਰੋਕਵੇਂ ਪ੍ਰਬੰਧਾਂ ਦੇ ਬਾਵਜੂਦ ਨਹੀਂ ਰੁਕਦਾ। ਇਹ ਬੱਚਾ ਗੱਡੀ ਦੇ ਅੰਤ ਉੱਤੇ ਗਾਰਡ ਦੇ ਡੱਬੇ ਵਾਲਾ ਹੁੰਦਾ ਹੈ।
ਮਾਪੇ ਅਕਸਰ ਆਪਣੇ ਇਸ ਛੋਟੇ ਪੁੱਤਰ ਕੋਲ ਆਪਣਾ ਬੁਢਾਪਾ ਗੁਜ਼ਾਰਨ ਦੇ ਵਿਚਾਰ ਪਾਲਦੇ ਹਨ। ਇਹ ਬੱਚਾ ਪ੍ਰੀਤੀ ਭੋਜ ਦੇ ਅਖੀਰਲੇ ਵਾਧੂ ਸਵਾਦ ਵਸ ਖਾਧੇ ਫੁਲਕੇ ਜਾਂ ਮਿੱਠੀ ਚੀਜ਼ ਵਾਂਗ ਹੁੰਦਾ ਹੈ। ਸਾਡੇ ਬੱਚਿਆਂ ਦਾ ਬਚਪਨ ਅਤੇ ਭਵਿੱਖ ਸਾਡੇ ਬਚਪਨ ਅਤੇ ਵਰਤਮਾਨ ਨਾਲੋਂ ਵੱਖਰੀ ਭਾਂਤ ਦਾ ਹੋਣਾ ਸੁਭਾਵਿਕ ਹੈ। ਹੁਣ ਬੱਚੇ ਆਪਣੇ ਆਪਣੇ ਦੇਸ਼ ਜਾ ਕੇ ਵਸ ਜਾਂਦੇ ਹਨ ਅਤੇ ਸਭ ਦਾ ਸਾਂਝਾ ਆਲ੍ਹਣਾ ਖਾਲੀ ਹੋ ਜਾਂਦਾ ਹੈ ਅਤੇ ਮਾਪੇ ਇਕੱਲੇ ਰਹਿ ਜਾਂਦੇ ਹਨ। ਅਸੀਂ ਬੱਚਿਆਂ ਨੂੰ ਉੱਡਣ ਵਾਸਤੇ ਤਾਂਘ ਨਾਲ ਤਿਆਰ ਕਰਦੇ ਹਾਂ, ਪਰ ਜਦੋਂ ਉੱਡ ਜਾਂਦੇ ਹਨ ਤਾਂ ਅਸੀਂ ਉਦਾਸ ਹੋ ਜਾਂਦੇ ਹਾਂ। ਬੱਚਿਆਂ ਦੇ ਜਾਣ ਨਾਲ ਰੌਣਕ ਦੇ ਦਿਨਾਂ ਤੋਂ ਮਗਰੋਂ ਇੱਕ ਉਦਾਸੀ ਪਸਰ ਜਾਂਦੀ ਹੈ, ਖਾਲੀ ਆਲ੍ਹਣੇ ਵਾਲੀ ਉਦਾਸੀ। ਦਾਦਾ ਦਾਦੀ ਨਾਨਾ ਨਾਨੀ ਬਣਨਾ ਸਾਡੇ ਅਧਿਕਾਰ 'ਚ ਨਹੀਂ ਹੁੰਦਾ, ਅਸੀਂ ਤਾਂ ਉਡੀਕ ਹੀ ਸਕਦੇ ਹਾਂ। ਜਦੋਂ ਬੱਚੇ ਦੂਰ ਚਲੇ ਜਾਣ ਤਾਂ ਬਾਕੀ ਉਡੀਕ ਹੀ ਰਹਿ ਜਾਂਦੀ ਹੈ। ਲੰਮੀ ਉਡੀਕ ਉਮਰ ਨਾਲੋਂ ਵੀ ਲੰਮੀ ਉਡੀਕ, ਧੁੰਦਲੀਆਂ ਅੱਖਾਂ ਵਾਲੀ ਉਡੀਕ, ਮਾਪਿਆਂ ਵੱਲੋਂ ਆਪਣੀ ਸੰਤਾਨ ਦੀ ਮੁੜ ਆਉਣ ਦੀ ਉਡੀਕ। ਧੰਨਵਾਦ। ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅਮੋ ਸਾਹਮਣੇ ਦਾ ਅਗਲਾ ਲੇਖ ਹੈ ਧੋਖਾ। ਧੋਖੇਬਾਜ਼ ਦਾ ਪਛਤਾਵਾ ਵੀ ਧੋਖਾ ਹੁੰਦਾ ਹੈ। ਜਦੋਂ ਧੋਖਾ ਦਿੱਤਾ ਜਾ ਸਕਦਾ ਹੋਵੇ ਤਾਂ ਚੋਰੀ ਕਰਨ ਦੀ ਕੀ ਲੋੜ ਹੈ? ਕਹਿੰਦੇ ਹਨ ਘੋੜਾ ਧੋਖੇ ਨਾਲ ਹੀ ਖਰੀਦਿਆ ਵੇਚਿਆ ਜਾ ਸਕਦਾ ਹੈ। ਕਈ ਕੰਮ ਅਜਿਹੇ ਹੁੰਦੇ ਹਨ ਜਿਹੜੇ ਇਮਾਨਦਾਰੀ ਨਾਲ ਵਿਗੜ ਜਾਂਦੇ ਹਨ, ਸੋ ਅਜਿਹੇ ਕੰਮਾਂ ਨੂੰ ਰਾਸ ਕਰਨ ਲਈ ਅਸੀਂ ਆਪਣੇ ਤੋਂ ਕਿਸੇ ਵੱਡੇ ਧੋਖੇਬਾਜ਼ ਨੂੰ ਲੱਭਦੇ ਹਾਂ। ਅਸੀਂ ਦੁਕਾਨਦਾਰ ਨੂੰ ਬੜੇ ਭੋਲੇ ਬਣ ਕੇ ਆਖਦੇ ਹਾਂ, ਕੀਮਤ ਵਿੱਚ ਤਾਂ ਤੁਸੀਂ ਧੋਖਾ ਕਰ ਹੀ ਰਹੇ ਹੋ, ਪਰ ਵਸਤ ਵਿੱਚ ਨਾ ਕਰਨਾ। ਉਗੋ ਦੁਕਾਨਦਾਰ ਝਟਕਾਈ ਵਾਲੀ ਮੁਸਕਰਾਹਟ ਨਾਲ ਸੰਤਰਿਆਂ ਦਾ ਟੋਕਰਾ ਤੁਹਾਡੇ ਅੱਗੇ ਰੱਖ ਕੇ ਕਹਿੰਦਾ, ਖਾਓਗੇ ਤਾਂ ਯਾਦ ਕਰੋਗੇ। ਯਾਦ ਤਾਂ ਤੁਸੀਂ ਕਰੋਗੇ ਹੀ, ਕਿਉਂਕਿ ਜਦੋਂ ਉੱਪਰਲੇ ਭਲਵਾਨਾਂ ਵਰਗੇ ਸੰਤਰੇ ਹਟਾਓਗੇ ਤਾਂ ਥੱਲੋਂ ਬੰਟਿਆਂ ਵਰਗੇ ਸੰਤਰੇ ਨਿਕਲਣਗੇ। ਤੁਹਾਨੂੰ ਇਵੇਂ ਮਹਿਸੂਸ ਹੋਏਗਾ ਜਿਵੇਂ ਤੁਹਾਡੀ ਕਿਸਮਤ ਦੇ ਰੱਥ ਨੂੰ ਘੋੜਿਆਂ ਦੀ ਥਾਂ ਕੁੱਤੇ ਖਿੱਚ ਰਹੇ ਹੋਣ। ਪਰ ਕੁੱਤੇ 'ਚ ਇਹ ਗੁਣ ਹੈ ਕਿ ਉਹ ਬੰਦੇ ਨਾਲ ਧੋਖਾ ਨਹੀਂ ਕਰਦਾ, ਕਿਉਂਕਿ ਕੁੱਤਾ ਹੋਣ ਵਿੱਚ ਹੀ ਸੰਤੁਸ਼ਟ ਹੈ। ਇਸ ਲਈ ਉਹ ਲੰਮੇ ਅਰਸੇ ਤੱਕ ਬੰਦੇ ਲਈ ਵਫ਼ਾਦਾਰੀ ਦਾ ਆਦਰਸ਼ ਬਣਿਆ ਰਹੇਗਾ। ਇੱਕ ਕੁੱਤਾ ਜਦੋਂ ਆਪਣੇ ਸਾਥੀਆਂ ਨਾਲੋਂ ਪਿੱਛੇ ਰਹਿ ਗਿਆ ਤਾਂ ਇੱਕ ਦਰਦੀ ਕੁੱਤੇ ਨੇ ਉਸਨੂੰ ਆਵਾਜ਼ ਮਾਰ ਕੇ ਕਿਹਾ, ਆ ਜਾ ਜਲਦੀ ਕਰ, ਸਾਡੇ ਨਾਲ ਰਲ ਜਾ, ਨਹੀਂ ਤਾਂ ਬੰਦੇ ਦੀ ਮੌਤ ਮਾਰਿਆ ਜਾਏਗਾ। ਧੋਖਾ ਅਯੋਗਤਾ ਦਾ ਹਥਿਆਰ ਹੁੰਦਾ ਹੈ। ਜਿੱਥੇ ਯੋਗਤਾ, ਅਕਲ ਅਤੇ ਤਾਕਤ ਸਫਲ ਨਹੀਂ ਹੁੰਦੀ, ਉੱਥੇ ਧੋਖੇ ਤੋਂ ਕੰਮ ਲੈਣਾ ਬੜਾ ਸੁਭਾਵਿਕ ਵਰਤਾਰਾ ਹੁੰਦਾ ਹੈ। ਜਿਹੜੇ ਹਿੰਮਤ ਵਿਖਾਉਣ ਸਮੇਂ ਸੁੰਗੜ ਜਾਂਦੇ ਹਨ, ਉਹ ਧੋਖਾ ਦੇਣ 'ਚ ਬੜੇ ਚੁਸਤ, ਹਿੰਮਤੀ ਅਤੇ ਬਹਾਦਰ ਹੁੰਦੇ ਹਨ। ਝੋਲੀ ਚੁੱਕ ਅਤੇ ਚੁਗਲਖੋਰ, ਦੰਭੀ ਅਤੇ ਪਖੰਡੀ, ਚਲਾਕ ਅਤੇ ਮੱਕਾਰ, ਝੂਠੇ ਅਤੇ ਬਹਾਨੇਬਾਜ਼, ਢੋਂਗੀ ਅਤੇ ਫਰੇਬੀ ਆਦਿ ਧੋਖਾ ਦੇਣ ਦੀ ਬਿਰਤੀ ਨੂੰ ਆਪਣੀ ਯੋਗਤਾ ਸਮਝਦੇ ਹਨ। ਹਰ ਕੋਈ ਸਿਆਣਾ ਪ੍ਰਤੀਤ ਹੋਣਾ ਚਾਹੁੰਦਾ ਹੈ, ਪਰ ਜਿਹੜਾ ਸਫਲ ਨਹੀਂ ਹੁੰਦਾ ਉਹ ਧੋਖੇਬਾਜ਼ ਬਣ ਜਾਂਦਾ ਹੈ। ਆਲੇ ਦੁਆਲੇ 'ਚ ਕਈ ਲੂੰਬੜ ਤੁਹਾਨੂੰ ਦਰਵੇਸ਼ ਬਣੇ ਪ੍ਰਤੀਤ ਹੋਣਗੇ। ਆਧੁਨਿਕ ਯੁੱਗ ਧੋਖੇ ਦਾ ਯੁੱਗ ਹੈ। ਧੋਖੇਬਾਜ਼ ਦਾ ਸਭ ਤੋਂ ਵੱਧ ਯਤਨ ਇਸ ਗੱਲ ਉੱਤੇ ਲੱਗਿਆ ਹੁੰਦਾ ਹੈ ਕਿ ਉਹ ਭੋਲਾ ਪ੍ਰਤੀਤ ਹੋਵੇ, ਕਲਫ ਲਾ ਕੇ ਉਹ ਆਪਣੇ ਆਪ ਨੂੰ ਧੋਖਾ ਦੇਵੇਗਾ। ਇਹ ਪ੍ਰੇਰਣਾ ਅਕਸਰ ਉਹਨੂੰ ਆਪਣੀ ਪਤਨੀ ਤੋਂ ਮਿਲਦੀ ਹੈ, ਇਵੇਂ ਦੋਵੇਂ ਚੋਰਾਂ ਵਾਂਗ ਆਪਣੀਆਂ ਪੈੜਾਂ ਪੂੰਝਦੇ ਹਨ। ਅਜਿਹੇ ਵਿਅਕਤੀਆਂ ਦੀ ਸ਼ਖਸੀਅਤ ਸੁੱਕੇ ਦਰਿਆ ਦੇ ਖਸਤਾ ਹਾਲ ਪਰ ਫੁੰਮਣਾਂ ਨਾਲ ਸਜੇ ਪੁਲਾਂ ਵਰਗੀ ਹੁੰਦੀ ਹੈ। ਲਗਭਗ ਹਰ ਵਿਅਕਤੀ ਜੋ ਕੁਝ ਹੁੰਦਾ ਹੈ ਉਸ ਤੋਂ ਵੱਖਰਾ ਅਤੇ ਵੱਡਾ ਪ੍ਰਤੀਤ ਹੋਣ ਦੇ ਯਤਨ ਵਿੱਚ ਆਪਣੇ ਆਲੇ ਦੁਆਲੇ ਧੋਖੇ ਦਾ ਇੱਕ ਵਾਤਾਵਰਨ ਉਸਾਰ ਲੈਂਦਾ ਹੈ। ਇੰਝ ਲੱਗਦਾ ਜਿਵੇਂ ਛੋਟੇ ਦੀਵੇ ਵੱਡੀਆਂ ਲਾਟਾਂ ਲਈ ਤੰਗ ਰਹੇ ਹੋਣ। ਅਜਿਹੇ ਵਿਅਕਤੀਆਂ ਦੇ ਦਿਲਾਂ ਦੀਆਂ ਜੇਬਾਂ ਵਿੱਚ ਕੁਝ ਨਹੀਂ ਹੁੰਦਾ, ਅਜਿਹੇ ਵਿਅਕਤੀ ਨੂੰ ਮਿਲ ਕੇ ਫਟੇ ਹੋਏ ਦੁੱਧ ਦੀ ਚਾਹ ਪੀਣ ਵਾਲਾ ਅਨੁਭਵ ਹੁੰਦਾ। ਇਹਨਾਂ ਨੂੰ ਵੇਖ ਕੇ ਇੰਝ ਪ੍ਰਤੀਤ ਹੁੰਦਾ ਜਿਵੇਂ ਕੋਈ ਸ਼ਰਾਬੀ ਆਪਣੀ ਹੀ ਲਾਈ ਜੁੱਤੀ ਨੂੰ ਲੱਭ ਰਿਹਾ ਹੋਵੇ। ਅਜੋਕੇ ਯੁੱਗ ਦੀ ਸੋਚ ਅਤੇ ਵਿਹਾਰ ਵਿੱਚ ਧੋਖੇ ਦਾ ਰੰਗ ਗੂੜਾ ਹੈ। ਜਿਵੇਂ ਪਿੱਤਲ ਦੀ ਮੁੰਦਰੀ ਨਾ ਕਿਸੇ ਪਿਆਰ ਦੀ ਨਿਸ਼ਾਨੀ ਬਣਦੀ ਹੈ ਅਤੇ ਨਾ ਹੀ ਔਖੇ ਵੇਲੇ ਰਕਮ ਬਣਦੀ ਹੈ, ਉਵੇਂ ਧੋਖੇ ਨਾਲ ਕਿਸੇ ਨਾਲ ਨਾ ਕੋਈ ਡੂੰਘਾ ਰਿਸ਼ਤਾ ਉਸਾਰਿਆ ਜਾ ਸਕਦਾ ਅਤੇ ਨਾ ਹੀ ਕਿਸੇ ਰਿਸ਼ਤੇ ਦਾ ਨਿੱਘ ਮਾਣਿਆ ਜਾ ਸਕਦਾ। ਧੋਖਾ ਆਮ ਤੌਰ 'ਤੇ ਉਹ ਵਿਅਕਤੀ ਕਰਦੇ ਹਨ ਜਿਨ੍ਹਾਂ ਦੀ ਦ੍ਰਿਸ਼ਟੀ ਵਿਸ਼ਾਲ ਨਹੀਂ ਹੁੰਦੀ, ਜਿਨ੍ਹਾਂ ਦਾ ਅਨੁਭਵ ਡੂੰਘਾ ਨਹੀਂ ਹੁੰਦਾ, ਜਿਨ੍ਹਾਂ ਦੀ ਸੋਚ ਵਿੱਚ ਰੌਣਕ ਨਹੀਂ ਹੁੰਦੀ, ਜਿਨ੍ਹਾਂ ਦੇ ਦਿਲ ਪਵਿੱਤਰ ਬੀੜ ਵਾਂਗ ਨਹੀਂ ਖੁੱਲ੍ਹਦੇ। ਪਿੰਡਾਂ ਵਿੱਚ ਲੋਕ ਆਹਮੋ ਸਾਹਮਣੇ ਵਸਦੇ ਹਨ।
ਉਹ ਇੱਕ ਦੂਜੇ ਨੂੰ ਕਈ ਪੁਸ਼ਤਾਂ ਤੋਂ ਜਾਣਦੇ ਹੁੰਦੇ ਹਨ, ਸੋ ਉਹਨਾਂ ਵਿੱਚ ਸ਼ਹਿਰੀਆਂ ਵਾਲੀ ਧੋਖੇ ਦੀ ਬਿਰਤੀ ਨਹੀਂ ਹੁੰਦੀ। ਸ਼ਹਿਰੀ ਲੋਕ ਬਹੁਤੇ ਨੌਕਰੀ ਪੇਸ਼ਾ ਤੇ ਦੁਕਾਨਦਾਰ ਹੁੰਦੇ ਹਨ, ਸੋ ਦਿਖਾਵੇ ਦੀ ਬਿਰਤੀ ਕਾਰਨ ਕਮੀਨਾਪਣ ਉਹਨਾਂ ਦੇ ਵਿਹਾਰ ਦਾ ਇੱਕ ਬੁਨਿਆਦੀ ਅੰਗ ਬਣ ਜਾਂਦਾ ਹੈ। ਇਹਨਾਂ ਸ਼ਹਿਰੀਆਂ ਦੀਆਂ ਸਮੱਸਿਆਵਾਂ ਛੋਟੀਆਂ ਲੜਾਈਆਂ ਮਧਰੀਆਂ ਤੇ ਸਮਝੌਤੇ ਲੰਗੜੇ ਹੁੰਦੇ ਹਨ। ਪਿੰਡਾਂ ਦੇ ਲੋਕਾਂ ਵਿੱਚ ਅਜੇ ਵੀ ਖੁਲਾਸਾਪਣ ਹੈ, ਪਰ ਪਟਵਾਰੀਆਂ ਥਾਣਿਆਂ ਅਦਾਲਤਾਂ ਵਕੀਲਾਂ ਮੁਨਸ਼ੀਆਂ ਆਦਿ ਨੇ ਇਹਨਾਂ ਲੋਕਾਂ ਦੀ ਨਿਰਮਲ ਤੱਕਣੀ ਨੂੰ ਵੀ ਮੈਲਾ ਕਰ ਦਿੱਤਾ ਹੈ, ਸੋ ਹੁਣ ਇਹਨਾਂ ਨੂੰ ਵੀ ਖੁੱਲ੍ਹੇ ਬੂਹਿਆਂ ਤੋਂ ਡਰ ਲੱਗਣ ਲੱਗ ਪਿਆ। ਹੁਣ ਇਹਨਾਂ ਨੂੰ ਵੀ ਆੜ੍ਹਤੀ ਦੀ ਕਸਮ, ਪਟਵਾਰੀ ਦੇ ਇਮਾਨ ਅਤੇ ਥਾਣੇਦਾਰ ਦੀ ਵਫ਼ਾਦਾਰੀ 'ਤੇ ਵਿਸ਼ਵਾਸ ਨਹੀਂ ਰਿਹਾ। ਇਹਨਾਂ ਨੂੰ ਵੀ ਹੁਣ ਸ਼ੱਕ ਅਤੇ ਸਾੜੀ ਦੀ ਭੀੜੀ ਗਲੀ 'ਚੋਂ ਲੰਘਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਵੇਂ ਪੇਂਡੂ ਜੀਵਨ ਵਿੱਚ ਵੀ ਧੋਖੇ ਦੀ ਬਿਰਤੀ ਬਲਵਾਨ ਹੋ ਰਹੀ ਹੈ। ਧੋਖਾ ਮਨੁੱਖੀ ਵਿਹਾਰ ਦਾ ਇੱਕ ਸਦੀਵੀ ਲੱਛਣ ਹੈ। ਸ਼ਿਕਾਰ ਯੁੱਗ ਵਿੱਚ ਸ਼ਿਕਾਰ ਕਰਨ ਦੀ ਮਜਬੂਰੀ ਨੇ ਮਨੁੱਖ ਨੂੰ ਧੋਖੇ ਨੂੰ ਇੱਕ ਹਥਿਆਰ ਵਜੋਂ ਵਰਤਣ ਦੀ ਜਾਚ ਸਿਖਾਈ ਸੀ। ਧਿਆਨ ਨਾਲ ਵੇਖਿਆ ਜਾਏ ਤਾਂ ਜੀਵ ਜੰਤੂ ਜਗਤ ਵਿੱਚ ਜਿਉਂਦੇ ਰਹਿਣ ਲਈ ਧੋਖਾ ਇੱਕ ਕਾਰਗਰ ਵਿਧੀ ਹੈ। ਇਮਾਨਦਾਰ ਹੋ ਕੇ ਸ਼ਿਕਾਰ ਨਹੀਂ ਕੀਤਾ ਜਾ ਸਕਦਾ, ਸੋ ਹਰ ਇੱਕ ਜਾਨਵਰ ਜਾਂ ਪੰਛੀ ਨੇ ਕਿਸੇ ਹੋਰ ਨੂੰ ਮਾਰ ਕੇ ਆਪਣਾ ਪੇਟ ਭਰਨ ਲਈ ਜਿਹੜਾ ਢੰਗ ਤਰੀਕਾ ਅਪਣਾਇਆ ਹੈ, ਉਸ ਵਿੱਚ ਧੋਖੇ ਅਤੇ ਚਲਾਕੀ ਦਾ ਅੰਸ਼ ਸਦਾ ਹੀ ਪ੍ਰਮੁੱਖ ਰਿਹਾ ਹੈ। ਇਸ ਧੋਖੇ ਅਤੇ ਚਲਾਕੀ ਨੂੰ ਯੋਗਤਾ ਕਿਹਾ ਗਿਆ ਹੈ। ਕੁਦਰਤ ਨੇ ਹਰ ਇੱਕ ਨਸਲ ਜਾਂ ਜੀਵ ਨੂੰ ਕਿਸੇ ਵਿਸ਼ੇਸ਼ ਯੋਗਤਾ ਦਾ ਵਰਦਾਨ ਦਿੱਤਾ ਹੈ। ਕਿਸੇ ਪੰਛੀ ਦੀ ਨਜ਼ਰ ਤਿੱਖੀ ਹੈ ਤਾਂ ਕਿ ਉਹ ਦੂਰੋਂ ਹੀ ਆਪਣੇ ਸ਼ਿਕਾਰ ਉੱਤੇ ਝਪਟ ਸਕੇ। ਕਿਸੇ ਜਾਨਵਰ ਦੀਆਂ ਲੱਤਾਂ ਸ਼ਕਤੀਸ਼ਾਲੀ ਹਨ, ਕਿਸੇ ਦੇ ਪੰਜੇ ਬਲਵਾਨ ਹਨ, ਕਿਸੇ ਦੀ ਜੀਭ ਝਾੜੂ ਵਾਂਗ ਆਲੇ ਦੁਆਲੇ ਨੂੰ ਹੂੰਝ ਕੇ ਅੰਦਰ ਸੁੱਟ ਲੈਂਦੀ ਹੈ, ਕਿਸੇ ਦੇ ਦੰਦ ਜਮੂਰਾਂ ਵਰਗੇ ਹਨ, ਜਦੋਂ ਕਿ ਕਿਸੇ ਦੇ ਨਹੁੰ ਨਸ਼ਤਰਾਂ ਦਾ ਕੰਮ ਕਰਦੇ ਹਨ। ਕਈ ਜਾਨਵਰ ਦਿਸਣ ਵਿੱਚ ਬਿਮਾਰ ਜਿਹੇ ਅਤੇ ਲਾਚਾਰ ਜਿਹੇ ਪ੍ਰਤੀਤ ਹੁੰਦੇ ਹਨ, ਪਰ ਸ਼ਿਕਾਰ ਸਾਹਮਣੇ ਆਉਣ 'ਤੇ ਉਹ ਬਦਕਾਰ ਜਿਹੇ ਸਰਕਾਰ ਜਿਹੇ ਧੋਖੇ ਭਰੇ ਵਿਹਾਰ ਦਾ ਪ੍ਰਮਾਣ ਦਿੰਦੇ ਹਨ। ਕਈ ਪੰਛੀ ਵੇਖਣ ਨੂੰ ਸੰਤ ਮਹਾਤਮਾ ਲੱਗਦੇ ਹਨ, ਪਰ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਹੈ ਤਾਂ ਕੋਈ ਲੂੰਬੜ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਖੇਤੀਬਾੜੀ ਦੇ ਯੁੱਗ ਵਿੱਚ ਮਾਸ ਦੀ ਥਾਂ ਜਦੋਂ ਅਨਾਜ ਮਨੁੱਖ ਦਾ ਮੁੱਖ ਆਹਾਰ ਬਣਿਆ, ਤਾਂ ਵੀ ਸ਼ਿਕਾਰ ਕਰਨ ਦੀ ਬਿਰਤੀ ਜਿਉਂ ਦੀ ਤਿਉਂ ਬਣੀ ਰਹੀ। ਹੁਣ ਸ਼ਿਕਾਰ ਕੇਵਲ ਜਾਨਵਰਾਂ ਦਾ ਨਹੀਂ, ਬੰਦਾ ਬੰਦਿਆਂ ਦਾ ਵੀ ਕਰਨ ਲੱਗ ਪਿਆ। ਕਤਲ ਖੇਤੀਬਾੜੀ ਯੁੱਗ ਦਾ ਮੁੱਖ ਵਰਤਾਰਾ ਹੈ। ਇਹ ਬਿਰਤੀ ਵਿਸ਼ਾਲ ਪੱਧਰ 'ਤੇ ਜੰਗ ਦਾ ਰੂਪ ਧਾਰਦੀ ਰਹੀ ਹੈ। ਧੋਖਾ ਜੰਗ ਦਾ ਪ੍ਰਮੁੱਖ ਹਥਿਆਰ ਰਿਹਾ ਹੈ। ਹਰ ਇੱਕ ਹਾਕਮ ਆਪਣੇ ਸੱਚੇ ਅਤੇ ਪਰਉਪਕਾਰੀ ਹੋਣ ਦਾ ਪ੍ਰਭਾਵ ਦੇਣਾ ਚਾਹੁੰਦਾ ਹੈ। ਉਹ ਗੱਲਾਂ ਅਮਨ ਦੀਆਂ ਕਰਦਾ ਹੈ, ਪਰ ਵਿਹਾਰ ਜੰਗ ਵਾਲਾ ਕਰਦਾ ਹੈ। ਅਜਿਹੇ ਵਿਹਾਰ ਨੂੰ ਰਾਜਨੀਤੀ ਕਹਿੰਦੇ ਹਨ। ਧੋਖੇ ਬਿਨਾਂ ਰਾਜਨੀਤੀ ਇੰਝ ਹੀ ਹੈ ਜਿਵੇਂ ਪਾਣੀ ਤੋਂ ਬਿਨਾਂ ਦਰਿਆ। ਯੁੱਧ ਰਾਜਨੀਤੀ ਦਾ ਹੀ ਹਥਿਆਰਬੰਦ ਪ੍ਰਗਟਾਵਾ ਹੁੰਦਾ ਹੈ। ਰੌਲਾ ਦੱਖਣ 'ਚ ਪਾਇਆ ਜਾਂਦਾ ਹੈ, ਹਮਲਾ ਉੱਤਰ 'ਚ ਕੀਤਾ ਜਾਂਦਾ ਹੈ। ਜ਼ਮੀਨ 'ਤੇ ਗੱਤੇ ਦੇ ਜਹਾਜ਼ ਟਿਕਾ ਕੇ ਦੁਸ਼ਮਣ ਦੇ ਜਹਾਜ਼ਾਂ ਨੂੰ ਬੰਬ ਸੁੱਟਣ ਲਈ ਪ੍ਰੇਰਿਆ ਜਾਂਦਾ ਹੈ। ਕਈ ਵਾਰ ਧੋਖਾ ਦੇਣ ਲਈ ਸੱਚ ਵੀ ਬੋਲਿਆ ਜਾਂਦਾ ਹੈ ਤਾਂ ਕਿ ਦੁਸ਼ਮਣ ਉਸ ਉੱਤੇ ਵਿਸ਼ਵਾਸ ਨਾ ਕਰੇ। ਸੂਹ ਲੈਣ ਲਈ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ। ਦੁਸ਼ਮਣ ਨੂੰ ਗਲਤ ਸੂਚਨਾ ਇਵੇਂ ਪਹੁੰਚਾਈ ਜਾਂਦੀ ਹੈ ਕਿ ਦੁਸ਼ਮਣ ਨੂੰ ਜਿਵੇਂ ਅਚਾਨਕ ਦੂਜੀ ਧਿਰ ਦੀ ਵਿਉਂਤ ਪਤਾ ਲੱਗਣ ਦਾ ਪ੍ਰਭਾਵ ਪਵੇ। ਮੁਰਦੇ ਫੌਜੀ ਨਾਲ ਝੂਠੇ ਕਾਗਜ਼ਾਂ ਵਾਲਾ ਸੂਟਕੇਸ ਇਸ ਢੰਗ ਨਾਲ ਰੱਖਿਆ ਜਾਂਦਾ ਹੈ ਕਿ ਦੁਸ਼ਮਣ ਉਹਨਾਂ ਕਾਗਜ਼ਾਂ ਨੂੰ ਸੱਚ ਮੰਨ ਲਵੇ। ਧੋਖੇ ਦੀ ਇਹੀ ਬਿਰਤੀ ਰੂਪ ਅਤੇ ਰੰਗ ਬਦਲ ਕੇ ਅਜੋਕੇ ਵਪਾਰ 'ਚ ਵਿਆਪਕ ਪੱਧਰ 'ਤੇ ਪ੍ਰਗਟ ਹੋ ਰਹੀ ਹੈ। ਅਜੋਕੇ ਯੁੱਗ ਵਿੱਚ ਉਤਪਾਦਨ ਅਤੇ ਵੰਡ ਵੰਡਾਰੇ ਦਾ ਢੰਗ ਪੂੰਜੀਵਾਦੀ ਹੈ। ਪੂੰਜੀਵਾਦੀ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੁੰਦਾ ਹੈ। ਸੋ ਦੇਸ਼ਾਂ ਦੇ ਹੱਦਾਂ ਬੰਨੇ ਖੁਰ ਗਏ ਹਨ ਅਤੇ ਸਾਰਾ ਸੰਸਾਰ ਇੱਕ ਵੱਡੀ ਮੰਡੀ ਬਣ ਗਿਆ ਹੈ। ਤੁਹਾਡੀ ਜੇਬ 'ਚ ਪੈਸਾ ਹੋਣਾ ਚਾਹੀਦਾ ਹੈ, ਕੱਢਣ ਦਾ ਤਰੀਕਾ ਪੂੰਜੀਵਾਦ ਜਾਂ ਵਪਾਰੀ ਵਰਗ ਆਪੇ ਸਿਰਜ ਲਏਗਾ। ਇੱਕ ਪੱਖੋਂ ਇਹ ਯੁੱਗ ਗੁਲਾਮਾਂ ਅਤੇ ਦਾਸਾਂ ਦੇ ਯੁੱਗ ਨਾਲੋਂ ਵੀ ਵਧੇਰੇ ਨਿਰਦਈ ਹੈ। ਗੁਲਾਮਾਂ ਦੇ ਯੁੱਗ ਵਿੱਚ ਮਾਲਕ ਗੁਲਾਮ ਅਤੇ ਉਹਦੇ ਟੱਬਰ ਦੇ ਭੋਜਨ ਅਤੇ ਵਸੇਬੇ ਦੀ ਵੀ ਜ਼ਿੰਮੇਵਾਰੀ ਲੈਂਦਾ ਸੀ, ਪਰ ਪੂੰਜੀਵਾਦ ਨੇ ਇਹ ਜ਼ਿੰਮੇਵਾਰੀਆਂ ਤਿਆਗ ਦਿੱਤੀਆਂ ਹਨ ਅਤੇ ਕਾਰਖਾਨਿਆਂ ਦੇ ਰੂਪ 'ਚ ਵੱਡੇ ਵੱਡੇ ਵੇਲਣੇ ਲਾ ਦਿੱਤੇ ਹਨ, ਜਿੱਥੇ ਕਾਮਿਆਂ ਮਜ਼ਦੂਰਾਂ ਨੂੰ ਨਿਚੋੜਿਆ ਅਤੇ ਨਪੀੜਿਆ ਜਾਂਦਾ ਹੈ ਅਤੇ ਨਿਚੋੜ ਕੇ ਰੁਲਣ ਲਈ ਸੁੱਟ ਦਿੱਤਾ ਜਾਂਦਾ ਹੈ। ਪੂੰਜੀਵਾਦ ਆਪਣੇ ਆਪ ਵਿੱਚ ਇੱਕ ਧੋਖਾ ਹੈ ਅਤੇ ਪੂੰਜੀਵਾਦ ਦੇ ਭਾਈਵਾਲ ਲੂੰਬੜ ਬਣ ਗਏ ਹਨ।
ਜਿਨ੍ਹਾਂ ਨੇ ਭੇਡਾਂ ਦੀ ਰਾਖੀ ਸਾਂਭ ਲਈ ਹੈ। ਧੋਖੇ ਭਰੇ ਸ਼ਿਕਾਰ ਦੀ ਜਿਹੜੀ ਬਿਰਤੀ ਘੇਰ ਕੇ ਘਾਤ ਲਾ ਕੇ ਕਤਲ ਕਰਨ 'ਚ ਅਤੇ ਜੰਗ ਦੇ ਰੂਪ ਵਿੱਚ ਨਰਸੰਹਾਰ ਕਰਨ ਵਿੱਚ ਪ੍ਰਗਟ ਹੋਈ ਹੈ, ਹੋਈ ਸੀ, ਉਹੀ ਬਿਰਤੀ ਹੁਣ ਵਪਾਰ 'ਚ ਪ੍ਰਗਟ ਹੋ ਰਹੀ ਹੈ। ਧੋਖੇ ਦਾ ਨਾਮ ਬਦਲ ਲਿਆ ਗਿਆ ਪਰ ਬਿਰਤੀ ਬਰਕਰਾਰ ਹੈ। ਰਾਜਨੀਤੀ 'ਚ ਧੋਖੇ ਨੂੰ ਲੋਕ ਸੇਵਾ ਕਿਹਾ ਜਾਂਦਾ ਹੈ। ਹੁਣ ਧੋਖਾ ਫਰਜ਼ ਸਮਝ ਕੇ ਕੀਤਾ ਜਾਂਦਾ ਹੈ ਅਤੇ ਇਸ ਫਰਜ਼ ਨੂੰ ਪਵਿੱਤਰ ਬਣਾਉਣ ਲਈ ਦਾ ਯਤਨ ਵੀ ਕੀਤਾ ਜਾ ਰਿਹਾ ਹੈ। ਕੋਈ ਵੀ ਧਰਮ ਧੋਖਾ ਦੇਣ ਦੀ ਪ੍ਰੇਰਣਾ ਨਹੀਂ ਦਿੰਦਾ, ਪਰ ਧਰਮ ਦੇ ਨਾਂ 'ਤੇ ਮਨੁੱਖ ਵੱਲੋਂ ਜਿੰਨਾ ਧੋਖਾ ਮਨੁੱਖ ਨਾਲ ਹੋਇਆ ਹੈ ਉਸ ਦੀ ਮਿਸਾਲ ਮਨੁੱਖ ਨੂੰ ਨਿਰੰਤਰ ਸ਼ਰਮਿੰਦਾ ਕਰਦੀ ਹੈ। ਪਰ ਮਨੁੱਖ ਹੀ ਹੈ ਜਿਹੜਾ ਸਭ ਤੋਂ ਵੱਧ ਗਿਆਨਵਾਨ ਹੋਣ ਦੇ ਬਾਵਜੂਦ ਮੂਰਖਤਾ ਦੇ ਨਿੱਤ ਨਵੇਂ ਪ੍ਰਮਾਣ ਦੇ ਰਿਹਾ ਹੈ। ਜਦੋਂ ਕੋਈ ਸੰਤ ਬਿਮਾਰ ਪੈਂਦਾ ਹੈ ਤਾਂ ਉਹਨੂੰ ਬੜੀ ਪਰੇਸ਼ਾਨੀ ਭਰੀ ਮੁਸ਼ਕਿਲ ਹੁੰਦੀ ਹੈ, ਕਿਉਂਕਿ ਉਹਦੀ ਰੂਹਾਨੀ ਕਮਾਈ ਉਹਦੇ ਸ਼ਰਧਾਲੂਆਂ ਨੂੰ ਧੋਖਾ ਪ੍ਰਤੀਤ ਹੁੰਦੀ ਹੈ ਅਤੇ ਉਸਦੀ ਮਾਨਤਾ ਘਟਦੀ ਹੈ। ਅਜੋਕੇ ਯੁੱਗ ਵਿੱਚ ਪਿਆਰ ਜਿਹਾ ਅਨੁਭਵ ਵੀ ਧੋਖੇ ਦੀ ਮਾਰ ਤੋਂ ਮੁਕਤ ਨਹੀਂ ਰਿਹਾ। ਅੱਜ ਦੇ ਪ੍ਰੇਮੀ ਹਰ ਮੌਕੇ ਲਈ ਆਪਣੇ ਚਿਹਰੇ ਦਾ ਚੌਕਟਾ ਅਤੇ ਮੁਸਕਰਾਹਟ ਦਾ ਰੰਗ ਬਦਲ ਲੈਂਦੇ ਹਨ। ਅਜੋਕੇ ਪ੍ਰੇਮੀ ਨੂੰ ਪ੍ਰੇਮਿਕਾ ਦਾ ਸਾਥ ਪ੍ਰਾਪਤ ਕਰਨ ਲਈ ਹੁਣ ਵਧੇਰੇ ਝੂਠੇ ਵਾਅਦੇ ਕਰਨੇ ਪੈਂਦੇ ਹਨ। ਪ੍ਰੇਮੀ ਨੂੰ ਪ੍ਰੇਮਿਕਾ ਲਾਵਾਂ ਫੇਰਿਆਂ ਵੱਲ ਖਿੱਚਦੀ ਹੈ, ਜਦਕਿ ਪ੍ਰੇਮਿਕਾ ਨੂੰ ਪ੍ਰੇਮੀ ਬਿਸਤਰੇ ਵੱਲ ਧਕੇਲਦਾ ਹੈ। ਕੁੰਡੀ ਲਾ ਕੇ ਮੱਛੀ ਫੜਨ ਵਾਲੀ ਜਾਂ ਮੱਕੜੀ ਵਾਲੀ ਇਹ ਬਿਰਤੀ ਸਮੁੱਚੇ ਇਸਤਰੀ ਪੁਰਸ਼ ਸੰਬੰਧਾਂ 'ਚ ਪਸਰਦੀ ਜਾ ਰਹੀ ਹੈ। ਹੁਣ ਪਿਆਰ ਵਿੱਚ ਵੀ ਸ਼ਿਕਾਰ ਵਪਾਰ ਅਤੇ ਸਰਕਾਰ ਵਾਲੇ ਧੋਖੇ ਭਰੇ ਢੰਗ ਤਰੀਕੇ ਵਰਤੇ ਜਾਂਦੇ ਹਨ। ਹੱਥ ਜੋੜਨੇ, ਮੱਥਾ ਟੇਕਣਾ, ਪੈਰੀਂ ਹੱਥ ਲਾਉਣਾ ਆਦਿ ਪ੍ਰਗਟਾਵਿਆਂ ਦਾ ਪਿਛੋਕੜੇ ਹੈ ਕਿ ਦੂਜੇ ਧਿਰ ਨੂੰ ਵਿਸ਼ਵਾਸ ਦਿਵਾਇਆ ਜਾਏ ਕਿ ਧੋਖੇ ਦੀ ਕੋਈ ਸੰਭਾਵਨਾ ਨਹੀਂ। ਅਜੋਕੇ ਯੁੱਗ ਨੇ ਹਰ ਖੇਤਰ ਵਿੱਚ ਵੰਨ ਸੁਵੰਨਤਾ ਲਿਆਂਦੀ ਹੈ ਅਤੇ ਇਹ ਵੰਨ ਸੁਵੰਨਤਾ ਧੋਖੇ ਦੇ ਖੇਤਰ ਵਿੱਚ ਵੀ ਪ੍ਰਗਟ ਹੋ ਰਹੀ ਹੈ। ਕਿਸੇ ਨੇ ਕਿਹਾ ਹੈ ਕਿ ਜੇ ਸਰੀਰ ਵੱਸ ਵਿੱਚ ਨਾ ਆਉਣ ਤਾਂ ਉਹਨਾਂ ਦਾ ਹਮਦਰਦ ਬਣ ਕੇ ਕਿੱਧਰੋਂ ਮਧਰੀ ਕੁੜੀ ਦਾ ਸਾਕ ਲਿਆ ਦਿਓ, ਮਧਰੇ ਬੱਚੇ ਜੰਮਣਗੇ ਜਿਨ੍ਹਾਂ ਨੂੰ ਜਿੱਥੇ ਚਾਹੋ ਜਦੋਂ ਮਰਜ਼ੀ ਕੁੱਟ ਲਓ। ਇਵੇਂ ਹੀ ਜੇ ਕਿਸੇ ਨੂੰ ਸਾਰੀ ਉਮਰ ਦਾ ਜੰਜਾਲ ਪਾਉਣਾ ਚਾਹੁੰਦੇ ਹੋ ਤਾਂ ਉਹਦੀ ਧੀ ਨੂੰ ਦਰਵਾਜ਼ੇ ਨਾਲੋਂ ਵੀ ਬਹੁਤ ਵੱਡੀ ਪੇਟੀ ਦਾਜ ਤੋਹਫੇ 'ਚ ਦਿਓ, ਸਾਂਭਦੀ ਸਾਂਭਦੀ ਉਹ ਚੱਲ ਵਸੇਗੀ। ਕਿਸੇ ਤੋਂ ਬਦਲਾ ਲੈਣਾ ਹੋਵੇ ਤਾਂ ਉਹਦੀ ਔਲਾਦ ਨੂੰ ਆਪਣੇ ਪੱਲਿਓਂ ਖਵਾਓ ਪਿਆਓ। ਜਦੋਂ ਬਾਹਰ ਖਾਣ ਪੀਣ ਦੀ ਆਦਤ ਪੱਕ ਜਾਏ ਤਾਂ ਛੱਡ ਦਿਓ, ਉਹ ਸਾਰੇ ਮਹਿਲ ਮੁਹੱਲੇ ਉਜਾੜ ਦੇਵੇਗੀ। ਅਜੋਕੇ ਯੁੱਗ 'ਚ ਸਫਲ ਧੋਖੇ ਨੂੰ ਨਿਪੁੰਨਤਾ ਅਤੇ ਕਾਰਗਰ ਜੁਗਤ ਅਤੇ ਜੁਗਾੜ ਦੇ ਸਤਿਕਾਰ ਭਰੇ ਰੂਪ ਵਿੱਚ ਪੇਸ਼ ਕੀਤਾ ਅਤੇ ਸਵੀਕਾਰਿਆ ਜਾਂਦਾ ਹੈ। ਧੋਖੇ ਦੀ ਵਿਆਪਕ ਬਿਰਤੀ ਦਾ ਇੱਕ ਕਾਰਨ ਇਹ ਹੈ ਕਿ ਅਜੋਕੇ ਜੀਵਨ ਵਿੱਚ ਸ਼ੱਕ, ਸਾੜਾ ਅਤੇ ਨਫ਼ਰਤ ਵੱਧ ਗਏ ਹਨ। ਆਮ ਕਰਕੇ ਧੋਖਾ ਉਸੇ ਨੂੰ ਦਿੱਤਾ ਜਾਂਦਾ ਹੈ ਜਿਸ ਪ੍ਰਤੀ ਨਫ਼ਰਤ ਹੋਵੇ। ਧੋਖਾ ਇਸ ਡਰ ਨਾਲ ਵੀ ਦਿੱਤਾ ਜਾਂਦਾ ਹੈ ਕਿ ਕਿਧਰੇ ਦੂਜਾ ਹੀ ਪਹਿਲ ਕਰਕੇ ਸਾਨੂੰ ਹੀ ਧੋਖਾ ਨਾ ਦੇ ਜਾਏ। ਨਿੱਤ ਬਦਲਦੀਆਂ ਵਫ਼ਾਦਾਰੀਆਂ ਦੇ ਯੁੱਗ ਵਿੱਚ ਕੁਝ ਵੀ ਸਥਾਈ ਨਹੀਂ ਰਿਹਾ। ਹਰ ਕੋਈ ਆਪਣੇ ਆਪ ਨੂੰ ਇਕੱਲਾ ਅਤੇ ਤਿਲਕ ਰਿਹਾ ਮਹਿਸੂਸ ਕਰਦਾ ਹੈ। ਧੋਖੇ ਦੀ ਵਿਆਪਕ ਬਿਰਤੀ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮਨ ਪਰਚਾਵੇ ਲਈ ਖੇਡੀਆਂ ਜਾਣ ਵਾਲੀਆਂ ਖੇਡਾਂ ਵੀ ਇਸ ਦੇ ਪ੍ਰਭਾਵ ਅਤੇ ਪਰਛਾਵੇਂ ਤੋਂ ਮੁਕਤ ਨਹੀਂ। ਉਸ ਨਾਲ ਧੋਖਾ ਨਹੀਂ ਹੋ ਰਿਹਾ ਹੁੰਦਾ ਜਿਸ ਨੂੰ ਪਤਾ ਹੈ ਕਿ ਉਸ ਨਾਲ ਧੋਖਾ ਹੋ ਰਿਹਾ ਹੈ। ਧੋਖਾ ਹੋਣ ਦੀ ਸੂਰਤ ਵਿੱਚ ਘੱਟ ਅਕਲ ਵਾਲਾ ਵਿਅਕਤੀ ਰੌਲਾ ਰੱਪਾ ਪਾਉਂਦਾ ਹੈ, ਮੂਰਖ ਬਦਲਾ ਲੈਣ ਦੀ ਧਮਕੀ ਦਿੰਦਾ ਹੈ, ਸਿਆਣਾ ਚੁੱਪ ਕਰਕੇ ਸਹਿ ਜਾਂਦਾ ਹੈ। ਜੇ ਤੁਹਾਨੂੰ ਕੋਈ ਸਤਿਕਾਰਯੋਗ ਵਿਅਕਤੀ ਧੋਖਾ ਦੇ ਰਿਹਾ ਹੋਵੇ ਤਾਂ ਖਿੜੇ ਮੱਥੇ ਧੋਖਾ ਖਾਓ ਅਤੇ ਆਪਣੇ ਆਪ 'ਤੇ ਮਾਣ ਕਰੋ। ਤੁਸੀਂ ਕਿਹੜੇ ਕਿਹੜੇ ਧੋਖੇ ਦਾ ਰੋਸ ਅਤੇ ਵਿਰੋਧ ਕਰੋਗੇ? ਇਹ ਨਾ ਸਮਝਣਾ ਕਿ ਤੁਸੀਂ ਇਮਾਨਦਾਰ ਹੋ ਅਤੇ ਧੋਖਾ ਦੇਣ ਦਾ ਦੋਸ਼ ਦੂਜਿਆਂ ਉੱਤੇ ਹੀ ਲੱਗ ਰਿਹਾ ਹੈ। ਅਸੀਂ ਸਾਰੇ ਧੋਖੇਬਾਜ਼ ਹਾਂ। ਧੋਖੇ ਦੀ ਆਪਣੀ ਪੱਧਰ ਨੂੰ ਅਸੀਂ ਇਮਾਨਦਾਰੀ ਦੇ ਗੁਆਂਢ 'ਚ ਰੱਖਦੇ ਹਾਂ ਅਤੇ ਵੱਖਰੀ ਕਿਸਮ ਦੇ ਜਾਂ ਵਡੇਰੀ ਪੱਧਰ ਦੀ ਬੇਈਮਾਨੀ ਤੋਂ ਪ੍ਰੇਰਿਤ ਵਿਹਾਰ ਨੂੰ ਧੋਖਾ ਕਹਿ ਕੇ ਅਸੀਂ ਆਪਣੇ ਸੱਚੇ ਸੁੱਚੇ ਹੋਣ ਦਾ ਭਰਮ ਪਾਲਦੇ ਹਾਂ। ਇਹ ਭਰਮ ਵੀ ਧੋਖਾ ਹੈ। ਸਭ ਪ੍ਰਕਾਰ ਦੀ ਕਲਾ ਵੀ ਇੱਕ ਭਰਮ ਹੈ ਅਤੇ ਭਰਮ ਧੋਖੇ ਦਾ ਬੁਨਿਆਦੀ ਲੱਛਣ ਹੈ। ਸਾਹਿਤਕਾਰ ਹੋਰ ਨਾਂ ਵਰਤ ਕੇ ਆਪਣੇ ਮਨ ਦੀਆਂ ਤ੍ਰਿਪਤੀਆਂ ਨੂੰ ਪ੍ਰਗਟਾਉਂਦੇ ਹਨ।
ਅਤੇ ਐਵੇਂ ਵਾਸਤਵਿਕ ਜੀਵਨ ਵਿਚਲੀ ਆਪਣੀਆਂ ਸਫਲਤਾ ਜਾਂ ਯੋਗਤਾ ਨੂੰ ਆਪਣੀ ਕਲਪਨਾ ਦੇ ਸੰਸਾਰ 'ਚ ਸਫਲਤਾ ਅਤੇ ਯੋਗਤਾ ਵਜੋਂ ਪੇਸ਼ ਕਰਦੇ ਹਨ। ਜਿਹੜਾ ਅਜਿਹਾ ਭਰਮ ਸਫਲਤਾ ਸਹਿਤ ਉਪਜਾ ਲੈਂਦੇ ਹਨ ਉਹ ਕਲਾਕਾਰ ਅਤੇ ਸਾਹਿਤਕਾਰ ਰਖਵਾਉਂਦੇ ਹਨ। ਅਸੀਂ ਅਕਸਰ ਧੋਖੇ ਦੇ ਵਿਰੁੱਧ ਨਹੀਂ ਹੁੰਦੇ, ਮੂਰਖਤਾ ਭਰੇ ਢੰਗ ਨਾਲ ਕੀਤੇ ਅਸਫਲ ਅਤੇ ਮਹਿੰਗੇ ਧੋਖੇ ਦੇ ਵਿਰੁੱਧ ਹੁੰਦੇ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਨਾਲ ਭਾਵੇਂ ਧੋਖਾ ਹੋਵੇ ਪਰ ਧੋਖਾ ਖੂਬਸੂਰਤ ਹੋਣਾ ਚਾਹੀਦਾ ਹੈ, ਜਾਦੂਗਰ ਦੇ ਜਾਦੂ ਵਰਗਾ। ਅਸੀਂ ਕਤਲ ਹੋਣ ਤੋਂ ਵੀ ਨਹੀਂ ਡਰਦੇ ਪਰ ਚਾਹੁੰਦੇ ਹਾਂ ਕਿ ਕਾਤਲ ਬਹੁਤ ਸੁੰਦਰ ਹੋਵੇ। ਅਸੀਂ ਕੋਹੇ ਜਾਣ ਤੋਂ ਵੀ ਨਹੀਂ ਘਬਰਾਉਂਦੇ ਪਰ ਚਾਹੁੰਦੇ ਹਾਂ ਕਿ ਕੋਈ ਆਪਣੀ ਮੁਸਕਰਾਹਟ ਨਾਲ ਜਾਂ ਪਿਆਰ ਤੱਕਣੀ ਨਾਲ ਕੋਹੇ। ਅਸੀਂ ਲੁੱਟੇ ਜਾਣ ਤੋਂ ਵੀ ਨਹੀਂ ਝਿਜਕਦੇ ਪਰ ਸਾਡੀ ਸਾਰਿਆਂ ਦੀ ਇੱਛਾ ਹੁੰਦੀ ਹੈ ਕਿ ਕੋਈ ਆਪਣਾ ਪਿਆਰਾ ਬਣ ਕੇ ਲੁੱਟੇ। ਨਿਰਸੰਦੇਹ ਜੇ ਸਾਰੇ ਧੋਖੇਬਾਜ਼ਾਂ ਨੂੰ ਸੰਸਾਰ ਵਿੱਚੋਂ ਕੱਢ ਦੇਈਏ ਤਾਂ ਬਾਕੀ ਕੋਈ ਨਹੀਂ ਬਚੇਗਾ। ਜੇ ਸੰਸਾਰ ਦੇ ਸਾਰੇ ਲੋਕ ਸੰਤ ਹੋ ਜਾਣ ਤਾਂ ਜੀਵਨ ਨੀਰਸ ਹੋ ਜਾਏਗਾ ਅਤੇ ਜੇ ਸਾਰੇ ਚੋਰ ਬਣ ਜਾਣ ਤਾਂ ਚੋਰੀ ਕਰਨ ਯੋਗ ਕੁਝ ਨਹੀਂ ਬਚੇਗਾ। ਹਰ ਕੋਈ ਆਪਣੇ ਚੰਗੇ ਮਾੜੇ ਯਤਨਾਂ ਨਾਲ ਸੰਸਾਰ ਦੀ ਰੌਣਕ ਵਧਾਉਂਦਾ ਹੈ। ਸਾਡੇ ਦੁਸ਼ਮਣ ਵੀ ਸਾਡੇ ਜੀਵਨ ਨੂੰ ਦਿਲਚਸਪ ਬਣਾਉਂਦੇ ਹਨ। ਦੁਨੀਆ ਦਾ ਇਹ ਮੇਲਾ ਇਸੇ ਲਈ ਦਿਲਚਸਪ ਹੈ ਕਿਉਂਕਿ ਇੱਥੇ ਸਾਧ ਅਤੇ ਚੋਰ ਦੋਵੇਂ ਵਸਦੇ ਹਨ। ਅਸੀਂ ਸਾਰੇ ਇੱਕ ਵਿਸ਼ਾਲ ਨਾਟਕ ਦੇ ਪਾਤਰ ਹਾਂ। ਕਦੀ ਅਸੀਂ ਧੋਖਾ ਦੇਣ ਦਾ ਰੋਲ ਨਿਭਾਉਂਦੇ ਹਾਂ, ਕਦੀ ਧੋਖਾ ਖਾਣ ਦਾ, ਕਦੀ ਪੁੱਤਰ ਦਾ ਰੋਲ ਨਿਭਾਉਂਦੇ ਹਾਂ, ਕਦੀ ਪਿਓ ਦਾ, ਕਦੀ ਮਾਂ ਬਣਦੇ ਹਾਂ, ਕਦੀ ਪ੍ਰੇਮਿਕਾ। ਜਿਹੋ ਜਿਹੀ ਸਥਿਤੀ ਹੁੰਦੀ ਹੈ ਉਹੋ ਜਿਹੇ ਅਸੀਂ ਬਣ ਜਾਂਦੇ ਹਾਂ। ਨਿਰਸੰਦੇਹ ਮਨੁੱਖ ਆਰਥਿਕ ਪੱਖੋਂ ਖੁਸ਼ਹਾਲ ਹੋ ਰਿਹਾ ਹੈ ਪਰ ਉਹਦੀ ਮਾਨਸਿਕ ਖੁਸ਼ਹਾਲੀ ਨੂੰ ਪ੍ਰਗਟ ਹੋਣ ਲਈ ਅਜੇ ਬਹੁਤ ਅਰਸਾ ਲੱਗੇਗਾ। ਮਨ ਦੇ ਪੱਖੋਂ ਅਮੀਰ ਨਾ ਹੋਣ ਕਾਰਨ ਸਾਡੇ ਵਿਹਾਰ ਵਿੱਚ ਵਿਸ਼ਾਲਤਾ ਨਹੀਂ ਆਈ। ਇਹੀ ਕਾਰਨ ਹੈ ਕਿ ਸਾਡੇ ਘਰਾਂ ਵਿੱਚ ਰੌਸ਼ਨੀਆਂ ਵੱਧ ਰਹੀਆਂ ਹਨ ਪਰ ਸਾਡੇ ਦਿਲਾਂ ਵਿੱਚ ਹਨੇਰੇ ਹੋਰ ਸੰਘਣੇ ਹੋ ਰਹੇ ਹਨ। ਹੁਣ ਅਸੀਂ ਧੋਖਾ ਲੋੜ ਵੱਸ ਨਹੀਂ ਆਦਤ ਵੱਸ ਦਿੰਦੇ ਹਾਂ। ਜਿਵੇਂ ਚੂਚੇ ਤਿਉਹਾਰਾਂ ਦੀ ਨਜ਼ਰ ਚੜ੍ਹਾ ਦਿੱਤੇ ਜਾਂਦੇ ਹਨ, ਉਵੇਂ ਅਸੀਂ ਡੋਰ ਵਿੱਚ ਵੱਡੀ ਮੱਕਾਰ ਢਿੱਲ ਵਾਂਗ ਉਹਨਾਂ ਨੂੰ ਵੀ ਨਹੀਂ ਬਖਸ਼ਦੇ ਜਿਨ੍ਹਾਂ ਨੇ ਆਪਣੀ ਰਾਖੀ ਸਾਨੂੰ ਸੰਭਾਲੀ ਹੋਈ ਹੈ। ਸੰਤਾਨ ਮਾਪਿਆਂ ਨੂੰ ਧੋਖਾ ਦੇ ਰਹੀ ਹੈ ਅਤੇ ਐਵੇਂ ਧੋਖੇ ਦੇ ਸੰਸਾਰ ਵਿਆਪੀ ਯੱਗ ਵਿੱਚ ਹਰ ਕਿਸੇ ਵੱਲੋਂ ਆਪਣੇ ਆਪਣੇ ਹਿੱਸੇ ਦੀ ਸਮੱਗਰੀ ਅਤੇ ਯੋਗਦਾਨ ਪਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਜਿਵੇਂ ਕਿਸੇ ਚੰਗੇ ਭਲੇ ਬੰਦੇ ਨੂੰ ਗੰਜਾ ਕਰਕੇ ਤੁਹਾਡੇ ਸਾਹਮਣੇ ਖੜ੍ਹਾ ਕਰ ਦਿੱਤਾ ਜਾਵੇ ਤਾਂ ਉਹ ਕੋਈ ਹੋਰ ਬੰਦਾ ਪ੍ਰਤੀਤ ਹੋਏਗਾ। ਲਗਭਗ ਇਹੋ ਜਿਹਾ ਹੀ ਸਾਡਾ ਸਭਨਾਂ ਦਾ ਹਾਲ ਹੈ। ਅਸੀਂ ਆਪਣੇ ਘਰਾਂ 'ਚ ਪਰਾਏ ਹਾਂ ਅਤੇ ਆਪਣੇ ਦੇਸ਼ ਵਿੱਚ ਵਿਦੇਸ਼ੀ। ਦੁਨੀਆ 'ਚ ਜੋ ਵੀ ਜਿੱਥੇ ਵੀ ਜੈਸਾ ਹੈ, ਜਾਂ ਉਹ ਸ਼ਿਕਾਰੀ ਬਣਿਆ ਹੋਇਆ ਜਾਂ ਉਹ ਝਾੜੀਆਂ 'ਚ ਰੁਲਦਾ ਛਿਪਦਾ ਖਰਗੋਸ਼ ਹੈ। ਹੁਣ ਥਾਣਿਆਂ ਦੇ ਬਾਹਰ ਲਿਖਿਆ ਜਾਂਦਾ ਹੈ ਜੀ ਆਇਆਂ ਨੂੰ ਅਤੇ ਜੇਲ੍ਹਾਂ ਦੇ ਬਾਹਰ ਤੁਸੀਂ ਪੜ੍ਹੋਗੇ ਸਾਨੂੰ ਸੇਵਾ ਦਾ ਮੌਕਾ ਦਿਓ। ਸਾਡਾ ਜੀਵਨ ਕਿਸੇ ਦੀ ਭਾਲ ਵਿੱਚ ਭਟਕਣ ਵਾਂਗ ਗੁਜ਼ਰ ਰਿਹਾ ਹੈ। ਮਾਪੇ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਆਰਥਿਕ ਅਤੇ ਵਿੱਦਿਅਕ ਪੱਖੋਂ ਉਹਨਾਂ ਤੋਂ ਅੱਗੇ ਲੰਘ ਜਾਣ ਪਰ ਜਦੋਂ ਉਹਨਾਂ ਦੀਆਂ ਕੁਰਬਾਨੀਆਂ ਨਾਲ ਅਜਿਹਾ ਸੰਭਵ ਹੋ ਜਾਂਦਾ ਹੈ ਤਾਂ ਨਵੇਂ ਤਾਣੇ ਪੇਟੇ 'ਚ ਮਾਪਿਆਂ ਲਈ ਕੋਈ ਥਾਂ ਨਹੀਂ ਹੁੰਦੀ। ਉਹ ਹਸਰਤ ਭਰੀਆਂ ਨਜ਼ਰਾਂ ਨਾਲ ਸਭ ਕੁਝ ਵੇਖਦੇ ਹਨ, ਜਿਵੇਂ ਗੱਡੀ ਦੇ ਲੰਘ ਜਾਣ ਮਗਰੋਂ ਰਹਿ ਗਈਆਂ ਸਵਾਰੀਆਂ ਗੱਡੀ ਨੂੰ ਵੇਖਦੀਆਂ ਹਨ। ਅਜੋਕੇ ਜੀਵਨ ਦਾ ਦੁਖਾਂਤ ਇਹ ਹੈ ਕਿ ਕੋਈ ਨਹੀਂ ਮੰਨਦਾ ਕਿ ਉਹ ਧੋਖੇਬਾਜ਼ ਹੈ ਪਰ ਹਰ ਕਿਸੇ ਨੂੰ ਆਪਣੇ ਨਾਲ ਧੋਖਾ ਹੋ ਰਿਹਾ ਪ੍ਰਤੀਤ ਹੁੰਦਾ ਹੈ। ਧੋਖੇਬਾਜ਼ਾਂ ਨੂੰ ਤਾਂ ਉਹ ਵੀ ਨਫ਼ਰਤ ਕਰਦੇ ਹਨ ਜਿਨ੍ਹਾਂ ਲਈ ਉਹਨਾਂ ਨੇ ਦੂਜਿਆਂ ਨੂੰ ਧੋਖਾ ਦਿੱਤਾ ਹੁੰਦਾ ਹੈ। ਆਪਸੀ ਸੰਬੰਧਾਂ ਵਿੱਚ ਧੋਖਾ ਦੇਣ ਦੀ ਉਦੋਂ ਲੋੜ ਉਪਜਦੀ ਹੈ ਜਦੋਂ ਲਾਲਚ ਅਤੇ ਨਫ਼ਰਤ ਨੂੰ ਕਾਬੂ ਕਰਨਾ ਸੰਭਵ ਨਾ ਹੋਵੇ। ਜਦੋਂ ਇਮਾਨਦਾਰੀ ਮਾਰੂਥਲ 'ਚ ਕੀਤੇ ਪੈਂਡੇ ਵਾਂਗ ਅਤੇ ਰੇਗਿਸਤਾਨ 'ਚ ਗੁਆਚੇ ਮੀਂਹ ਵਾਂਗ ਹੋ ਜਾਏ ਤਾਂ ਦੂਜਿਆਂ ਦੇ ਰਾਹਾਂ 'ਚ ਜਗਣ ਦੀ ਇੱਛਾ ਮਾਂਦ ਪੈ ਜਾਂਦੀ ਹੈ। ਆਪਣੇ ਨਾਲ ਹੁਣ ਧੋਖਾ ਹੋਣ ਦਾ ਡਰ ਇੰਨਾ ਬਲਵਾਨ ਹੋ ਗਿਆ ਹੈ ਕਿ ਹੁਣ ਅਸੀਂ ਕੋਈ ਵੀ ਕੰਮ ਸੱਚੀ ਦਿਲਚਸਪੀ ਨਾਲ ਨਹੀਂ ਕਰਦੇ। ਹੁਣ ਤਾਂ ਸਾਨੂੰ ਹਰ ਵੇਲੇ ਹਰ ਥਾਂ ਇਹ ਵੀ ਡਰ ਲੱਗਾ ਰਹਿੰਦਾ ਹੈ ਕਿ ਕੋਈ ਸਾਡੇ ਵੰਡੇ ਦੇ ਪਾਣੀ ਨਾਲ ਨਹਾ ਜਾਏਗਾ। ਅਸੀਂ ਜਾਣਦੇ ਹਾਂ ਕਿ ਜੋਸ਼, ਜਨੂੰਨ ਅਤੇ ਦਿਲਚਸਪੀ ਬਿਨਾਂ ਕੋਈ ਜਿੱਤ ਪੱਕੇ ਰੰਗਾਂ ਵਾਲੀ ਨਹੀਂ ਹੁੰਦੀ, ਪਰ ਫਿਰ ਵੀ ਧੋਖਾ ਦੇਣ ਅਤੇ ਧੋਖਾ ਖਾਣ ਲਈ ਅਸੀਂ ਬਹੁਤ ਮਜਬੂਰ ਹਾਂ। ਇਹੀ ਕਾਰਨ ਹੈ ਕਿ ਧੋਖੇ ਦੀ ਸਰਵ ਵਿਆਪਕ ਬਿਰਤੀ ਕਾਰਨ ਹੁਣ ਕੋਈ ਵੀ ਪ੍ਰਾਪਤੀ ਸਾਨੂੰ ਲੰਮਾ ਅਰਸਾ ਸੰਤੁਸ਼ਟ ਨਹੀਂ ਕਰਦੀ।
ਧੰਨਵਾਦ।